ਮੈਨੂੰ ਲੱਗਦਾ ਵੀ ਆਪਾਂ ਘਟੋ ਘਟ 20 ਸਾਲ ਦੀ ਉਮਰ ਤੱਕ ਇਹ ਮੰਨਦੇ ਰਹੇ ਹਾਂ ਕਿ ਵੀ ਸਲੇਡੇ ਹੁੰਦੇ ਆ ਬਿਲਕੁਲ ਅ ਦੁਪਹਿਰ 'ਚ ਜੇ ਕਿਤੇ ਜਾਂਦੇ ਤਾਂ ਹੀ ਸੋਚਦੇ ਰਹਿੰਦੇ ਵੀ ਕਿਤੇ ਸਲੇਡਾ ਨਾ ਹੋਵੇ ਮੈਨੂੰ ਹੋਰ ਜ਼ਿਆਦਾ ਹੀ ਕਹਿੰਦੇ ਹੁੰਦੇ ਸੀ ਵੀ ਉੱਥੇ ਫਿਰ ਦਿਓ ਆ ਗਿਆ ਹਨਾ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਹੁੰਦਾ ਸੀ ਵੀ ਕੋਠੇ ਜਿੱਡੇ ਕੱਦ ਦਾ ਬੰਦਾ ਦਿਓ ਦਿਓ ਹੁਣ ਨਾ ਦੇਖੋ ਕਿਵੇਂ ਕਿੰਨਾ ਕਮਾਲ ਦਿਓ ਆਪਾਂ ਕਹਿੰਦੇ ਆ ਰੋਟੀ ਖਾ ਲਓ ਆਪਾਂ ਕਦੇ ਨਹੀਂ ਕਹਿੰਦੇ ਵੀ ਦੁਪਹਿਰਾ ਖਾ ਲਓ 8:00 ਵੇਲੇ ਖਾ ਲਓ ਜਾਂ ਸਵੇਰ ਵੇਲੇ ਹਨਾ ਝੋਲਸਾ ਵੀ ਜਾਂਦਾ ਛਾਉਦਾ ਜਦੋਂ ਇਹ 2-3 ਵਾਰੀ ਜਦੋਂ ਇੱਕ ਵਾਰੀ ਕਹਾਂ ਵੀ ਰੋਟੀ ਖਾ ਲਓ ਰੋਟੀ ਖਾ ਲਓ ਉਦੋਂ ਬਾਅਦ ਛਾਉਦੇ ਇੱਕ ਨਵਾਂ ਹੀ ਸਿਰ ਜਾਂਦਾ ਸਹੀ ਝੋਲਸਾ ਹੁਣ ਉਹ ਲਾੜਤਾ ਪਾਉਂਦੀਆਂ ਬੀਬੀਆਂ ਵੀ ਐ ਨਹੀਂ ਹੁੰਦਾ ਬੱਚੇ ਤੁਸੀਂ ਸੋਚੋ ਜੇ ਹੁਣ ਤੋਂ ਸੋਚਣ ਲੱਗੋਗੇ ਫੇਰ ਹੀ ਬੰਨ ਲੱਗੋਗੇ ਬਸ ਯਾਰ ਕੋਈ ਨਾ ਦੇਣਾ ਚਾਹੀਏ ਗ਼ਮੀਰ ਰਹਿੰਦੇ ਵੀ ਯਾਰ ਕੀ ਬਣਾ ਸੋਚੀ ਪਰੇ ਚੌੜ ਚੌੜ ਚ ਕਹਿੰਦੇ ਇੱਕ ਸਾਡੇ ਨੂੰ ਤੁੰਨੇ ਕ ਤੇ ਮੁੰਡਾ ਸੀ ਗਿੰਦੂ ਉਹ ਕਹਿੰਦਾ ਵੀ ਮੈਂ ਤਾਂ ਜੀ ਅੰਤਕਵਾਦੀ ਬਣ ਮੈਨੂੰ ਲੱਗਦਾ ਵੀ ਬੋਝ ਨਹੀਂ ਜਵਾਕਾਂ ਤੇ ਜਵਾਕਾਂ ਨੂੰ ਥੋੜਾ ਜਿਹਾ ਬਾਤਾਂ ਮੁੱਤਾਂ ਨਾਲ ਜੋੜੋ ਉਹਨਾਂ ਨੂੰ ਦੇਖਣ ਦਿਓ ਚਿੜੀਆਂ ਕਿਵੇਂ ਬੋਲਦੀਆਂ ਮગર ਮੱਛ ਕਿਵੇਂ ਆਉਂਦਾ ਸਰਾਲ ਕਿਵੇਂ ਸਾਂਪੀਂਦੀ ਹੈ ਹਨਾ ਕਛੂ ਕਿਵੇਂ ਬੋਲਦੇ ਨੇ ਕਛੂ ਕਿਵੇਂ ਥੋੜਾ ਸਾਥ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਜ਼ਿੰਦਗੀ ਜਿਉਣ ਦਿਓ ਕਲਪਨਾ ਦੀ ਜ਼ਿੰਦਗੀ ਚ ਜਉਣ ਦਿਓ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਪੈਣੇ ਚੜ੍ਹਦੀ ਕਲਾ ਕੀ ਹਾਲ ਆ ਵਧੀਆ ਬਈ ਤੁਸੀਂ ਸੁਣਾ ਤੁਸੀਂ ਪਹਿਲਾਂ ਹੀ ਦੱਸਤਾ ਬਈ ਤੁਹਾਡੀ ਚੜ੍ਹਦੀ ਕਲਾ ਹਾਂ ਹੀ ਆ ਪੈਣੇ ਹੱਸ ਤੇ ਇਹ ਕਿਤਾਬ ਬਹੁਤ ਵੱਡੀ ਸੀ ਬਈ ਜਿਹੜੀ ਤੁਸੀਂ ਮੈਨੂੰ ਪੜਨ ਲਈ ਦੇ ਦਿੱਤੀ ਹਾਂ ਅਸਲ ਦੇ ਵਿੱਚ ਨਾ ਇਕੱਠੀ ਬਾਤਾਂ ਸਾਰੀਆਂ ਇਕੱਠੀਆਂ ਕਰਕੇ ਭਾਸ਼ਾ ਭਾਗ ਨੇ ਛਾਪੀ ਹੈ ਪੈਣੇ ਹੂੰ ਤੇ ਇਹਦੇ ਵਿੱਚ ਬਾਤਾਂ ਦੀਆਂ ਵੀ ਕਈ ਕੈਟਾਗਰੀਆਂ ਆ ਜਾਂਦੀਆਂ ਅੱਗੇ ਬਾਤਾਂ ਦੀਆਂ ਕੈਟਾਗਰੀਆਂ ਆ ਜਾਂਦੀਆਂ ਜਿਵੇਂ ਬਾਤਾਂ ਹੁੰਦੀਆਂ ਆਪਣੀਆਂ ਛੋਟੀਆਂ ਹੁੰਦੀਆਂ ਲੰਬੀਆਂ ਹੁੰਦੀਆਂ ਹਾਂ ਤੇ ਇੱਕ ਮਤਲਬ ਕਿਸੇ ਵਾਂਗ ਵੀ ਚੱਲਦੀਆਂ ਹਨ ਉਹ ਵਾਂਗ ਬਾਤਾਂ ਇਹਦੇ ਵਿੱਚ ਹੈਗੀਆਂ ਉਹ ਕਾਲਪਨਿਕ ਵੀ ਬਹੁਤ ਨੇ ਤੇ ਰੀਅਲ ਵੀ ਹੈਗੀਆਂ ਬਾਤਾਂ ਇਹ ਜੋ ਕੁਸ਼ਕ ਉਹ ਵੀ ਕਹਾਣੀਆਂ ਨੇ ਨਾ ਜਿਹੜੀਆਂ ਬਾਤਾਂ ਮੁੱਢ ਕਦੀਮ ਦੀਆਂ ਚ ਨੇ ਹਾਂ ਭਾਣੇ ਉਹ ਹੀ ਇਕੱਠੀਆਂ ਕੀਤੀਆਂ ਵੀ ਨੇ ਉਹਨਾਂ ਚ ਕੀਤੀਆਂ ਵੀ ਇਕੱਠੀਆਂ ਕਿਤਾਬਾਂ ਤੇ ਬਸ ਤਾਂ ਬਹੁਤ ਵੱਡੀ ਕਿਤਾਬਾਂ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਸਾਰੀਆਂ ਕਹਾਣੀਆਂ ਤਾਂ ਨਹੀਂ ਚੇਤੇ ਹੋਣਗੀਆਂ ਸਾਰੀਆਂ ਕਹਾਣੀਆਂ ਚੇਤੇ ਨਹੀਂ ਵੀ ਹੋਣੀਆਂ ਭਾਣੇ ਤੇ ਸਭ ਤੋਂ ਵਧੀਆ ਕਿਹੜੀ ਲੱਗੀ ਇਹ ਜੋ ਇਹਦੇ ਚੋਂ ਮੇਰੇ ਹੁਣ ਚੇਤੇ ਨਹੀਂ ਆਵੇਂ ਸਾਨੂੰ ਨਾਮ ਦੱਸਦਾ ਤੇ ਪਰ ਇਹਦੇ ਚ ਜਿਹੜੀਆਂ ਇਹ ਲੋਕ ਬਾਤਾਂ ਦਾ ਨਾ ਇਹ ਨਜ਼ਾਰਾ ਬਹੁਤ ਆ ਬੀ ਸੋ ਦੀ ਪੜਤਾ ਸਾਰੀਆਂ ਲਾਉਂਗੇ ਹਮ ਪਰ ਤੁਹਾਨੂੰ ਮਿਕਸਪ ਬਹੁਤ ਹੁੰਦਾ ਹਾਂ ਕਿਉਂਕਿ ਐ ਨਾ ਬਣੇ ਸਾਰਿਆਂ ਦੇ ਵਿੱਚ ਮਿੱਥਾ ਬਹੁਤ ਨੇ ਬੰਦੇ ਵੀ ਬੰਦੇ ਦਾ ਬੋਲਦੇ ਆ ਉੜਦੇ ਵੀ ਆ ਬੰਦੇ ਫੇਰ ਜਣਾ ਔਰ ਵੀ ਬੋਲਦੇ ਆ ਚੀਜ਼ਾਂ ਵੀ ਬੋਲਦੀਆਂ ਆਪਣੀਆਂ ਲੋਕ ਬਾਤਾਂ ਦੀ ਮਤਲਬ ਆਪਣੀਆਂ ਛੱਡੋ ਮਤਲਬ ਦੁਨੀਆ ਦੀਆਂ ਜਿਹੜੀਆਂ ਲੋਕ ਬਾਤਾਂ ਨੇ ਉਹਦੀ ਇਹੀ ਖੂਬਸੂਰਤੀ ਆ ਵੀ ਉਹ ਉਹਦੇ ਚ ਮਿੱਥਾ ਨੇ ਤੇ ਮਿੱਥ ਦਾ ਹੋਣਾ ਅ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਜੇ ਆਪਾਂ ਕਈਏ ਭੈਣੇ ਵੀ ਇਹ ਸਵਾਲ ਪਹਿਲਾਂ ਸ਼ੁਰੂ ਕਰਦੇ ਇਸੇ ਸਵਾਲ ਤੋਂ ਹੀ ਵੀ ਲੋਕ ਬਾਤਾਂ ਦੀ ਕਿਉਂ ਇਹ ਜ਼ਰੂਰਤ ਪਈ ਆ ਹਾਂ ਜੇ ਇਸ ਇਸੇ ਗੱਲ ਤੋਂ ਆਪਾਂ ਸ਼ੁਰੂ ਕਰੀਏ ਗੱਲ ਨੂੰ ਤਾਂ ਮੈਨੂੰ ਲੱਗਦਾ ਵੀ ਲੋਕ ਬਾਤਾਂ ਇਸ ਲਈ ਵੀ ਜ਼ਰੂਰੀ ਨੇ ਕਿ ਜਦੋਂ ਕਿਸੇ ਬੱਚੇ ਨੇ ਕੋਈ ਭਾਸ਼ਾ ਸਿੱਖਣੀ ਆ ਬੋਲੀ ਤਾਂ ਉਹ ਉਹਦੀ ਭਾਸ਼ਾ ਦੇ ਵਿੱਚ ਉਹ ਕਿੰਨੀ ਕਿ ਕਲਪਨਾ ਦੀ ਡੰਗਾਈ ਚ ਜਾਂਦਾ ਜਾ ਸਕਦਾ ਹਨ ਜਦੋਂ ਪਹਿਲਾਂ ਬਜ਼ੁਰਗ ਆਪਾਂ ਨੂੰ ਬਾਤਾਂ ਸੁਣਾਉਂਦੇ ਸੀ ਬਜ਼ੁਰਗ ਸੁਣਾਉਂਦੇ ਸੀ ਬੇਬੇ ਸੁਣਾਉਂਦੀਆਂ ਸਨ ਹਨਾ ਤਾਂ ਉਹ ਬੱਚੇ ਨੂੰ ਕਲਪਨਾ ਚ ਲੈ ਕੇ ਜਾਂਦੀਆਂ ਸੀ ਹਨਾ ਇੱਕ ਰਾਜੇ ਦੇ ਦੋ ਰਾਣੀਆਂ ਉਹ ਇਸ ਬਾਤ ਨੂੰ ਕਿਵੇਂ ਸੁਣਾਉਣੀਆਂ ਵੱਖਰੀ ਗੱਲ ਆ ਇੱਕ ਰਾਜੇ ਦੀ ਇੱਕ ਰਾਣੀ ਆ ਉਹ ਸ਼ੁਰੂ ਹੁੰਦੀ ਆ ਇੱਕ ਵਾਰ ਜੰਗਲ ਦੇ ਵਿੱਚ ਸ਼ਿਕਾਰੀ ਗਿਆ ਹਨਾ ਇੱਕ ਵਾਰੀ ਖੇਤ ਚ ਆ ਹੋਇਆ ਇੱਕ ਵਾਰੀ ਇਦਾਂ ਹੋਇਆ ਦਿਓ ਆਇਆ ਸਲੇਡੇ ਆਏ ਪਰੀਆਂ ਆਈਆਂ ਤਾਂ ਜਵਾਕ ਉਹਦੇ ਤੋਂ ਮਤਲਬ ਆਪਣੇ ਮਨ ਚ ਚਿੱਤਰ ਬਣਾਉਂਦਾ ਹਾਂ ਅਸਲ ਦੇ ਵਿੱਚ ਜਦੋਂ ਭਾਸ਼ਾ ਦਾ ਜਿਹੜਾ ਸਿਸਟਮ ਆ ਉਹ ਚਿੱਤਰ ਤੋਂ ਹੀ ਸ਼ੁਰੂ ਹੁੰਦਾ ਹਾਂ ਮੈਂ ਇੱਕ ਸ਼ਬਦ ਬੋਲਦਾ ਮਤਲਬ ਜੇ ਮੈਂ ਕਿਤਾਬ ਆਖਾਂ ਤਾਂ ਆਪਣਾ ਉਹ ਮੇਰੇ ਦਿਮਾਗ 'ਚ ਇੱਕ ਵੱਖਰੀ ਤਰ੍ਹਾਂ ਦਾ ਚਿੱਤਰ ਬਣੇਗਾ ਹੂੰ ਕਿਸੇ ਦੇਸ਼ ਦਾ ਜੇ ਮੈਂ ਇੰਗਲਿਸ਼ ਅੰਗਰੇਜ਼ੀ 'ਚ ਕੋਈ ਆਖੂਆ ਬੁੱਕ ਆਖੂਆ ਕੋਈ ਪੁਸਤਕ ਆਖੂਆ ਤਾਂ ਉਹਦਾ ਚਿੱਤਰ ਵੀ ਕਿਤਾਬ ਹੀ ਬਣਨਾ ਬਿਲਕੁਲ ਤਾਂ ਮੇਰਾ ਕਹਿਣ ਦਾ ਮਸਲਾ ਇਹੀ ਆ ਵੀ ਜਿਹੜੇ ਲੋਕ ਬਾਤਾਂ ਸੁਣਾਉਂਦੇ ਨੇ ਤੇ ਸੁਣਦੇ ਨੇ ਬੱਚੇ ਉਹਨਾਂ ਦਾ ਜਿਹੜਾ ਚਿੱਤਰ ਬਣਾਉਣ ਦੀ ਜਿਹੜੀ ਕਲਪਨਾ ਉਹ ਬਹੁਤ ਵੱਡੀ ਹੁੰਦੀ ਆ ਤੇ ਜਦੋਂ ਕਿਸੇ ਦੀ ਕਲਪਨਾ ਵੱਡੀ ਹੁੰਦੀ ਆ ਤਾਂ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਜਿਨੂੰ ਆਪਾਂ 스ਕਿੱਲ ਕਹਿ ਦਿੰਨੇ ਆ ਗੁਣ ਕਹਿ ਦਿੰਨੇ ਆ ਉਹ ਵੱਧ ਆ ਅੱਗੇ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਆਪਣੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀਆਂ ਆਪਾਂ ਨੂੰ ਹਨ ਤੇ ਉਹ ਜਿਵੇਂ ਕਹਾਣੀ 2 2 3 3 ਦਿਨ ਚੱਲਦੀ ਹੁੰਦੀ ਸੀ ਹਾਂਜੀ ਹਾਂਜੀ ਤੇ ਅੱਧੀ ਕਹਾਣੀ ਸੁਣ ਕੇ ਵਾਕਈ ਤੁਸੀਂ ਰਾਜੇ ਦਾ ਮਹਿਲ ਕਿਵੇਂ ਦਾ ਹੋਊਗਾ ਉਹ ਕਲਪਨਾ ਕਰਦੇ ਸੀ ਉਹਦੀ ਸ਼ਕਲ ਕਿਵੇਂ ਦੀ ਹੋਊਗੀ ਮਤਲਬ ਇੱਕ ਉਹ ਜਿਵੇਂ ਆਪਾਂ ਕਹਿੰਦੇ ਆ ਕਿ ਪੂਰੀ ਫਿਲਮ ਆਪਣੇ ਦਿਮਾਗ 'ਚ ਆਪਾਂ ਬਣਾ ਲੈਂਦੇ ਸੀ ਤੇ ਪਹਿਲਾਂ ਮੈਨੂੰ ਲੱਗਦਾ ਸਾਨੂੰ ਬੋਲੀ 'ਚ ਜ਼ਿਆਦਾ ਸ਼ਬਦ ਵੀ ਤਾਂ ਹੀ ਪਤਾ ਹੁੰਦੇ ਸੀਗੇ ਵੀ ਅਸੀਂ ਇਹ ਸਾਰਾ ਕੁਝ ਬਾਤਾਂ ਕਹਾਣੀਆਂ 'ਚ ਸੁਣਦੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੈਂ 6 ਮਹੀਨੇ ਪਹਿਲਾਂ ਬਲਵੰਤ ਗਾਰਗੀ ਉਹਨਾਂ ਦੀ ਇੱਕ ਕਿਤਾਬ ਪੜ੍ਹੀ ਮੈਨੂੰ ਉਹ 'ਚ ਉਹ 100 ਸ਼ਬਦ ਅਜੇ ਸੀ ਜਿਹੜੇ ਮੈਨੂੰ ਪਤਾ ਨਹੀਂ ਸੀ ਕਿ ਉਹ ਚੀਜ਼ਾਂ ਕੀ ਨੇ ਸਹੀ ਹੈ ਤੇ ਉਦੋਂ ਸਾਨੂੰ ਜਿਹੜੇ ਸਾਡੇ ਦਾਦੇ-ਦਾਦੀਆਂ ਨਾਨੇ-ਨਾਨੀਆਂ ਜਿਹੜੇ ਸ਼ਬਦ ਸੁਣਦੇ ਸੀ ਹੁਣ ਸਾਡੀ ਬੋਲੀ 'ਚ ਮੈਨਾਂ ਦਾ ਬਹੁਤ ਲਿਮਟਿਡ ਜਿਹਾ ਸ਼ਬਦ ਰਹੇਗੇ ਤੇ ਇਹਦੇ 'ਚ ਵੀ ਉਹ ਜਿਹੇ ਕਿੰਨੇ ਸ਼ਬਦ ਨੇ ਨਾ ਜਿਵੇਂ ਸਲੇਡਾ ਤੁਸੀਂ ਕਿਹਾ ਇੱਕ ਕੁੜੀ ਨੇ ਥੋੜੇ ਦਿਨ ਪਹਿਲਾਂ ਲਿਖਿਆ ਹੋਇਆ ਸੀ ਕਹਿੰਦੇ ਵੀ ਤੁਸੀਂ ਵੀ ਬਚਪਨ 'ਚ ਡਰਦੇ ਹੁੰਦੇ ਸੀ ਵੀ ਕਹਿੰਦੇ ਸਲੇਡਾ ਕਿਤੇ ਵੀ ਆ ਜਾਂਦਾ ਕਿਹੋ ਜਿਹਾ ਵੀ ਰੂਪ ਹੁੰਦਾ ਨਾ ਬਿਲਕੁਲ ਸਲੇਡੇ ਦੀ ਨਾ ਡਰਦੇ ਸੀ ਸਲੇਡੇ ਦੀ ਇੱਕ ਕਹਾਣੀ ਆ ਮਤਲਬ ਸਲੇਡਾ ਮਾਲਵੇ ਵਾਲੇ ਇਲਾਕੇ ਜੇ ਵੀ ਹੁਣ ਤਾਂ ਆਪਾਂ ਇੱਥੇ ਬੈਠੇ ਮਾਲਵੇ ਦੇ ਇੱਥੇ ਵੀ ਬਿਆਹ ਚ ਕਹਿੰਦੇ ਹੁੰਦੇ ਸੀ ਉੱਥੇ ਵੀ ਦੱਸਦੇ ਵੀ ਸਲੇਡਾਂ ਇਹਨਾਂ ਹੁੰਦਾ ਚਲ ਇਹਦੀ ਮੈਂ ਕਹਾਣੀ ਬਾਤ ਸੁਣਾਉਣਾ ਪਹਿਲਾਂ ਤੁਸੀਂ ਕਿ ਫਿਲਮ ਦਾ ਕਿਹਾ ਮੈਨੂੰ ਹਣਾ ਜਦੋਂ ਇੱਕ ਪਨੇ ਕਹਾਣੀ ਦੀ ਫਿਲਮ ਬਣ ਜਾਂਦੀ ਹੈ ਨਾ ਉਹਦੇ 'ਚ ਬਹੁਤ ਚੀਜ਼ਾਂ ਖਤਮ ਹੋ ਜਾਂਦੀਆਂ ਹਮ ਹਣਾ ਬਾਈ ਜਗਦੀਪ ਵੀ ਇੱਕ ਦਿਨ ਗੱਲ ਕਰਦਾ ਸੀਗਾ ਵੀ ਸਾਖੀ ਦਾ ਸਾਖੀ ਵੱਡੀ ਚੀਜ਼ ਹੁੰਦੀ ਹੈ ਫਿਲਮ ਨਾਲੋਂ ਕਿਸੇ ਨਾਲੋਂ ਵੀ ਸਾਖੀ ਵੱਡੀ ਆ ਬਾਤ ਵੱਡੀ ਚੀਜ਼ ਆ ਕਹਾਣੀ ਵੱਡੀ ਚੀਜ਼ ਆ ਜਦੋਂ ਕਿਸੇ ਬੱਚੇ ਨੂੰ ਜਾਂ ਆਪਾਂ ਵੀ ਫਿਲਮ ਦੇਖਦੇ ਆ ਤਾਂ ਆਪਣੇ ਆਪਣੇ ਕੋਲੇ ਜਿਹੜੇ ਉਹਦੇ ਪਾਤਰ ਹੋਣਗੇ ਜਿਹੜੇ ਕਰੈਕਟਰ ਹੋਣਗੇ ਉਹ ਬਸ ਉਹੀ ਬਹਿ ਗਏ ਦਿਮਾਗ ਦੇ ਵਿੱਚ ਹੈਨਾ ਜਦੋਂ ਮੈਂ ਕੋਈ ਫਿਲਮ ਦੇਖਾਂਗਾ ਮਿਸਟਰ ਇੰਡੀਆ ਫਿਲਮ ਦੇਖਾਂਗਾ ਤਾਂ ਮੈਂ ਗੈਂਬੋ ਮੈਨੂੰ ਉਹੀ ਅਮਰేష్ ਪੂਰੀ ਬਣ ਗਿਆ ਪਰ ਜੇਹੀ ਕਹਾਣੀ ਮੈਂ ਸੁਣਾਉਂਦਾ ਕਿਸੇ ਬੱਚੇ ਨੂੰ ਵੀ ਇੱਕ ਭਾਈ ਬੰਦਾ ਸੀ ਜਿਹਨੂੰ ਘੜੀ ਲੱਗ ਗਈ ਗਾਇਬ ਹੋਣ ਵਾਲੀ ਉਹਨੇ ਆਪ ਦਾ ਬੰਦਾ ਉਹੀ ਬਣਾਉਣਾ ਆਪ ਹੀ ਬਣਾਉਣਾ ਸੀ ਤੁਹਾਡੇ ਮਨ ਚ ਉਹਦੀ ਵੱਖਰੀ ਤਸਵੀਰ ਹੋਣੀ ਸੀ ਸਿਰ ਜਨ ਆਪਣੀ ਵੱਖਰੀ ਹੋਣੀ ਹੋ ਸਕਦਾ ਆਪ ਦੇ ਆਪ ਨੂੰ ਰੱਖੇ ਹੈਨਾ ਤੇ ਜਦੋਂ ਮੈਂ ਆਖਾਂ ਵੀ ਇੱਕ ਮੰਗੈਂਬੋਨਾ ਦਾ ਮਤਲਬ ਖਲਨਾਇਕ ਬੰਦਾ ਗੁੰਡਾ ਬੰਦਾ ਤਾਂ ਉਹ ਆਪਣੇ ਆਪ ਦਾ ਆਪਣਾ ਸਿਰਜੂ ਇੱਕ ਬੰਦਾ ਤਾਂ ਜਿਹੜੀ ਸਾਖੀ ਆ ਜਿਹੜੀ ਬਾਤ ਆ ਇਹਦੀ ਜਿਹੜੀ ਸਿਰਜਣਾ ਦੀ ਸਿਰਜਣਾ ਦੀ ਥਾਂ ਆ ਗਈ ਉਹ ਬਹੁਤ ਜਾਦੇ ਆ ਉਹ ਮਾਣਾਂ ਦੇ ਵਿੱਚ ਬਹੁਤ ਜਾਦੇ ਦੂਰ ਤੱਕ ਜਾਂਦੀਆਂ ਬੱਚੇ ਦੇ ਵੀ ਆਪਣੇ ਵੀ ਤਾਂ ਇਹ ਸਵਾਲ ਬਹੁਤ ਉੱੜਦਾ ਵੀ ਫਿਲਮ ਫਿਲਮ ਠੀਕ ਹੁੰਦੀ ਆ ਜਾਂ ਕਹਾਣੀ ਠੀਕ ਹੁੰਦੀ ਆ ਮਤਲਬ ਇੱਕ ਕਿਤਾਬ ਠੀਕ ਆ ਜਾਂ ਫਿਲਮ ਠੀਕ ਆ ਇੱਕ ਕਿਤਾਬ ਤੇ ਜਦੋਂ ਫਿਲਮ ਬਣ ਜਾਂਦੀ ਆ ਤਾਂ ਬਹੁਤ ਚੀਜ਼ਾਂ ਉਹਦੇ ਚੋਂ ਕੋਈ ਇੱਕੋ ਜਗ੍ਹਾ ਵੱਜ ਜਾਂਦੀ ਆ ਜਦੋਂ ਪਿੰਜਰ ਨਾਵਲ ਤੁਸੀਂ ਪੜ੍ਹੋਗੇ ਅਮਰਤਾ ਪ੍ਰੀਤਮ ਦਾ ਤਾਂ ਤੁਹਾਨੂੰ ਤੁਸੀਂ ਬਹੁਤ ਚੀਜ਼ਾਂ ਆਪ ਸਿਰਜੋਗੇ ਹੈਨਾ ਤੇ ਜਦੋਂ ਤੁਸੀਂ ਪਿੰਜਰ ਨਾਵਲ ਦੇ ਫਿਲਮ ਦੇਖ ਲਈ ਜਦੋਂ ਮਨਮੋਹਨ ਬਾਜਪਾਈ ਜਿਹਦਾ ਨਾ ਹਾਂ ਮਨੋਜ ਬਾਦਰੀ ਉਹਦੇ ਤੇ ਬਣੀ ਆ ਹੈਨਾ ਤਾਂ ਉਹ ਉਹਨੇ ਮੇਨ ਐਕਟਰ ਆ ਉਹਦੇ ਦੇ ਵਿੱਚ ਤਾਂ ਤੁਸੀਂ ਉਹ ਬਸ ਸੀਮਤ ਰਹਿ ਜੂਗਾ ਚੀਜ਼ਾਂ ਤੁਹਾਨੂੰ ਬਹੁਤ ਚੀਜ਼ਾਂ ਨਹੀਂ ਦਿਖਣੀਆਂ ਕਿੰਨੇ ਘੰਟੇ ਦੇ ਵਿੱਚੋਂ ਕਿੰਨਾ ਕੁ ਕੁਝ ਦਿਖਾ ਦੇਣਗੇ ਹਣਾ ਪਰ ਜੇ ਤੁਸੀਂ ਇੱਕ ਪੈਰਾ ਪੜੋਗੇ ਤਾਂ ਤੁਹਾਡਾ ਮਨ ਵਿਸ਼ਾਲ ਜਾਊਗਾ ਬਹੁਤ ਕੁਝ ਸਿਰਜੋਗੇ ਆਪਣੇ ਰੰਗ ਸਿਰਜੋਗੇ ਤਾਂ ਇਹ ਹੀ ਇਹ ਵੱਖਰਾ ਕਰਦੀ ਐ ਇੱਕ ਫਿਲਮ ਨਾਲੋਂ ਤੇ ਇੱਕ ਬਾਤ ਨੂੰ ਸਾਖੀ ਬਾਤ ਵੱਡੀ ਮੈਂ ਨਾ ਇੱਕ ਕਹਾਣੀ ਲਿਖੀ ਸੀ ਵੀਰਾ ਉਸ ਕਹਾਣੀ ਦਾ ਨਾਮ ਸੀਗਾ ਤੇ ਅਸੀਂ ਅੱਜ ਕੱਲ ਨਾ ਗੱਲ ਕਰਦੇ ਹੁਣੇ ਵੀ ਉਹਦੇ ਤੇ ਫਿਲਮ ਬਣਾਈਏ ਫਿਲਮ ਬਣਾਈਏ ਤਾਂ ਉਹਦੇ ਲਈ ਜਦੋਂ ਵੀ ਕੋਈ ਕਰੈਕਟਰ ਦੱਸਦਾ ਨਾ ਵੀ ਉਸ ਕੁੜੀ ਨੂੰ ਲੈ ਸਕਦੇ ਆ ਮੈਂ ਕਿਉਂਕਿ ਮੈਂ ਉਹਨੂੰ ਲਿਖਿਆ ਹੋਇਆ ਮੇਰੇ ਮਨ ਚ ਉਹਦੀ ਇਮੇਜਿਨੇਸ਼ਨ ਆ ਮੈਂ ਕਹਿੰਦੀ ਨਹੀਂ ਉਹ ਕਰੈਕਟਰ ਉਸ ਕੁੜੀ ਵਰਗਾ ਨਹੀਂ ਹੈਗਾ ਮਤਲਬ ਤੁਸੀਂ ਅਸਲ ਚ ਉਹਦਾ ਸਕੈਚ ਨਹੀਂ ਬਣਾ ਸਕਦੇ ਪਰ ਜਦੋਂ ਨਾਮ ਵੀ ਲੈਨੇ ਹੁਣ ਵੀਰਾ ਨਾਮ ਲੈਂਦਾ ਤੁਸੀਂ ਮੇਰੇ ਤਾਇਏ ਦੀ ਕੁੜੀ ਦਾ ਨਾਮ ਵੀਰਾ ਹੈਣਾ ਵੀਰਪਾਲ ਨੂੰ ਵੀ ਵੀਰਾ ਕਹਿੰਦੇ ਆ ਤਾ ਕਿੰਨੇ ਕਰੈਕਟਰ ਆ ਗਏ ਚੇਤੇ ਚ ਹਾਂ ਤਾਂ ਜਦੋਂ ਆਪਾਂ ਇੱਕ ਵੀਰਾਂ ਨੂੰ ਇੱਕ ਦਿਖਾਤਾ ਆਪਣੇ ਉਧਰ ਬਹੁਤ ਨਾਮ ਨੇ ਭਨੇ ਮਾਲਵੇ ਵਾਲੇ ਪਾਸੇ ਤੇ ਬਹੁਤ ਸਾਡੇ ਉਧਰ ਬਹੁਤ ਵੀਰਾਂ ਨਾਮ ਰੱਖੇ ਹੋਏ ਕੁੜੀਆਂ ਹਾਂਜੀ ਤਾਂ ਮਤਲਬ ਕਰੈਕਟਰ ਜਿਹੜਾ ਇੱਕ ਦ੍ਰਿਸ਼ ਦਿੰਦੀ ਆ ਨਾ ਉਹ ਚੀਜ਼ ਉਹ ਬਾਤ ਹੀ ਆ ਤੇ ਇਸ ਲਈ ਹੀ ਆਪਾਂ ਬਾਤਾਂ ਦੇ ਅੱਜ ਗੱਲ ਕਰ ਹਾਂ ਜਿਵੇਂ ਮੈਨੂੰ ਇਹਦੇ ਚ ਚਲੋ ਸਾਰੀਆਂ ਹੀ ਬੜੀਆਂ ਸੋਹਣੀਆਂ ਨੇ ਕਿਉਂਕਿ ਆਪਾਂ ਕਹਿੰਦੇ ਵੀ ਲੋਕ ਬਾਤਾਂ ਜਿਹੜੇ ਇਹ ਉਹ ਅੰਬਾਤਾਂ ਇਕੱਠੀਆਂ ਕੀਤੀ ਹੋਏ ਨੇ ਜਿਹੜੀਆਂ ਅਸੀਂ ਕਿਸੇ ਤੋਂ ਸੁਣਦੇ ਰਹੇ ਉਹ ਸੁਣ ਲਈ ਤੁਸੀਂ ਲਿਖ ਲਈ ਹੈ ਨਾ ਉਹਨੂੰ ਤੁਸੀਂ ਲਿਖਤਾ ਇਹ ਚ ਸੰਪਾਦਨ ਹੋ ਗਿਆ ਸਾਰਾ ਇਹਨਾਂ ਨੇ ਇਕੱਠੀਆਂ ਕਰ ਲੀਆਂ ਪਰ ਇਹ ਜੀ ਇੱਕ ਮੈਨੂੰ ਬਹੁਤ ਸੋਹਣੀ ਲੱਗੀ ਉਹ ਸੀਗੀ ਵੀ ਜਿਹੜੀ ਇੱਕ ਜਨਾਨੀ ਹੁੰਦੀ ਹੈ ਬੜੀ ਪੜੀ ਉਹਨੇ ਆਪਦੇ ਘਰ ਵਾਲੇ ਨੂੰ ਬੜਾ ਜਿਆਦਾ ਤਪਾਇਆ ਹੁੰਦਾ ਹਾਂ ਤੇ ਅੱਗੋਂ ਕਹਿੰਦੇ ਨੇ ਵੀ ਕੁੜੀ ਉਹਦੇ ਹੁੰਦੀ ਆ ਉਹ ਵੀ ਆਪਣੀ ਮਾਂ ਵਰਗੀ ਹੈ ਨਾ ਤੇ ਉਹ ਬੰਦਾ ਬੜਾ ਦੁਖੀ ਹੁੰਦਾ ਜਦੋਂ ਕੁੜੀ ਜਵਾਨ ਹੁੰਦੀ ਆ ਉਹ ਕਹਿੰਦਾ ਵੀ ਹੁਣ ਇਹਨੂੰ ਮੈਂ ਵਿਆਹਾਂ ਕਿਵੇਂ ਇੰਨੀ ਬੜਬੋਲੀ ਆ ਇੰਨਾ ਪੜਾ ਬੋਲਦੀ ਆ ਉਹ ਨੂੰ ਕਹਿੰਦਾ ਵੀ ਤੇਰੇ ਲਈ ਰਿਸ਼ਤਾ ਲੱਭਣਾ ਔਖਾ ਉਹ ਕਹਿੰਦੀ ਮੈਂ ਤਾਂ ਉਸ ਬੰਦੇ ਨਾਲ ਵਿਆਹ ਕਰਾਉਣਾ ਜਿਹੜਾ ਮੇਰੇ ਤੋਂ ਉੱਠਦੇ ਸਾਰ ਪੰਜ ਛੇਤਰ ਖਾਇਆ ਕਰੂ ਵਾਹ ਤੇ ਉਹ ਕਹਿੰਦਾ ਇਹ ਜੇ ਤਾਂ ਮੁੰਡਾ ਹੀ ਨਹੀਂ ਲੱਭ ਸਕਦਾ ਹਣਾ ਤੇ ਉਹਨੇ ਵਿਚਾਰੇ ਨੇ ਉਹ ਅਨਾਉਂਸਮੈਂਟ ਕਰਾਈ ਵੀ ਐਦਾਂ ਦਾ ਕੋਈ ਮੁੰਡਾ ਜਿਹੜਾ ਮੇਰੀ ਕੁੜੀ ਤੋਂ ਰੋਜ਼ ਉੱਠ ਕੇ ਪੰਜ ਛੇਤਰ ਖਾਇਆ ਕਰੇ ਤਾਂ ਇੱਕ ਬੜਾ ਸਿਆਣਾ ਮੁੰਡਾ ਹੁੰਦਾ ਉਹ ਸਮਝ ਜਾਂਦਾ ਵੀ ਇਹ ਨਵਜ ਕਿੱਥੇ ਆ ਉਹ ਕਹਿੰਦਾ ਵੀ ਮੈਂ ਕੁੜੀ ਨਾਲ ਵਿਆਹ ਕਰਾਉਂਗਾ ਮੈਂ ਮੈਂ ਇਹਦੀ ਸ਼ਰਤ ਮੰਨਦਾ ਵੀ ਇਹ ਮੇਰੇ ਉੱਠ ਦੇ ਸਾਰ ਪੰਜ ਛਿੱਤਰ ਲਾ ਸਕਦੀ ਆ ਤੇ ਉਹ ਚਲੋ ਮੁੰਡੇ ਨਾਲ ਵਿਆਹ ਹੋ ਜਾਂਦਾ ਉਹ ਜਦੋਂ ਕੁੜੀ ਦੀ ਡੋਲੀ ਤੋਰਦੇ ਨੇ ਘਰੋਂ ਉਹ ਉਸੇ ਪਿੰਡ ਚੋਂ ਆਪਣੇ ਸਹੁਰੇ ਪਿੰਡ ਚੋਂ ਹੀ ਇੱਕ ਕੁੱਕੜ ਇੱਕ ਗਧਾ ਤੇ ਇੱਕ ਚੱਕੀ ਦੇ ਪੋੜ ਖਰੀਦ ਲੈਂਦਾ ਤੇ ਜਦੋਂ ਡੋਲੀ ਲੈ ਕੇ ਪਿੰਡ ਤੋਂ ਦਸ ਕਕੋ ਅੱਗੇ ਜਾਂਦਾ ਉੱਥੇ ਜਾ ਕੇ ਕੁੱਕੜ ਬਾਗ ਦੇ ਦਿੰਦਾ ਉਹ ਉਹਦਾ ਘਾਟਾ ਲਾ ਦਿੰਦਾ ਤਲਵਾਰ ਨਾਲ ਕਹਿੰਦਾ ਤੂੰ ਮੇਰੀ ਇਜਾਜ਼ਤ ਤੋਂ ਬਿਨਾ ਬੋਲਿਆ ਕਿਵੇਂ ਤੇ ਥੋੜੀ ਦੂਰ ਜਾ ਕੇ ਚੱਕੀ ਦੇ ਪੁੜ ਖੜਕ ਜਾਂਦੇ ਆ ਕੋਈ ਟੋਆ ਐਵੇਂ ਆਉਂਦਾ ਵੀ ਹੈ ਨਾ ਉਹ ਸਾਰੇ ਭੰਨ ਦਿੰਦਾ ਥੋੜੇ ਨਾਲ ਕਹਿੰਦਾ ਵੀ ਇਹਨਾਂ ਨੇ ਮੇਰੀ ਇਜਾਜ਼ਤ ਤੋਂ ਬਿਨਾ ਆਵਾਜ਼ ਕਿਵੇਂ ਕੀਤੀ ਆਵਾਜ਼ ਕਿਵੇਂ ਕੀਤੀ ਫਿਰ ਉਹ ਜਦ ਤੱਕ ਉਹ ਆਪਣੇ ਪਿੰਡ ਪਹੁੰਚਦਾ ਉਦੋਂ ਪਹਿਲਾਂ ਗਧਾ ਕਿਸੇ ਗਧੇ ਦੀ ਆਵਾਜ਼ ਸੁਣ ਕੇ ਹਿੰਗਣ ਲੱਗ ਜਾਂਦਾ ਉਹ ਉਹਦਾ ਗੱਲ ਲਾ ਦਿੰਦਾ ਕਹਿੰਦਾ ਇਹਨੇ ਮੇਰੀ ਇਜਾਜ਼ਤ ਤੋਂ ਬਿਨਾ ਆਵਾਜ਼ ਕੱਢੀ ਮੈਨੂੰ ਪੁੱਛਿਆ ਤੱਕ ਨਹੀਂ ਹੈ ਤੇ ਜਦ ਉਹ ਕੁੜੀ ਡਰ ਜਾਂਦੀ ਆ ਬਹੁਤ ਜ਼ਿਆਦਾ ਇਹਨਾਂ ਡਰ ਜਾਂਦੀ ਆ ਵੀ ਜਦੋਂ ਸਹੁਰੇ ਘਰ ਪਹੁੰਚਦੇ ਉਹਦੀ ਸੱਸ ਕਹਿੰਦੀ ਪੁੱਤਰ ਰੋਟੀ ਖਾ ਲਾ ਉਹ ਕਹਿੰਦੀ ਜਦੋਂ ਤੱਕ ਮੇਰਾ ਮਾਲਕ ਨਹੀਂ ਕਹੂਗਾ ਮੈਂ ਰੋਟੀ ਨਹੀਂ ਖਾ ਸਕਦੀ ਉਹਦੀ ਇਜਾਜ਼ਤ ਤੋਂ ਬਿਨਾਂ ਤੇ 10 ਦਿਨ ਬਾਅਦ ਕੁੜੀ ਦਾ ਪਿਓ ਉਹਨੂੰ ਮਿਲਣ ਆਉਂਦਾ ਜਵਾਈ ਘਰੇ ਨਹੀਂ ਹੁੰਦਾ ਉਹ ਕਹਿੰਦਾ ਵੀ ਧੀ ਇਹ ਦਰਵਾਜ਼ਾ ਖੋਲ ਉਹ ਕਹਿੰਦੀ ਬਾਪੂ ਜੀ ਮੇਰਾ ਘਰ ਵਾਲਾ ਖੇਤ ਗਿਆ ਹੋਇਆ ਉਹ ਤੋਂ ਇਜਾਜ਼ਤ ਲੈ ਕੇ ਆਓ ਮੈਂ ਫੇਰ ਦਰਵਾਜ਼ਾ ਖੋਲੂਗੀ ਤੇ ਮੁਰਕੇ ਉਹ ਕੁੜੀ ਦਾ ਪਿਓ ਬੜਾਰਾਨ ਹੁੰਦਾ ਹੁਣਾ ਸੀ ਭੈਣ ਉਹ ਜਵਾਈ ਨੂੰ ਪੁੱਛਦਾ ਕਹਿੰਦਾ ਵੀ ਤੂੰ ਇਹਨੂੰ ਕਾਬੂ ਕਿਵੇਂ ਕੀਤਾ ਉਹ ਕਹਿੰਦਾ ਬਾਪੂ ਜੀ ਵੀ ਉਹ ਸਾਰੀ ਕਹਾਣੀ ਸੁਣਾ ਦਿੰਦਾ ਉਹ ਕਹਿੰਦਾ ਵੀ ਮੇਰੇ ਵਾਲੀ ਨੂੰ ਕਾਬੂ ਕਰਨ ਦਾ ਤਰੀਕਾ ਦੱਸ ਉਹ ਕਹਿੰਦਾ ਗੱਲ ਇਹ ਆ ਵੀ ਪੱਕੀ ਮਿੱਟੀ ਨੂੰ ਤੁਸੀਂ ਢਾਲ ਨਹੀਂ ਸਕਦੇ ਇਹ ਕੱਚੀ ਮਿੱਟੀ ਸੀ ਮੈਂ ਢਾਲ ਲਈ ਹੈ ਨਾ ਵੀ ਉਹ ਐਨੇ ਤਰੀਕੇ ਨਾਲ ਉਸ ਕੁੜੀ ਨੂੰ ਮਤਲਬ ਉਹ ਕੁੜੀ ਸਾਹ ਵੀ ਉਹਦੀ ਇਜਾਜ਼ਤ ਨਾਲ ਲੈਣ ਲੱਗ ਜਾਂਦੀ ਹੈ ਨਾ ਮੈਨੂੰ ਬੜੀ ਸੋਹਣੀ ਕਹਾਣੀ ਲੱਗੀ ਏ ਮਤਲਬ ਬਾਤਾਂ ਸਿਰਫ ਬਾਤਾਂ ਨਹੀਂ ਹੈ ਭੈਣੇ ਆ ਇਸ ਬਾਤ ਦੇ ਵਿੱਚੋਂ ਹਨ ਵੀ ਤੁਸੀਂ ਇਹ ਦੇਖੋ ਵੀ ਕਿੰਨੀ ਜਿਹੜੀ ਆਪਾਂ ਮਨੋ ਵਿਸ਼ਲੇਸ਼ਣ ਇਹਨੂੰ ਕਹੀਏ ਆਪਾਂ ਮਨੋ ਵਿਗਿਆਨਕ ਤੌਰ ਤੇ ਵੀ ਕਿੰਨਾ ਇਹ ਦੱਸਦੀ ਪਈ ਆ ਵੀ ਕੀ ਕੁਝ ਕਿਵੇਂ ਪੇਸ਼ ਹੁੰਦਾ ਕਿਵੇਂ ਰਿਸ਼ਤੇ ਬੰਦੇ ਆ ਔਰ ਕਿਵੇਂ ਮਤਲਬ ਆਪਾਂ ਦੇਖੀਏ ਵੀ ਡਰ ਕੀ ਜੀਣਾ ਤਾਂ ਇਹ ਹੁਣ ਤੁਸੀਂ ਬਾਤ ਸੁਣਾਈ ਆ ਆਪਣੀ ਨਾ ਜਦੋਂ ਅਸੀਂ ਖੇਤਾਂ 'ਚ ਕੱਖ ਮਾਰ ਦਿੰਦੇ ਭੈਣੇ ਹਾਂ ਤੇ ਉਦੋਂ ਨਾ ਜੇ ਦੁਪਹਿਰ ਹੋ ਜਾਂਦੀ ਹੈ ਜੇਠਾੜ 'ਚ ਤੇ ਸਿਰ ਮਚਣ ਲੱਗ ਜਾਂਦਾ 12 ਕਵਜੇ 1 ਕਵਜੇ ਬਹੁਤ ਗਰਮੀ ਹੋ ਜਾਂਦੀ ਹੁਣ ਤਾਂ ਠੰਡਾ ਨਹੀਂ ਮਹਿਸੂਸ ਹੁੰਦੀ ਤੋਦੋ ਸੇ ਨਰਮੇ ਜਾਂ ਕੱਖ ਮਾਰ ਦੇ ਕਸੀਏ ਨਾਲ ਉਦੋਂ ਪਰ ਆਏ ਜੀ ਕਰ ਦਿੰਦਾ ਭੱਜ ਗਏ ਵੀ ਕਾਹਨ ਹਣਾ ਫਿਰ ਉਦੋਂ ਵਿੱਚ ਬੰਦੇ ਹੁੰਦੇ ਨੇ ਜਿਹੜੇ ਸਿਆਣੇ ਉਹਨਾਂ ਨੂੰ ਪਹਿਲਾਂ ਤੋਂ ਚੱਲੇ ਆ ਉਹਨਾਂ ਨੂੰ ਪਤਾ ਵੀ ਕਿਵੇਂ ਟਿਕਣਗੇ ਤੋ ਉਹ ਫਿਰ ਗੱਬਾਤ ਤੋੜ ਲੈਂਦੇ ਵੀ ਗੱਲ ਸੁਣਾਉਣੇ ਇੱਕ ਵਾਰੀ ਵੀ ਸਾਡਾ ਬਜ਼ੁਰਗ ਸੀਗਾ ਆਈ ਉਹ ਮਤਲਬ ਆ ਕੰਮ ਨਵੇੜ ਕੇ ਤੇ ਆ ਇੰਨੀ ਕ ਦੁਪਹਿਰ ਸੀ ਮਤਲਬ ਉਹ ਮੌਸਮ ਸਰਜਦਾ ਵੀ ਇੰਨੀ ਕ ਦੁਪਹਿਰ ਸੀ ਤੇ ਉਹ ਆਪਦਾ ਉੱਠਦੇ ਉੱਠ ਦੀ ਰੇੜੀ ਦੇ ਜੋੜ ਕੇ ਤੇ ਜਾ ਚਲਾ ਜਾਂਦਾ ਤੇ ਜੋ ਰਾਹ ਚ ਜਾਂਦਾ ਕਹਿੰਦਾ ਵੀ ਰਾਹ ਚ ਰਾਹ ਕਿੰਨਾ ਲੰਬਾ ਆਪਣਾ ਉਹਦੇ ਵਿੱਚ ਇੱਕ ਬੱਕਰਾ ਤੁਰਿਆ ਫਿਰੇ ਹੂੰ ਤੇ ਉਹਨੇ ਚੱਕ ਕੇ ਕੀ ਕੀਤਾ ਕਹਿੰਦਾ ਮੇਰੇ ਬਾਬੇ ਨੇ ਉਹ ਬੱਕਰਾ ਚੱਕ ਕੇ ਮਤਲਬ ਰੇੜੀ ਤੇ ਧਰ ਲਿਆ ਜੋ ਰੇੜੀ ਤੇ ਧਰ ਲਿਆ ਤੇ ਬੋਤਾ ਖੜ ਗਿਆ ਹੂੰ ਤੁਰਿਆ ਨਾ ਜਾਏ ਬੋਤੇ ਤੋਂ ਹੂੰ ਉਹ ਭਾਰਾ ਹੀ ਨਾ ਹੋ ਗਿਆ ਉਹ ਜਿਹੜਾ ਸਲੇਡਾ ਕਹਿੰਦੇ ਵੀ ਸਲੇਡਾ ਕੀ ਹੁੰਦਾ ਹਾਂਜੀ ਹੈਨਾ ਤੇ ਉਹ ਜਦੋਂ ਕਹਿੰਦਾ ਵੀ ਬੱਕਰਾ ਥੱਲੇ ਲਾਦਾ ਕਰੇ ਤਾਂ ਬੋਤਾ ਚੱਲ ਪਿਆ ਕਰੇ ਜਦੋਂ ਧਰ ਲਿਆ ਕਰੇ ਉਦੋਂ ਮਤਲਬ ਉਹ ਉਹ ਬੋਤਾ ਖੜ ਜਾ ਕਰੇ ਹਾਂਜੀ ਤੇ ਅਸੀਂ ਅਸੀਂ ਮਤਲਬ ਹੰਗੂਰਾ ਵੀ ਬਹੁਤ ਮੇਨ ਹੁੰਦਾ ਜਿਹੜਾ ਬਾਤ ਦੇ ਵਿੱਚ ਹੰਗੂਰਾ ਭਰਨਾ ਅਸੀਂ ਹੰਗੂਰਾ ਭਰਦੇ ਵੀ ਅੱਛਾ ਫੇਰ ਫੇਰ ਕੀ ਹੋਇਆ ਤੇ ਐਨਾਂ ਐਂ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਉਹ ਕਈ ਰੂਪ ਬਦਲਦਾ ਬੱਕਰਾ ਬੱਕਰਾ ਕਦੇ ਕੁਝ ਬਣ ਜਾਂਦਾ ਕਦੇ ਬਾਲਦ ਬਣ ਜਾਂਦਾ ਕਦੇ ਉਹ ਸੱਪ ਬਣ ਜਾਂਦਾ ਹਨਾ ਫਿਰ ਅੰਡ ਤੇ ਉਹ ਗੱਲ ਨਵੇੜਦੇ ਵੀ ਫਿਰ ਮੇਰੇ ਜਿਹੜਾ ਬਾਪੂ ਸੀਗਾ ਉਹਨੇ ਡਾਂ ਕੱਢੀ ਤੇ ਉਹਦੇ ਢੂਏ 'ਚ ਮਾਰੀ ਤੇ ਸਲੇਡਾ ਨਾਲ ਦੀ ਨਾਲ ਹੀ ਭੱਜ ਗਿਆ ਤੇ ਕਹਿੰਦੇ ਅੱਛਾ ਵੀ ਕਹਿੰਦੇ ਵੀ ਜੇ ਸਲੇਡਾ ਟੱਕਰੇ ਨਾ ਰਾਜ ਡਰੇ ਨਾ ਬੰਦਾ ਉਹਰ ਐਂਡ ਤੇ ਗੱਲ ਹੀ ਨਿਵੇੜਦਾ ਵੀ ਡਰੇ ਨਾ ਐਨੇ ਚ ਦੁਪਹਿਰ ਲੰਘ ਕੇ ਜਾਂਦਾ ਹਨ ਆ ਵੀ ਬਾਤਾਂ ਬਾਤ ਪਰ ਤੁਹਾਨੂੰ ਜਿੰਨੇ ਸੱਚ ਮਤਲਬ ਜਿੰਨੇ origignal ਢੰਗ ਨਾਲ ਲੋਕ ਸੁਣਾਉਂਦੇ ਸੀ ਤੁਹਾਨੂੰ ਐ ਨਹੀਂ ਸੀ ਲੱਗਣ ਲੱ ਜਾਂਦਾ ਵੀ ਗੱਲ ਸੱਚੀ ਆ ਮੈਨੂੰ ਲੱਗਦਾ ਵੀ ਆਪਾਂ ਘਟੋ ਘਟ 20 ਸਾਲ ਦੀ ਉਮਰ ਤੱਕ ਕਿ ਮੰਨਦੇ ਰਹੇ ਉਹ ਵੀ ਸਲੇਡੇ ਹੁੰਦੇ ਆ ਬਿਲਕੁਲ ਦੁਪਹਿਰ 'ਚ ਜੇ ਕਿਤੇ ਜਾਂਦੇ ਤਾਂ ਹੀ ਸੋਚਦੇ ਰਹਿੰਦੇ ਵੀ ਕਿਤੇ ਸਲੇਡਾ ਨਾ ਹੋਵੇ ਕਿਤੇ ਰੂਪ ਬਦਲ ਕੇ ਖੜਾ ਹੋ ਇੱਕ ਹੋਰ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਖੂਹ ਪੱਟਦੇ ਹੋ ਤਾਂ ਥੱਲੋਂ ਕੀ ਨਿਕਲਦੇ ਨੇ ਗਿੱਠ ਮੂਟੀਆਂ ਹੈਨਾ ਉਹ ਵੀ ਹਾਂ ਉਹ ਬਹੁਤ ਚੱਲਦੀ ਫੁਲਾਣੇ ਦੇ ਗਿੱਠ ਮੂਟੀਆਂ ਨਿਕਲੇ ਸੀ ਉਹ ਤਾਂ ਹੀ ਉਹ ਫੁਲਾਣਾ ਨਹੀਂ ਮਿਲਿਆ ਕਿਤੇ ਮੁੜੇ ਨਿਕਲੇ ਸੀ ਬਸ ਮਤਲਬ ਉਹੀ ਹੈ ਕਿ ਉਹ ਇੰਨੀ ਕਹਾਣੀ ਨੂੰ ਇੰਨੀ ਸੱਚੀ ਬਣਾ ਕੇ ਪੇਸ਼ ਕਰਦੇ ਸੀਗੇ ਵੀ ਆਪਾਂ ਨੂੰ ਮੈਂ ਆਪਾਂ ਕਿੰਨੀ ਉਮਰ ਤੱਕ ਮੰਨਦੇ ਰਹੇ ਹੋਵਾਂਗੇ ਵੀ ਗਿੱਠ ਮੁਠੀ ਹੁੰਦੇ ਨੇ ਕਹਿੰਦੇ ਜੀ ਜਦੋਂ ਉਹਨਾਂ ਨੂੰ ਬਾਹਰ ਲਈ ਹਵਾ ਲੱਗਦੀ ਉਹ ਮਰ ਜਾਂਦੇ ਨੇ ਹਨਾ ਇੱਕ ਬਾਤ ਦੇ ਵਿੱਚ ਜਿਹੜਾ ਮੈਂ ਪਿੱਛੇ ਪਹਿਲਾਂ ਵੀ ਕਿਹਾ ਹੰਗਾਰਾ ਹੰਗਾਰਾ ਬਹੁਤ ਵੱਡੀ ਚੀਜ਼ ਹੈ ਮਤਲਬ ਹੰਗਾਰਾ ਜਿੰਨੇ ਚਿਰ ਹੰਗਾਰਾ ਚੱਲਦਾ ਬਾਤ ਚੱਲੀ ਜਾਂਦੀ ਰਹਿੰਦੀ ਹੈ ਤੇ ਬਾਤ ਬਾਤ ਦੀ ਹੈ ਖੂਸੂਰਤੀ ਆ ਤੇ ਬਾਤ ਜਿੰਨੀ ਮਰਜੀ ਛੋਟੀ ਕਰ ਲਓ ਜਿੰਨੀ ਮਰਜ਼ੀ ਵਧਾ ਲਓ ਜਿਹੜਾ ਬੰਦਾ ਬਾਤੀ ਹੈ ਹਮਮ ਹੈਨਾ ਤਾਂ ਜਿਵੇਂ ਮੈਂ ਉਹਦੀ ਇੱਕ ਕਿਤਾਬ ਹੋਰ ਆ ਪੜ੍ਹਨੇ ਹਰਪਾਲ ਸਿੰਘ ਪੰਨੂ ਨੇ ਅਨੁਵਾਦ ਕੀਤੀ ਹੈ ਉਹ ਰਾਜਸਥਾਨੀ ਕਥਾ ਮੈਂ ਅੱਜ ਦੀ ਭੂਮਿਕਾ ਜੀ ਪੜਦਾ ਸੀਗਾ ਉਹ ਚੰਨ ਲਿਖਿਆ ਸੀ ਇਹ ਕਹਿੰਦਾ ਵੀ ਜਿਹੜਾ ਇੱਕ ਉਸਤਾਦ ਆਪਦੇ ਜਿਹੜੇ ਚੇਲੇ ਸੀ ਉਹਨਾਂ ਨੂੰ ਬਾਤ ਸੁਣਾ ਰਿਹਾ ਸੀ ਤੇ ਹੋਰ ਵੀ ਬਾਤ ਸੁਣ ਬੱਚੇ ਬੈਠੇ ਬਾਤ ਸੁਣੀ ਜਾਂਦੇ ਸੀ ਉਹਨੋਂ ਵਿੱਚੋਂ ਕੰਮ ਪੈ ਗਿਆ ਜਿਵੇਂ ਹੁਣ ਮੈਨੂੰ ਕੰਮ ਪੈ ਜੇ ਹੈਨਾ ਤੇ ਮੈਂ ਹਰਮਨ ਨੂੰ ਕਹਦਾ ਬਾਈ ਨੂੰ ਵੀ ਹਰਮਨ ਤੂੰ ਬਾਤ ਤੋੜ ਕੇ ਰੱਖਣੀ ਹੈ ਹਾਂ ਹੈਨਾ ਪਰ ਕਹਾਣੀ ਬਾਤ ਸੁਣਾਉਣੀ ਨਹੀਂ ਤੋਰੀ ਜਰੂਰ ਰੱਖਣੀ ਅੱਛਾ ਹੁਣ ਉਹ ਕੀ ਕਰਦਾ ਉਹ ਉਹ ਕਹਿੰਦਾ ਚੇਲਾ ਕਹਿੰਦਾ ਜੀ ਠੀਕ ਆ ਉਹ ਉੱਠ ਕੇ ਚਲਾ ਜਾਂਦਾ ਅੱਧੇ ਘੰਟੇ ਲਈ ਤੇ ਉਹ ਬਾਤ ਸ਼ੁਰੂ ਕਰਦਾ ਬਾਤ ਆ ਗਈ ਆ ਵੀ ਇੱਕ ਜਨ ਹੈਗੀ ਤੇ ਉਹ ਉਹਨੇ ਉਹਨਾਂ ਨੇ ਬੂਹਾ ਰੋਕਿਆ ਵਾ ਮਤਲਬ ਗੇਟ ਰੋਕਿਆ ਵਾ ਤੇ ਜਨ ਉੱਥੇ ਖੜੀ ਆ ਫਿਰ ਉਹ ਕਵੇਂ ਬਾਤ ਨੂੰ ਵਧਾਉਂਦਾ ਬਾਤ ਤੋੜਦਾ ਵੀ ਆ ਪਰ ਬਾਤ ਸੁਣਾਉਂਦਾ ਵੀ ਨਹੀਂ ਉਹ ਫਿਰ ਸੁਣਾਉਣ ਲੱਗ ਜਾਂਦਾ ਵੀ ਜਿਹੜੇ ਉੱਥੇ ਪਾਏ ਸੀ ਕਿ ਜੰਨੀ ਆਏ ਸੀ ਉਹਨਾਂ ਦੇ ਕਿਹੋ ਜਿਹੇ ਕੱਪੜੇ ਪਾਏ ਸੀ ਉਹਨਾਂ ਦੇ ਉਹਨਾਂ ਵਿੱਚ ਕਿੰਨੇ ਨੌਜਵਾਨ ਸੀ ਕਿੰਨੀਆਂ ਬੀਬੀਆਂ ਸੀ ਜਾਂ ਕਿੰਨੇ ਬੰਦੇ ਸੀ ਫਿਰ ਉਹਨਾਂ ਦੇ ਬਲਦ ਕਿਹੋ ਜਿਹੇ ਸੀ ਕਿਵੇਂ ਸ਼ਿੰਗਾਰੇ ਸੀ ਗੱਡੇ ਕਿਵੇਂ ਚਿੰਗਾਰੇ ਸੀ ਖਾਣਾ ਕਿਹੋ ਜਿਹਾ ਸੀ ਐਵੇਂ ਕਰ ਕਰਕੇ ਤੇ ਐਵੇਂ ਉਹਦੋਂ ਉਸਤਾਦ ਆ ਜਾਂਦਾ ਮਤਲਬ ਅੱਧਾ ਘੰਟਾ ਬਾਤ ਉਹ ਵੀ ਚੱਲਦੀ ਆ ਉਹ ਉੱਥੇ ਗੇਟ ਰੋਕੇ ਨਹੀਂ ਰਹੇ ਹਾਂ ਪਰ ਸੁਣਾ ਵੀ ਦਿੰਦੇ ਤਾਂ ਇਹ ਬਾਤ ਦੀ ਖੂਬਸੂਰਤੀ ਆ ਵੀ ਤੁਸੀਂ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ ਇੱਕ ਬਾਤ ਹੋਰ ਵੀ ਆ ਵੀ ਉਹ ਆਪਣਾ ਇੱਕ ਆ ਬਜ਼ੁਰਗ ਆਪਣੇ ਬੱਚੇ ਨੂੰ ਬਾਤ ਸੁਣਾਉਂਦਾ ਤੇ ਉਹ ਕਹਿੰਦਾ ਵੀ ਮੈਂ ਨਦੀ 'ਚ ਜਦੋਂ ਜੰਗਲ ਨਦੀ ਜੰਗਲ 'ਚ ਗਿਆ ਸੀ ਤੇ ਮੈਨੂੰ ਨਦੀ ਪਾਰ ਕਰਨੀ ਪੈਗੀ ਤੇ ਹੜ ਆ ਗਿਆ ਕਹਿੰਦਾ ਬਹੁਤ ਹੜ ਆ ਗਿਆ ਤੇ ਕਹਿੰਦਾ ਮੇਰੇ ਹੱਥ 'ਚ ਇੱਕ ਦਰਖਤ ਦੀ ਜੜ ਆ ਗਈ ਮੈਂ ਜੜ ਫੜ ਕੇ ਬਾਹਰ ਨਿਕਲ ਗਿਆ ਤੇ ਮਬਾਜ ਗਿਆ ਉਹ ਆਂਦਾ ਵੀ ਇਹ ਕੀ ਇਹ ਸਵਾਦ ਹੀ ਨਹੀਂ ਆ ਗਿਆ ਨਾ ਵੀ ਬਾਤ ਇੰਨੀ ਕੀ ਸੀ ਬਸ ਬਾਤ ਨਹੀਂ ਆਵਾਜ਼ ਐਨੀ ਕੀ ਸੀ ਕਹਿੰਦਾ ਇਹ ਤਾਂ ਨਹੀਂ ਕੋਈ ਬਾਤ ਹੋਈ ਜਵਾਕ ਕਹਿੰਦਾ ਵੀ ਨਹੀਂ ਇਹ ਨਹੀਂ ਹੋਰ ਵੀ ਇਹ ਕਿਵੇਂ ਸੀ ਕਹਿੰਦਾ ਫੇਰ ਕੀ ਸੀ ਕਹਿੰਦਾ ਮੈਂ ਜੜ ਫੜ ਕੇ ਬਾਹਰ ਆ ਗਿਆ ਜੋ ਜੜ ਫੜ ਕੇ ਬਾਹਰ ਆ ਗਿਆ ਸਾਹਮਣੇ ਚੀਤਾ ਆ ਗਿਆ ਬਾਤ ਕਰਦਾਂ ਚੀਤਾ ਆ ਗਿਆ ਕਹਿੰਦਾ ਮੈਂ ਨਦੀ 'ਚ ਫੇਰ ਛਾਲ ਮਾਰੀ ਤੇ ਉਹਨੇ ਹੀ ਮੇਰੇ ਮਗਰ ਨਦੀ ਛਾਲ ਮਾਰੀ ਤੇ ਕਹਿੰਦਾ ਵੀ ਫੇਰ ਮੈਂ ਕੀ ਕੀਤਾ ਕਹਿੰਦਾ ਵੀ ਬੱਚਾ ਪੁੱਛਦਾ ਵੀ ਫੇਰ ਉਹ ਕਹਿੰਦਾ ਫੇਰ ਮੈਂ ਕੀ ਕੀਤਾ ਕਹਿੰਦਾ ਵੀ ਜਿਹੜੀ ਜੜ ਸੀ ਉਹਨੂੰ ਮੈਂ ਤੋੜ ਲਿਆ ਉਹਦੀ ਗੰਢ ਦੇ ਲਈ ਤੇ ਜਦੋਂ ਚੀਤਾ ਮੇਰੇ ਵੱਲ ਆਉਣ ਲੱਗ ਗਿਆ ਤੇ ਮੈਂ ਚੀਤੇ ਦੇ ਗਾਲ ਵੱਨੀ ਸਿੱਟਦੀ ਤੇ ਚੀਤੇ ਦੇ ਗਾਲ ਚ ਪੈ ਗਈ ਕਹਿੰਦਾ ਫਿਰ ਅੱਛ ਕਹਾਂ ਨਹੀਂ ਮੈਂ ਚੀਤਾ ਕੇ ਮਾਰਨਾ ਸੀ ਇਹਨਾਂ ਤੇ ਕਹਿੰਦਾ ਵੀ ਫਿਰ ਮੈਂ ਬਾਹਰ ਨਿਕਲੇਗਾ ਨਹੀਂ 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 ਇਹ ਨਹੀਂ ਹੋਰ ਸੁਣਾਓ ਉਹ ਕਹਿੰਦਾ ਫਿਰ ਮੈਂ ਚੀਤੇ ਦੇ ਗਲ ਚ ਪਾ ਲਿਆ ਮੈਂ ਆਪਣੀ ਕਿਸ਼ਤੀ ਚ ਬਹਿ ਗਿਆ ਤੇ ਚੀਤੇ ਨੂੰ ਅੱਗੇ ਕਰ ਲਿਆ ਚੀਤਾ ਮੈਨੂੰ ਖਾਸੇ ਬਾੜਵਤ ਤੱਕ ਲਈ ਗਿਆ ਤੇ ਮੈਂ ਉਹਦਾ ਰਾਹ ਪੂਰਾ ਕਰ ਲਿਆ ਹੂੰ ਤੇ ਉਹ ਕਹਿੰਦਾ ਵੀ ਠੀਕ ਆ ਕਹਾਣੀ ਵੀ ਰਾਹ ਪੂਰਾ ਕਰ ਲਿਆ ਕਹਿੰਦਾ ਨਹੀਂ ਹੋਰ ਸੁਣਾ ਕਹਿੰਦਾ ਫਿਰ ਕੀ ਸੀ ਕਹਿੰਦਾ ਕੋਈ ਮਗਰ ਮੱਛੀ ਵੀ ਟੱਕਰਿਆ ਹੋਣਾ ਕਹਿੰਦਾ ਹਾਂ ਕਹਿੰਦਾ ਨਦੀ ਚ ਮੱਕਰ ਮਗਰ ਮੱਛੀ ਵੀ ਸੀਗਾ ਉਹ ਵਾਰ-ਵਾਰ ਕਹਿੰਦਾ ਵੀ ਮੈਨੂੰ ਉਹਦੀਆਂ ਨਾਸਾਂ ਦੇਖਦੀਆਂ ਸੀ ਕਦੇ ਥੱਲੇ ਹੋ ਜਾਂਦਾ ਸੀ ਕਦੇ ਉੱਪਰ ਹੋ ਜਾਂਦਾ ਸੀਗਾ ਤੇ ਮੈਂ ਬਾਦ ਆ ਪਾਸੇ ਪਾਸੇ ਦੀ ਨਗਾ ਲਿਆ ਕਹਿੰਦਾ ਫੇਰ ਫੇਰ ਕੀ ਕਹਿੰਦਾ ਮੈਂ ਜੇ ਨਗਾਉਣ ਲੱਗਿਆ ਪਾਸੇ ਦੀ ਤੇ ਕਹਿੰਦਾ ਇੱਕ ਬਜ਼ੁਰਗ ਨਾਲ ਹੀ ਕਹਿੰਦਾ ਕੋਈ ਆਪਦੀ ਬੱਕਰੀ ਚਰਾਉਂਦੀ ਫਿਰਦੀ ਸੀ ਉਹ ਮਗਰਮੱਚ ਦੀ ਬੱਕਰੀ ਫੜ ਕੇ ਅੰਦਰ ਲੈ ਗਿਆ ਕਹਿੰਦਾ ਹੂੰ ਬਾ ਐ ਬਾਤ ਵੀ ਬਧਾਈ ਹੁਣ ਦੋ ਵਾਰ ਤੇ ਮੈਂ ਹੀ ਭੁੱਲ ਗਿਆ ਕਿੱਥੇ ਮਤਲਬ ਆ ਬਾਤ ਦੀ ਦੁਰੀ ਜਾਂਦੀ ਹੈ ਹਾਂ ਇਹ ਗੱਲ ਦੇਖੋ ਜਦੋਂ ਆਪਣੇ ਮਤਲਬ ਸਾਡੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਨਾ ਆਪਾਂ ਵੀ ਕਹਿੰਦੇ ਹੁੰਦੇ ਸੀ ਹੋਰ ਕੀ ਹੋਇਆ ਫਿਰ ਆਪੇ ਹੀ ਜੋੜ ਦਿਆ ਹੁੰਦੀਆਂ ਸੀ ਵੀ ਹੋਰ ਕੀ ਹੋਇਆ ਇਹ ਹੋਰ ਕੀ ਹੋਇਆ ਜਿਹੜਾ ਹੈਗਾ ਨਾ ਆਪਣੇ ਇੱਕ ਹਿਸਾਬ ਦਾ ਵਿਕਾਸ ਹੀ ਹੋ ਰਿਹਾ ਹੁੰਦਾ ਬੱਚੇ ਦਾ ਸਵਾਲ ਬਹੁਤ ਪੁੱਛਦੇ ਆ ਅੱਜ ਤਾਂ ਛੋਟੀ ਉਮਰ ਦੇ ਬੱਚੇ ਨੂੰ ਆਪਾਂ ਗੱਲ ਕਰਾਂਗੇ ਸੋਹਣਾ ਤਰੀਕਾ ਤਾਂ ਭੈਣੇ ਇਹ ਵੀ ਆ ਕਿ ਬੱਚੇ ਦਾ ਇਕੱਲਾਪਣ ਦੂਰ ਹੁੰਦਾ ਜਦੋਂ ਆਪਾਂ ਬਾਤ ਸੁਣਾਉਨੇ ਆ ਬੱਚੇ ਨਾਲ ਗੱਲ ਕਰਦੇ ਆ ਬੱਚੇ ਨੂੰ ਤਾਂ ਆਪਣਾਪਣ ਵੀ ਮਹਿਸੂਸ ਹੁੰਦਾ ਹੁਣ ਅੱਜ ਦੇ ਸਮੇਂ ਦੇ ਵਿੱਚ ਭੈਣੇ ਵੀ ਜ਼ਿੰਦਗੀ ਕਿੰਨੀ ਵਿਅਸਤ ਹੋ ਗਈ ਆ ਲੋਕਾਂ ਕੋਲੇ ਜਮਾਂ ਕੁ ਵੀ ਟਾਈਮ ਨਹੀਂ ਆ ਘਰ ਤੋਂ ਕੰਮ ਤੇ ਕੰਮ ਤੋਂ ਘਰ ਆਉਣੇ ਆ ਹਨਾ ਆਪਾਂ ਤੇ ਬਜ਼ੁਰਗ ਪਹਿਲਾਂ ਪਹਿਲਾਂ ਵੀ ਕੰਮ ਕਰਦੇ ਸੀ ਲੋਕ ਪਰ ਪਹਿਲਾਂ ਕੰਮ ਕੰਮਾ ਚ ਹੀ ਬਾਤਾਂ ਬਹੁਤ ਹੁੰਦੀਆਂ ਸੀ ਹੂੰ ਬਾਤਾਂ ਛੱਡੋ ਪਹਿਲਾਂ ਟੋਟ ਕੇ ਵੀ ਏਦਾਂ ਵੀ ਟੋਟ ਕੇ ਹੁੰਦੇ ਸੀ ਫਲਾਣੇ ਦਾਦਾ ਐ ਹੁੰਦਾ ਸੀ ਓਏ ਉਹਨਾਂ ਨੇ ਐ ਕੀਤਾ ਸੀ ਅੱਲਾ ਬਹੁਤ ਪੈਂਦੀਆਂ ਹੁੰਦੀਆਂ ਨੇ ਨਾ ਪਿੰਡ 'ਚ ਸਾਡੇ ਵੀ ਕਈ ਏਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਪਿੰਡ 'ਚ ਮਤਲਬ ਨਾਮ ਮਗਰਲ ਪੈਂਦੀ ਹੁੰਦੀ ਹੈ ਫਿਰ ਉਹ ਕਮੇ ਭਈ ਉਹਦਾ ਬਾਤ ਹੀ ਆ ਉਹ ਚੱਲਦੀ ਸੀਗੀ ਇਹ ਫਲਾਣੇ ਵਾਰੀਆਂ ਨੇ ਇਹ ਫਲਾਣੇ ਨੇ ਫਲਾਣਾ ਕੰਮ ਆ ਕੀਤਾ ਸੀ ਤੇ ਉਹਦਾ ਨਾਮ ਐਵੇਂ ਪੈ ਗਿਆ ਬਿਲਕੁਲ ਤੇ ਉਹ ਬਾਤ ਹੀ ਚੱਲਦੀ ਰਹਿੰਦੀ ਆ ਜਦੋਂ ਬੱਚੇ ਨਾਲ ਆਪਾਂ ਸਮਾਂ ਬਤਾਓ ਬੀਤਿਤ ਕਰਾਂਗੇ ਤਾ ਮੈਨੂੰ ਲੱਗਦਾ ਵੀ ਉਹ ਆਪਣੇ ਰਿਸ਼ਤੇ ਨੂੰ ਵੀ ਵਧੀਆ ਸਮਝਦਾ ਤੇ ਜ਼ਿੰਦਗੀ ਵਧੀਆ ਹੁੰਦੀ ਹੈ ਮੇਰੇ ਗੱਲ ਤੁਹਾਡੀ ਕਲਪਨਾ ਬਹੁਤ ਵੱਡੀ ਹੈ ਕਲਪਨਾ ਮੈਂ ਤਾਂ ਆਪਣੀ ਕਲਪਨਾ ਦਾ ਹੀ ਮਸਲਾ ਹਾਂ ਕਲਪਨਾ ਵੱਡੀ ਹੁੰਦੀ ਆ ਆ ਹੁਣ ਵੀ ਜਵਾਕਾਂ ਨੂੰ ਸਕੂਲਾਂ 'ਚ ਦੰਦੇ ਹੁੰਦੇ ਵੀ ਆਹ ਇੱਕ ਚਿੱਤਰ ਆ ਇਹਨੂੰ ਦੇਖ ਕੇ ਤੁਸੀਂ ਦੱਸੋ ਤੁਹਾਡੇ ਦਿਮਾਗ 'ਚ ਕੀ ਆਉਂਦਾ ਮੈਨੂੰ ਲੱਗਦਾ ਉਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਸ਼ਾਇਦ ਨਿਆਣੇ ਨਾਲ 1 ਮਹੀਨੇ 'ਚ ਇੱਕ ਅੱਧੀ ਵਾਰੀ ਕੋਈ ਇਦਾਂ ਦੀ ਗੱਲ ਕਰਦੇ ਨੇ ਸਕੂਲ ਵਾਲੇ ਪਰ ਜਿਹੜੀ ਚੀਜ਼ਾਂ ਆਪਾਂ ਨੇ ਸੁਣੀਆਂ ਵੀ ਆ ਕਿਤੇ ਜਾ ਕੇ ਸਾਥ 'ਚ ਬਹਿ ਜਾਣਾ ਉੱਥੇ ਕਿਸੇ ਨੇ ਕੋਈ ਕਹਾਣੀ ਤੋੜ ਲੈਣੀ ਰਾਤ ਨੂੰ ਸੌਣ ਲੱਗੇ ਤਾਂ ਹਰ ਘਰ ਚ ਕੋਈ ਨਾ ਕੋਈ ਬਜ਼ੁਰਗ ਅਹਜਾ ਹੁੰਦਾ ਸੀ ਜਿਹੜਾ ਸਾਰੇ ਇਹਨਾਂ ਪਹਿਲਾਂ ਚੱਲਦੀ ਸੀ ਭੈਣੇ ਹਾਂ ਹੁਣ ਬਜ਼ੁਰਗ ਨਹੀਂ ਹੈ ਜਾਂ ਓਵੇਂ ਦੇ ਬਜ਼ੁਰਗ ਨਹੀਂ ਰਹੀ ਹੁਣ ਬਜ਼ੁਰਗ ਵੀ ਮੋਬਾਈਲ ਚਲਾਉਣ ਲੱਗੇ ਮੋਬਾਈਲ ਚਲਾਉਣ ਲੱਗੇ ਹੁਣ ਸਭ ਦੇ ਵਿੱਚ ਰੀਲਾਂ ਚ ਆ ਗਈ ਨਾ ਸਾਰੀ ਕਹਾਣੀ ਰੀਲਾਂ ਚ ਆ ਗਈ ਹੂੰ ਹੁਣ ਮੈਂ ਵੀ ਕਈ ਵਾਰ ਰੀਲ ਦੇਖਦਾ ਔਰ ਰੀਲ ਦੇ ਵਿੱਚ ਸੋ ਪਕੜ ਬਹੁਤ ਕਰਦੀ ਆ ਉਹ ਹਾਂ ਸਿਰਫ ਹੀ ਹੀ ਸਿਰਫ 5 ਮਿੰਟ 2 ਮਿੰਟ ਦੇ ਵਿੱਚ ਸੋਨੂੰ ਉਹਨੇ ਪਕੜ ਕਰ ਲੈਣਾ ਇੱਕ ਵਾਰੀ ਨਤੀਜਾ ਆ ਗਿਆ ਉਹਨੇ ਸਾਹਾਤਾ ਦੂਜੀ ਰੀਲ ਚਾਇ ਨਹੀਂ ਪਤਾ ਵੀ ਉਸ ਕੋਈ ਬੰਦਾ ਸੁਸਾਈਡ ਕਰੀ ਜਾਂਦਾ ਹੈ ਸੁਸਾਈਡ ਕਰੀ ਜਾਂਦਾ ਤਾਂ ਮਨ ਦਾ ਤੁਸੀਂ ਦੇਖੋ ਵੀ ਕੀ ਬਣਦਾ ਹੋਊਗਾ ਤੇ ਬਾਤ ਇੱਕ ਇੱਕ ਗਰਾਫ ਚ ਚੱਲਦੀ ਪਈ ਹੈ ਹਨਾ ਕਦੇ ਜਿ ਬਘਿਆੜ ਆ ਗਿਆ ਉਹਦੇ ਚ ਚਿੜੀਆਂ ਬੋਲਦੀਆਂ ਬੱਚੇ ਲਈ ਕਿੰਨਾ ਸੋਹਣਾ ਲੱਗਦਾ ਕਿੰਨਾ ਸੋਹਣਾ ਮਾਹੌਲ ਸਿਰਜਿਆ ਜਾਂਦਾ ਉਹਦੇ ਵਿੱਚ ਹਨਾ ਤੇ ਬਾਤਾਂ ਸਿੱਖਿਆ ਨੂੰ ਲੈ ਕੇ ਸਿੱਖਿਆ ਬਹੁਤ ਸਾਰੀਆਂ ਬਾਤਾਂ ਇਦਾਂ ਦੀਆਂ ਬੀ ਉਹਦਾ ਨਤੀਜਾ ਬੜਾ ਘੈਣ ਨਿਕਲਦਾ ਬੜਾ ਕਿੰਨੀਆਂ ਸਿੱਖਿਆ ਤਾਂ ਇਹ ਕਿਨੇ ਭਵੇਂ ਉਹ ਉਹ ਐਚ ਡੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹਨਾ ਕਿੰਨੀਆਂ ਬਾਤਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਸਿੱਖਿਆ ਵੀ ਦਿੰਦੀਆਂ ਲਾਲਚੀ ਕੁੱਤਾ ਹੋ ਗਿਆ ਪਿਆਸਾ ਕਾਂ ਹੋ ਗਿਆ ਇਦਾਂ ਦੀਆਂ ਕਹਾਣੀਆਂ ਤਾਂ ਚੱਲਦੀਆਂ ਰਹਿੰਦੀਆਂ ਇੱਕ ਵਾਰੀ ਬਾਈ ਮਨਜੀਤ ਨੇ ਵੀ ਸੁਣਾਈ ਸੀ ਕਹਾਣੀ ਤੇ ਮੈਂ ਸੁਣਾਉਣਾ ਤੁਹਾਨੂੰ ਵੈਸੋ ਕਹਾਣੀ ਨਾ ਬਾਤ ਵੱਖਰੀ ਤਰ੍ਹਾਂ ਦੀ ਬਾਤ ਆ ਤੇ ਉਹ ਸੁਣਾਉਣਾ ਤੁਹਾਨੂੰ ਵੀ ਇੱਕ ਵਾਰੀ ਕੀ ਹੁੰਦਾ ਵੀ ਇੱਕ ਫੌਜੀਆ ਮਤਲਬ ਕਿਸੇ ਸਮੇਂ ਦਾ ਕੋਈ ਸੈਨਿਕਾ ਤੇ ਉਹ ਮਤਲਬ ਆਪਦੇ ਪਿੰਡ ਵੱਲ ਜਾਂਦਾ ਤੇ ਉਹਦਾ ਜਿਹੜਾ ਗੁਰੂ ਆ ਜਾਂ ਵੱਡਾ ਅਫੀਸਰ ਆ ਉਹ ਕਹਿੰਦਾ ਵੀ ਤਿੰਨ ਚੀਜ਼ਾਂ ਧਿਆਨ ਚ ਰੱਖੀ ਇੱਕ ਤਾਂ ਕਹਿੰਦਾ ਵੀ ਇਕੱਲਾ ਨਹੀਂ ਰਹਿਣਾ ਦੂਜਾ ਕਹਿੰਦਾ ਵੀ ਉਸ ਘਰੇ ਨਹੀਂ ਜਾਣਾ ਜਿੱਥੇ ਕਹਿੰਦਾ ਵੀ ਤਿੰਨ ਬੀਬੀਆਂ ਹੋਣ ਕਹਿੰਦਾ ਤੇ ਤੀਜਾ ਵੀ ਘੁੰਡ ਵਾਲੀ ਬੀਬੀ ਤੋਂ ਵੀ ਦੂਰੀ ਰੱਖਣੀ ਆਪਾਂ ਕਹਿੰਦਾ ਉਹ ਆਂਦਾ ਵੀ ਠੀਕ ਆ ਭਾਈ ਉਹ ਚੱਲ ਪੈਂਦਾ ਸਟੇਸ਼ਨ ਤੋਂ ਉੱਤਰਦਾ ਸਟੇਸ਼ਨ ਤੋਂ ਉੱਤਰ ਕੇ ਉਹਨੂੰ ਵੀ ਐਂ ਲੱਗਦਾ ਯਾਰ ਹੁਣ ਤਾਂ ਇਕੱਲੇ ਹੋ ਗਏ ਆਪਾਂ ਹੂੰ ਹੁਣ ਕੀ ਕਰੀਏ ਤਾਂ ਇੱਕ ਕੱਛੂ ਉਹਨੂੰ ਦਿਖਦਾ ਹੂੰ ਕਾਹਣੀ ਚ ਦੇਖਿਆ ਵੀ ਕਿਵੇਂ ਕੀ ਵਾਪਰਦਾ ਉਹ ਕੱਛੂ ਚੱਕਦਾ ਤੇ ਆਦੇ ਬੈਗ ਚ ਪਾ ਲੈਂਦਾ ਹੂੰ ਤੁਰਹ ਜਾਂਦਾ ਤੁਰਹ ਜਾਂਦਾ ਅੱਗੇ ਉਹ ਬੋਰਡ ਦਾ ਪਿੱਪਲ ਪਿੱਪਲ ਦਾ ਦਰਖਤ ਆ ਜਾਂਦਾ ਪਿੱਪਲ ਦਾ ਦਰਖਤ ਬਹੁਤ ਆਉਂਦਾ ਬਾਤਾਂ 'ਚ ਉਹ ਆ ਜਾਂਦਾ ਤੇ ਉਹਦੇ ਥੱਲੇ ਸੌ ਜਾਂਦਾ ਹੂੰ ਜ਼ਿਆਦਾਤਰ ਪਿੱਪਲਾਂ ਦੇ ਜੜੇਲਾਂ ਵੀ ਉਹ ਹਾਂ ਹਾਂ ਇੱਥੇ ਆ ਵੇਖੋ ਤੇ ਉਹ ਸੌ ਜਾਂਦਾ ਜੇ ਸਮਝ ਆ ਜਾਂਦਾ ਤੇ ਸਰਾਲ ਆ ਜਾਂਦੀ ਹੈ ਭਣੇ ਇੱਕ ਮੈਂ ਸਰਾਲ ਤਾਂ ਅਜ ਤਾਈਂ ਦੇਖੀ ਨਹੀਂ ਵੇਖੋ ਤਸਵੀਰ ਹੀ ਵੀ ਕੋਈ ਐਦਾਂ ਦੀ ਸਾਹ ਪਿੰਦੀ ਹੈ ਭਣੇ ਹਾਂ ਸਰਾਲ ਆ ਜਾਂਦੀ ਹੈ ਤਾਂ ਉਹ ਆਪਾਂ ਇਹ ਸਮਝਦੇ ਹਾਂ ਕਿ ਜਿਹੜਾ ਵੱਡਾ ਸਾਰਾ ਸੱਪ ਆ ਹਨ ਉਹਨੂੰ ਸਰਾਲ ਕਹਿੰਦੇ ਨੇ ਹਾਂ ਸਰਾਲ ਆ ਜਾਂਦੀ ਹੈ ਤਾਂ ਉਹ ਫੌਜੀ ਹੈ ਜਿਹੜਾ ਉਹਦੇ ਸਾਹ ਪੀ ਜਾਂਦੀ ਹੈ ਤੇ ਕਛੂਆਂ ਦਾ ਵੀ ਹਰੇ ਤਾਂ ਸਾਹ ਪੀ ਗਏ ਅਕੱਲਲਾ ਹੋ ਗਿਆ ਕੰਮ ਇਹਦਾ ਬਹੁਤ ਭੈੜਾ ਹੋ ਗਿਆ ਕੰਮ ਤਾਂ ਉਹ ਕਛੂ ਸਰਾਲ ਕੋਲੇ ਜਾਂਦਾ ਵੀ ਕਹਿੰਦਾ ਵੀ ਮੈਂ ਤੈਨੂੰ ਮਾਰ ਦਊਂਗਾ ਵੀ ਨਹੀਂ ਸਾਡੇ ਬੰਦੇ ਦੇ ਸਾਹ ਵਾਪਸ ਕਰ ਦੇ ਹਾਂ ਚਲ ਸਰਾਲ ਉਹਦੀ ਗੱਲ ਮੰਨ ਕੇ ਸਾਹ ਵਾਪਸ ਕਰ ਜਾਂਦੀ ਹੈ ਦੇਵਪਾ ਜੀ ਉੱਠ ਕੱਢਦਾ ਹੁੰਦਾ ਵੀ ਚਲੋ ਪਾਚ ਗਏ ਕਹਿੰਦਾ ਵੀ ਬਚਤ ਰਹਿ ਗਈ। ਬਾਕੀ ਵੀ ਮੇਰੇ ਜਿਹੜੇ ਉਸਤਾਦ ਨੇ ਸਹੀ ਗੱਲ ਆਕੀ ਸੀ। ਉਹ ਅੱਗੇ ਜਾਂਦਾ ਤੇ ਉਹਨੂੰ ਅੱਗੇ ਰਾਤ ਪੈ ਜਾਂਦੀ ਹੈ ਇੱਕ ਪਿੰਡ ਦੇ ਵਿੱਚ ਜਾਂਦਾ ਤੇ ਉਹ ਪਿੰਡ ਦੇ ਵਿੱਚ ਪੁੱਜਦਾ ਵੀ ਮੈਂ ਰਾਤ ਕੱਟਣੀ ਆ। ਕੋਈ ਬੰਦੇ ਕਹਿੰਦਾ ਵੀ ਇੱਕ ਬੀਬੀਆਂ ਰਹਿੰਦੀਆਂ ਹੋ ਰਾਤ ਕਟਾਉਂਦੀਆਂ ਵੀ ਉੱਥੇ ਜਾੜ ਉਹਨਾਂ ਦੇ ਬਣਿਆ ਵਾ ਉੱਤੇ ਰਹਿਣ ਵਾਲਾ। ਤੂੰ ਉੱਥੇ ਚਲਾ ਜਾ। ਉੱਥੇ ਜਾਂਦਾ گاਉ ਤਿੰਨ ਬੀਬੀਆਂ ਨੇ, ਦੋ ਕੁੜੀਆਂ ਉਹਦੀਆਂ ਇੱਕ ਮਾਤਾ। ਉਹ ਆਂਦੇ ਵੀ ਠੀਕ ਆ ਵੀ ਤੈਨੂੰ ਅਸੀਂ ਰਾਤ ਕਟਾਵਾ ਦਾਂਗੇ ਵੀ ਉੱਪਰ ਸਾਡੇ ਬਣਿਆ ਵਾ। ਉਹਦੇ ਤੇ ਤੁਸੀਂ ਰਹੋ ਤੇ ਜਾ ਕੇ ਆਵ ਆਰਾਮ ਕਰੋ ਸਵੇਰੇ ਚੜ੍ਹ ਜਾਓ ਠੀਕ ਆ ਕਹਿੰਦਾ ਉਹ ਉੱਪਰ ਜਾਂਦਾ ਉੱਪਰ ਜਾ ਕੇ ਉਹ ਮਤਲਬ ਇਦਾਂ ਦਾ ਮੰਜਾ ਲੱਗਿਆ ਹੋਇਆ ਪਲੰਗ ਤੇ ਉਹਦੇ ਤੇ ਚਾਦਰ ਵੀ ਛੀ ਹੋਈ ਆ ਤੇ ਉਹ ਕੁੜੀ ਦਿਖਾ ਕੇ ਉਹ ਨੂੰ ਚਲੇ ਜਾਂਦੀ ਆ ਕਹਿੰਦੀ ਵੀ ਤੁਸੀਂ ਕੁਝ ਖਾਣਾ ਪੀਣਾ ਤਾਂ ਦੱਸ ਦੋ ਕਹਿੰਦਾ ਵੀ ਮੈਨੂੰ ਕੁਝ ਪੀਣ ਲਈ ਲਿਆ ਦਿਓ ਪਾਣੀ ਵਗੈਰਾ ਚਲੋ ਉਹ ਜੋ ਦੇਹ ਦਾ ਆਉਂਦਾ ਵੀ ਯਾਰ ਇਹ ਤਿੰਨ ਬੀਬੀਆਂ ਤੇ ਉਸਤਾਦ ਨੇ ਵੀ ਕਿਹਾ ਸੀ ਤਿੰਨ ਬੀਬੀਆਂ ਤੋਂ ਬਚਣਾ ਹਮ ਹੈਨਾ ਉਹ ਆਂ ਵੀ ਦੇਖਿਆ ਸੀ ਕੁਝ ਕਹਿੰਦਾ ਗਲਤ ਮਲਤ ਨਾ ਹੋਵੇ ਜੋ ਦੇਹ ਦਾ ਪਲੰਗ ਦੇਖਦਾ ਤਾਂ ਪਲੰਗ ਦੇ ਥੱਲੇ ਕੁਝ ਨਹੀਂ ਹੁੰਦਾ ਥੱਲੇ ਖੂ ਹੀ ਹੁੰਦਾ ਮਲ ਜੇ ਬੰਦਾ ਬਹਿਂਦਾ ਹੋਵੇ ਤਾਂ ਥੱਲੇ ਹੀ ਜਾਂਦਾ ਹੂੰ ਉਹਦਾ ਵੀ ਇਹਦਾ ਗੱਲ ਪੱਕੀ ਹੋ ਗਈ ਕਹਿੰਦਾ ਵੀ ਉਸਤਾਦ ਨੇ ਸਹੀ ਕਿਹਾ ਸੀ ਚਲੋ ਕਹਿੰਦਾ ਜਦੋਂ ਬੀਬੀ ਉਹਦੇ ਮਤਲਬ ਲੜਕੀ ਆਉਂਦੀ ਆ ਉਹ ਪਾਣੀ ਪੂਣੀ ਲੈ ਕੇ ਬੀਬੀ ਜਦੋਂ ਕੋਈ ਤਾਂ ਉਹ ਆਂਦਾ ਵੀ ਠੀਕ ਆ ਉਹ ਕਹਿੰਦੀ ਵੀ ਤੁਸੀਂ ਬੈਠੇ ਕਿਉਂ ਨਹੀਂ ਵੀ ਬਹਿ ਜਾਓ ਆਰਾਮ ਕਰ ਲਓ ਉਹ ਆਂਦਾ ਨਹੀਂ ਹੋ ਜਾਂਦਾ ਪਾਣੀ ਰੱਖਣ ਜਾਂ ਲੱਗਣ ਲੱਗਦੀ ਆ ਤਾਨੂੰ ਪਿੱਛੋਂ ਧੱਕਾ ਮਾਰਦਾ ਉਹ ਹੂੰ ਉਹ ਪਲੰਗ ਦੇ ਵਿੱਚ ਥੱਲੇ ਖੂਚ ਜਾਉਂਦੀ ਆ ਅੱਛਾ ਉੱਥੋਂ ਚੱਲ ਫੌਜੀ ਜੀ ਆਪ ਜੀ ਨਿਕਲ ਜਾਂਦੇ ਨੇ ਵੀ ਬਾਤ ਚ ਗਏ ਵੀ ਜਾਣ ਵਾਚੀ ਕਹਿੰਦਾ ਵਾਕਈ ਗੱਲ ਸਹੀ ਸੀ ਮੇਰੇ ਉਸਤਾਦ ਦੀ ਵੀ ਤਿੰਨ ਬ ਕੋਈ ਬਾਤ ਘਟਣ ਵਾਲਾ ਬੀਬੀਆਂ ਤੱਕਿਆ ਹੋਣਾ ਪੈਣੇ ਤੇ ਹੁਣ ਇਹੋ ਜਿਹੀ ਵੀ ਅੱਕੀ ਰਹਿੰਦੇ ਨੇ ਕੋਈ ਨਹੀਂ ਮੈਨੂੰ ਲੱਗਦਾ ਉਹਨਾਂ ਨੇ ਆਪ ਹੀ ਘੜ ਲਈ ਹੋਣੀ ਹੋ ਸਕਦਾ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਫੌਜੀ ਜਾਂਦਾ ਅੱਗੇ ਤੇ ਉਹਨੂੰ ਦੁਪਹਿਰ ਹੋ ਜਾਂਦੀ ਹੈ ਤੇ ਉੱਥੇ ਮਤਲਬ ਇੱਕ ਘੁੰਡ ਵਾਲੀ ਬੀਬੀ ਖੂਹ ਚ ਪਾਣੀ ਕੱਢੀ ਜਾਂਦੀ ਹੁੰਦੀ ਉਹ ਉਹਨੂੰ ਪਾਣੀ ਪੀ ਲਈ ਆਪਾਂ ਹਨਾ ਹੂੰ ਤੇ ਉਹ ਆਂਦਾ ਵੀ ਨਹੀਂ ਵੀ ਇਹ ਤਾਂ ਘੁੰਡ ਵਾਲੀ ਬੀਬੀ ਹੈ ਕਹਿੰਦਾ ਵੀ ਕਿਉਂ ਪੰਗਾ ਲੈ ਹੀ ਲੈਣਾ ਉਹ ਘੁੰਡੜ ਵਾਲੀ ਬੀਬੀ ਦਾ ਹੀ ਪਤਾ ਕਰ ਲੈਣਾ ਵੀ ਕੀ ਚੀਜ਼ ਹੈ ਚਲੋ ਤਾਂ ਪਾਣੀ ਪੀਂਦਾ ਤੇ ਉਹ ਮਗਰ ਮਗਰ ਚਲਾ ਜਾਂਦਾ ਰੋਜ਼ਮਰਜ਼ੀ ਮੇ ਕਰੇ ਜਾਂਦੀ ਜਦੋਂ ਘਰੇ ਜਾਂਦੀ ਉਹ ਪਾਣੀ ਰੱਖਦੀ ਹੈ ਤੇ ਉਹਦੇ ਇੱਕ ਨਿੱਕਾ ਜਿਹਾ ਜਵਾਕ ਆ ਤੇ ਉਹ ਮਤਲਬ ਉਹ ਬੀਬੀ ਕੋਲੇ ਕੋਈ ਉੱਪਰਾਂ ਬੰਦਾ ਆਉਂਦਾ ਉਹ ਉੱਪਰਾਂ ਬੰਦਾ ਜਦੋਂ ਆਉਂਦਾ ਤੇ ਉਹ ਮੁੰਡਾ ਉਹਦਾ ਜਿਹੜਾ ਜਵਾਕ ਆ ਉਹਨੂੰ ਦੇਖ ਲੈਂਦਾ ਵੀ ਕੋਈ ਉੱਪਰਾਂ ਬੰਦਾ ਆਉਂਦਾ ਤੇ ਉਹ ਦੋਵੇਂ ਜਾਣੇ ਰਲ ਕੇ ਉਹ ਆਦੇ ਮੁੰਡੇ ਨੂੰ ਵੱਡ ਦਿੰਦੀ ਆ ਹੂੰ ਵੱਡ ਕੇ ਉਹ ਨੱਪ ਦਿੰਦੀ ਐਵੇਂ ਥੱਲੇ ਅੱਛਾ ਉਹ ਫੌਜੀਆ ਦਾ ਵੀ ਵਾਕਈ ਜਿਵੇਂ ਨੱਪਾ ਟੋਆ ਜਾ ਮੈਂ ਉੱਚਾ ਜਿਹਾ ਹੋ ਗਿਆ ਇੱਕ ਥਾਂ ਜਾ ਉੱਥੇ ਕਵਾੜ ਜਾ ਰੱਖਿਆ ਵਾ ਸਮਾਨ ਉੱਥੇ ਨੱਪ ਦਿੰਦੀ ਐ ਹੂੰ ਤੇ ਉਹ ਆਂਦਾ ਫੌਜੀ ਵਾਕਈ ਕਹਿੰਦਾ ਘੁੰਡਾ ਵਾਲੀ ਬੀਬੀ ਖਤਰਨਾਕ ਆ ਉਹ ਜਾਂਦਾ ਵਾਪਸ ਸਟੇਸ਼ਨ ਨੂੰ ਉਹਦਾ ਜਿਹੜੀ ਬੀਬੀ ਦਾ ਘਰ ਵਾਲਾ ਵੀ ਫੌਜੀ ਹੁੰਦਾ ਜਿਨ੍ਹਾਂ ਨੇ ਉਹ ਜਵਾਕ ਵੱਢਿਆ ਹੁੰਦਾ ਉਹ ਹੁਣ ਫੌਜੀ ਉਹਨੂੰ ਟੱਕਰ ਜਾਂਦਾ ਉਹ ਆਂਦਾ ਵੀ ਤੂੰ ਵੀ ਕਿੱਥੇ ਜਾਣਾ ਕਹਿੰਦਾ ਮੈਂ ਉਸ ਘਰੇ ਜਾਣਾ ਉਹ ਆਂਦਾ ਵੀ ਫੇਰ ਤੂੰ ਨਾ ਪੈਸੇ-ਪੂਸੇ ਲੈ ਕੇ ਆਇਆ ਹੋਏਗਾ ਫੌਜੀਆ ਦਾ ਵੀ ਹਾਂ ਪਹਿਲਾਂ ਜੀ ਛੁੱਟੀ ਕੱਟਣੋਂ ਹੁੰਦੇ ਪੈਸੇ-ਪੂਸੇ ਲੈ ਕੇ ਆਉਂਦੇ ਉਹ ਆਂਦਾ ਵੀ ਫੇਰ ਕਹਿੰਦਾ ਵੀ ਤੂੰ ਪੈਸੇ ਖੁੱਲੇ ਨਾ ਰੱਖੀ ਕਹਿੰਦਾ ਅੱਜ ਕੱਲ ਚੋਰੀਆਂ ਬਹੁਤ ਹੁੰਦੀਆਂ ਫੌਜੀ ਫੌਜੀ ਨੂੰ ਸਲਾਹ ਦੇ ਰਿਹਾ ਜਿਹੜਾ ਬੰਦਾ ਉਹ ਆਂਦਾ ਫੇਰ ਕਹਿੰਦਾ ਵੀ ਕੋਈ ਥਾਂ ਹੋਵੇ ਜਿੱਥੇ ਕਵਾੜ ਕਬੂੜ ਪਿਆ ਹੋਵੇ ਥੱਲੇ ਨੱਪ ਦੀ ਟੋਆ ਪਟਕੇ ਹੂੰ ਉਹ ਆਂਦਾ ਵੀ ਠੀਕ ਆ ਫੌਜੀ ਆਦੇ ਘਰੇ ਆਉਂਦਾ ਤੇ ਉਹ ਆਦੀ ਘਰ ਵਾਲੀ ਨੂੰ ਮਿਲਦਾ ਉਹ ਜਦੋਂ ਥਾਂ ਪੱਟਣ ਲੱਗਦਾ ਵੀ ਮੈਂ ਪੈਸੇ ਨੱਪਣਿਆਂ ਤੇ ਉਹਦੀ ਘਰ ਵਾਲੀ ਉਹਨੂੰ ਟਾਲ ਦਿੰਦੀ ਵੀ ਨਾ 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 ਇੱਥੋਂ ਨਾ ਪਟਕਿਓ ਥੱਲੇ ਜਵਾਕ ਨੱਪਿਆ ਹੁੰਦਾ ਤੇ ਉਹ ਆਂਦਾ ਵੀ ਠੀਕ ਆ ਚਲੋ ਫੌਜੀ ਆਗਾ ਖਾ ਪੀ ਕੇ ਆਰਾਮ ਕਰਕੇ ਸੌਂ ਜਾਂਦਾ ਉਹ ਉੱਪਰੇਵਾਂ ਦਾ ਫੇਰ ਆ ਜਾਂਦਾ ਉੱਪਰੇ ਬੰਦੇ ਨੂੰ ਘਰ ਵਾਲੀਆਂ ਦੀ ਵੀ ਕਹਿੰਦੇ ਵੀ ਅੱਜ ਤਾਂ ਮੈਂ ਮਸਾ ਰੋਕਿਆ ਵੀ ਇਹਦਾ ਕੋਈ ਹੱਲ ਕਰੀਏ ਆਪਾਂ ਵੀ ਜੇ ਥ ਦਨੇ ਮੈਨੂੰ ਖਤਮ ਕਰ ਦੇਣਾ ਸੀ ਫੌਜੀ ਨੇ ਉਹਾਂ ਦਾ ਫੇਰ ਕੀ ਕਰੀਏ ਕਹਿੰਦਾ ਵੀ ਆਪਾਂ ਫੌਜੀ ਨੂੰ ਵੀ ਮਾਰ ਦਿੰਨੇ ਆ ਅੱਛਾ ਉਹਨਾਂ ਨੇ ਭਈ ਫੌਜੀ ਹੀ ਮਾਰਤਾ ਹੂੰ ਫੌਜੀ ਮਾਰਤਾ ਤੇ ਮਾਰਨ ਤੋਂ ਬਾਅਦ ਸਵੇਰ ਹੁੰਦੀ ਆ ਉਪਰਾ ਬੰਦਾ ਤਾਂ ਲੰਘ ਜਾਂਦਾ ਵਿਚਾਰਾ ਉਹ ਸਵੇਰ ਹੁੰਦੀ ਆ ਜਦੋਂ ਤਾਂ ਬੁੜੀ ਰੋਲਾ ਫੋਨ ਲੱਗ ਜਾਂਦੀ ਹੈ ਵੀ ਮੈਂ ਤਾਂ ਪੱਟੀ ਗਈ ਮੈਂ ਤਾਂ ਮਰੂੰਗੀ ਮੈਂ ਨਹੀਂ ਚਾਉਂਦੀ ਹੂੰ ਤੇ ਮੈਂ ਤਾਂ ਸਾਰਾ ਕੁਝ ਹੋ ਗਿਆ ਏਦਾਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਚਲੋ ਨਾ ਸੰਸਕਾਰ ਕਰਦੇ ਆ ਸੰਸਕਾਰ ਜਦੋਂ ਕਰਨ ਲੱਗਦੇ ਆ ਤੇ ਉਹ ਕਹਿੰਦੀ ਮੈਂ ਤਾਂ ਸਤ ਹੀ ਹੋਣਾ ਨਾਲ ਹਮ ਇਹ ਕੀ ਗੱਲ ਹਾਂ ਉਹੀ ਤਾਂ ਖਸੂਰਤੀ ਆ ਬਾਦ ਉਹ ਆਸੀਂ ਮੈਂ ਖਸਤ ਹੀ ਹੋਣਾ ਨਾਲ ਵੀ ਪਹਿਲਾਂ ਸਤੀ ਵੀ ਨਾਲ ਹੀ ਮੈਂ ਅਗਾ ਦੇ ਆਪ ਨੂੰ ਨਾਲ ਹੀ ਸਤੀ ਹੋਣਾ ਮਤਲਬ ਜੇ ਕਿਸੇ ਨੂੰ ਨਹੀਂ ਪਤਾ ਤਾਂ ਵੀ ਜਿਉਂਦਾ ਸੜਨਾ ਹੁੰਦਾ ਸੀ ਪਹਿਲਾਂ ਉਹ ਬੀਬੀਆਂ ਦੀ ਮੈਂ ਸਤੀ ਹੋਣਾ ਮੈਂ ਨਹੀਂ ਜਾਣਾ ਉਹ ਫੌਜੀ ਆ ਜਿਹੜਾ ਆਪਣਾ ਸਫਰ ਪਹਿਲਾਂ ਤੋਂ ਸ਼ੁਰੂ ਕਰਦਾ ਪਾਸੇ ਤੇ ਦੇਖੀ ਜਾਂਦਾ ਕਹਿੰਦਾ ਯਾਰ ਆ ਕੀ ਬਣਿਆ ਹਾਂ ਹਾਂ ਇਹ ਤਾਂ ਵੀ ਗੱਲੇ ਕੀ ਬਣ ਗਈ ਜਾਂਦਾ ਹਮ ਉਹ ਜਦੋਂ ਸਤੀ ਹੋਣ ਲੱਗਦੀ ਉਹ ਤਾਂ ਕੋਲ ਜਾਂਦਾ ਵੀ ਕਹਿੰਦਾ ਵੀ ਇਹ ਕੀ ਚੱਕਰ ਹੋਇਆ ਕਹਿੰਦਾ ਵੀ ਉਹ ਉੱਥੇ ਤੋਂ ਆਏ ਸੀ ਹੁਣ ਤੂੰ ਆਏ ਆ ਉਹ ਆਂਦੀ ਵੀ ਇਹਦਾ ਸਵਾਲ ਨਾ ਕਹਿੰਦੀ ਮੇਰੀ ਭੈਣ ਆ ਕਹਿੰਦੀ ਉੱਥੇ ਰਹਿੰਦੀ ਆ ਥਾਂ ਤੇ ਇੱਕ ਥਾਂ ਦੱਸਦੀ ਵੀ ਉੱਥੇ ਜਾਓ ਤੈਨੂੰ ਆਨਸਰ ਅੱਛਾ ਤੇਰਾ ਸਵਾਲ ਦਾ ਜਵਾਬ ਦੇਊਗੀ ਉਹ ਆਂਦੋ ਵੀ ਠੀਕ ਆ ਮੈਂ ਉੱਥੇ ਚਲਾ ਜਾਣਾ ਚਲੋ ਉਹ ਤਾਂ ਸਤੀ ਹੋਗੀ ਹਮ ਇੱਧਰ ਜਾਂਦਾ ਉਹ ਬੀਬੀ ਕੋਲ ਬੀਬੀ ਕੋਲ ਜਾਂਦਾ ਤੇ ਉਹਨੂੰ ਜਾ ਕੇ ਸਾਰਾ ਦੱਸਦਾ ਵੀ ਘਟਨਾ ਕਰਮ ਆ ਹੋ ਗਿਆ ਵੀ ਇਹ ਕੀ ਕਾਰਨ ਬਣਿਆ ਵੀ ਉਹ ਐ ਕਿ ਹੋ ਗਈ ਹਮ ਉਹ ਆਂਦੀ ਵੀ ਤੂੰ ਬੱਕਰਾ ਲੈ ਕੇ ਆ ਪਹਿਲਾਂ अच्छा वो ਕਹਿੰਦਾ ਵੀ ਠੀਕ ਆ ਬੱਕਰਾ ਲਿਆਉਂਦਾ ਤੇ ਉਹ ਕਹਿੰਦੇ ਵੀ ਤੂੰ ਆ ਤਲਵਾਰ ਲੈ ਬੱਕਰੇ ਦਾ ਸਿਰ ਕਲਮ ਕਰ ਦੇ ਹੂੰ ਠੀਕ ਹੈ ਤੇ ਮੈਂ ਮੰਤਰ ਪੜਹੂੰਗੀ ਤੇ ਫਿਰ ਤੈਨੂੰ ਅੰਸ਼ ਮਿਲ ਜੂ ਉਹ ਆਂਦਾ ਵੀ ਠੀਕ ਆ ਉਹ ਬੱਕਰੇ ਦਾ ਸਿਰ ਵੱਡ ਦਿੰਦਾ ਉਹ ਆ ਮੰਤਰ ਪੜ੍ਹਦੀ ਹੈ ਤੇ ਜਦੋਂ ਸਿਰ ਵੱਡ ਦਿੰਦਾ ਤੇ ਫੌਜੀ ਮਤਲਬ ਸਵਰਗਾਂ ਚ ਖੜਾ ਉਸੇ ਟਾਈਮ ਹੀ اچھا ਮਤਲਬ ਇਹੋ ਜੀ ਜਗ੍ਹਾ ਜਾਉਣਾਂ ਦਾ ਵੀ ਬਹੁਤ ਹੀ ਖੂਬਸੂਰਤ ਜਗ੍ਹਾ ਪਰੀਆਂ ਫਿਰਦੀਆਂ ਨੇ ਹਨਾ ਤੇ ਮਤਲਬ ਸਾਰਾ ਕੁਝ ਉੱਥੇ ਮਤਲਬ ਮਹਈਆ ਜਿਹੜਾ ਨਹੀਂ ਮਿਲਦਾ ਬੰਦੇ ਫੌਜੀ ਉਥੇ ਰਹਿੰਦਾ ਕਈ ਦਿਨ ਹੈਨਾ ਤੇ ਫੌਜੀਆਂ ਦਾ ਵਿਆਹ ਤਾਂ ਨਹੀਂ ਵੱਖਰੀਆਂ ਨਜ਼ਾਰੇ ਨੇ ਇੱਥੇ ਤਾਂ ਫੌਜੀ ਉਥੇ ਵਧੀਆ ਜ਼ਿੰਦਗੀ ਜਿਉਂਦਾ ਰਾਜਾਂ ਵਾਲੀ 7-8 ਦਿਨਾਂ ਬਾਅਦ ਤੇ ਜਦੋਂ ਫੌਜੀ ਆਉਦੇ ਮਤਲਬ ਫੌਜੇ ਚਾਹੁੰਦਾ ਤੇ ਆਪਦੇ ਕੋਠੇ ਤੇ ਖੜਾ ਹੁੰਦੇ ਪਿੰਡ ਉਹਾਂ ਦਾ ਵਿਆਹ ਕਿੱਥੇ ਆ ਗਿਆ ਦੁਬਾਰੇ ਉਹਨੂੰ ਪਤਾ ਲੱਗਦਾ ਇਹ ਪਿੰਡ ਧਰਤੀ ਦੀ ਆਪਾਂ ਤਾਂ ਵੀ ਨਾ ਨਾ ਕਹਿੰਦਾ ਵੀ ਆਪਾਂ ਤਾਂ ਉੱਥੇ ਹੀ ਜਾਣਾ ਕਹਿੰਦਾ ਤੇ ਗਲਤ ਉਹ ਫੇਰ ਉਸੇ ਬੀਬੀ ਕੋਲੇ ਜਾਂਦਾ ਹੂੰ ਉਹ ਆਨਾਂ ਵੀ ਮੈਂ ਤਾਂ ਉੱਥੇ ਹੀ ਭੇਜ ਇਹ ਤਾਂ ਮੈਂ ਪਹਿਲਾਂ ਤੂੰ ਭੇਜਿਆ ਸੀ ਮੈਨੂੰ ਕਿਵੇਂ ਭੇਜਿਆ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਉੱਥੇ ਹੀ ਭੇਜ ਉਹ ਆਂਦੇ ਫਿਰ ਤੂੰ ਐਂ ਕਰ ਤੇਰਾ ਮੁੰਡਾ ਹੈਗਾ ਕਹਿੰਦਾ ਹਾਂ ਕਹਿੰਦਾ ਉਹਨੂੰ ਲਿਆ ਹੂੰ ਉਹ ਆਦੇ ਜਵਾਕ ਨੂੰ ਲਿਆਉਂਦਾ ਕਹਿੰਦੀ ਵੀ ਇਹਦਾ ਸਰਕਲ ਨੂੰ ਕਰ ਦੇ ਉਹ ਹੋ ਉਹ ਆਂਦਾ ਠੀਕ ਹੈ ਲਿਆ ਤਲਵਾਰ ਉਹ ਤਲਵਾਰ ਲਿਆ ਕੇ ਜਦੋਂ ਮਾਰਨ ਲੱਗਦਾ ਐਵੇਂ ਉਹਦੀ ਧੌਣ ਤੇ ਤੇ ਉਹ ਬੀਬੀ ਹੱਥ ਫੜ ਲੈਂਦੀ ਹੂੰ ਕਹਿੰਦੀ ਬਸ ਆਹੀ ਚੀਜ਼ ਹੁਣ ਸਮਝ ਆਈ ਤਨ ਨੂੰ ਪਰਮ ਜਾਲ ਨਾ ਕਹਿੰਦੀ ਵੀ ਬਸ ਜਿਹੜਾ ਜਿਹੜਾ ਬੰਦਾ ਸਵਾਦਾਂ 'ਚ ਪੈ ਜਾਂਦਾ ਨਾ ਜਦੋਂ ਹੂੰ ਉਦੋਂ ਹੀ ਕਹਿੰਦਾ ਸਭ ਕੁਝ ਤਬਾਹ ਹੁੰਦਾ ਕਹਿੰਦਾ ਹੂੰ ਉਦੋਂ ਘਰ ਪੱਟੇ ਜਾਂਦੇ ਨੇ ਖਤਮ ਹੋ ਜਾਂਦੇ ਇਹ ਵਿਆਖਿਆ ਤਾਂ ਮੈਂ ਦੱਸ ਹੀ ਪਰ ਕਹਾਣੀ ਇੱਥੇ ਖਤਮ ਕੀਤੀ ਸਾਡੀ ਕਹਾਣੀ ਕਰਦੇ ਜੇ ਦੱਸੀ ਦੀ ਮਾ ਵੀ ਹੁਣ ਤੁਸੀਂ ਆਪੇ ਸੋਚੋ ਬਾਅਦ ਵੀ ਇਹੀ ਕੁਝੋਤੀਆਂ ਛੱਡ ਦਿੰਦੇ ਉੱਥੇ ਫੇ ਤੁਸੀਂ ਹੁਣ ਤੁਸੀਂ ਸੋਚੋ ਵੀ ਇਹਦਾ ਇਹਦਾ ਹੱਲ ਕੀ ਆ ਉਹ ਬੀਬੀ ਉਹਦਾ ਹੱਥ ਫੜਦੀ ਆ ਤੇ ਉਹਨੂੰ ਕਹਿੰਦੀ ਆ ਵੀ ਬਸ ਆਹੀ ਚੀਜ਼ ਹੂੰ ਹੁਣ ਤੂੰ ਸੋਚ ਕਿਸੇ ਵੀ ਚੀਜ਼ ਦਾ ਚਸਕਾ ਪੈ ਜਾਏ ਫਿਰ ਤੁਸੀਂ ਚੰਗਾ ਮਾਣਾ ਨਹੀਂ ਸੋਚਦੇ ਹਾਂ ਇਹ ਇਹ ਹੁਣ ਆਪਾਂ ਇਹ ਚੋਂ ਕੱਢਣਾ ਕੀ ਆ ਇਹ ਹੁਣ ਉਸੇ ਦੀ ਬੰਦੇ ਦੇ ਬਾਤ ਦੀ ਕਹਾਣੀ ਦੀ ਇਹੀ ਖੂਬਸੂਰਤੀ ਹੁੰਦੀ ਆ ਸਾਹਿਤ ਦੀ ਇਹੀ ਖੂਬਸੂਰਤੀ ਆ ਵੀ ਜਦੋਂ ਸਾਹਿਤ ਤੁਹਾਨੂੰ ਮਿਲ ਗਿਆ ਜਿਵੇਂ ਹੁਣ ਕਹਿ ਹੀ ਕਹਿ ਦਿੰਨੇ ਨੇ ਭੈਣੇ ਆਪਾਂ ਵੀ ਅਸੀਂ ਕਿਤਾਬਾਂ ਵਾਲੇ ਆ ਨਾ ਵੀ ਸਾਨੂੰ ਇਹ ਬਹੁਤ ਕੁਝ ਮਿਲਦਾ ਸੁਣਨ ਨੂੰ ਵੀ ਫਲਾਨੇ ਦੀ ਕਿਤਾਬ ਉਹ ਮਾੜੀ ਆ ਐ ਨਹੀਂ ਆ ਨਹੀਂ ਛਪਣੀ ਚਾਹੀਦੀ ਸੀ ਐਦਾਂ ਹੋਣੀ ਚਾਹੀਦੀ ਸੀ ਜਾਂ ਉਹਦੀ ਕਵਤਾ ਦੀ ਕਿਤਾਬ ਐਵੇਂ ਕਵਤਾਵਾਂ ਦੀਆਂ ਕਿਤਾਬਾਂ ਆ ਜਾਂਦੀਆਂ ਨਵੇਂ ਐਵੇਂ ਹੀ ਆਪਦੀਆਂ ਲਖਵਾਈ ਜਾਂਦੇ ਆ ਹਾਂ ਭੇੜ ਹੈਗੀ ਆ ਕੋਈ ਸ਼ੱਕ ਨਹੀਂ ਲੋਕ ਵੱਧ ਨੇ ਮੁੰਡੇ ਕੁੜੀਆਂ ਬਹੁਤ ਕਵਤਾਵਾਂ ਛਾ ਪਾ ਰਹੇ ਨੇ ਇਹਦਾ ਮਤਲਬ ਇਹ ਨਹੀਂ ਆ ਕਿ ਉਹਨਾਂ 'ਚ ਸਿਰਜਣ ਕਲਾ ਨਹੀਂ ਆ ਜਾਂ ਉਹ ਸਾਇਤ ਨਹੀਂ ਆ ਉਹ ਤਾਂ ਪੜਨ ਵਾਲੇ ਤੇ ਡਿਪੈਂਡ ਕਰਦੀ ਆ ਜਦੋਂ ਆਪਾਂ ਕੋਈ ਵੀ ਚੀਜ਼ ਸੁਣਦੇ ਆ ਔਰ ਪੜਦੇ ਆ ਉਹਦੇ ਵਿੱਚੋਂ ਮੈਂ ਕੀ ਕੱਢਣਾ ਇਹ ਮੇਰੇ ਤੇ ਆ ਕਿਸੇ ਦੀ ਮਾੜੀ ਕਿਤਾਬ 'ਚੋਂ ਮਾੜੀ ਕਵਤਾ 'ਚੋਂ ਹੋ ਸਕਦਾ ਮੈਂ ਬਹੁਤ ਵੱਡੀ ਆਪਦੀ ਕਲਪਨਾ ਵਿਸਾਰ ਸਕਾਂ ਹੈਨਾ ਮੇਰਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਵੱਖਰਾ ਹੋ ਸਕਦਾ ਹੈ ਨਾ ਹੂੰ ਤਾਂ ਸਾਹਿਤ ਦੀਆਂ ਔਰ ਬਾਤਾਂ ਦੀ ਇਹੀ ਖੂਬਸੂਰਤੀ ਆ ਵੀ ਤੁਹਾਨੂੰ ਇਹਨੇ ਦਾਇਰਾ ਖੁੱਲਾ ਦੇ ਦੇਣਾ ਜਦੋਂ ਤੁਸੀਂ ਆ ਕਹਾਣੀ ਸੁਣਾ ਰਹੇ ਸੀ ਨਾ ਉਹ ਟ੍ਰੇਨ ਤੋਂ ਉੱਤਰਦੇ ਤੱਕ ਕੱਛੂ ਚੁੱਕਦੇ ਤੱਕ ਦਰਖਤ ਥੱਲੇ ਸੌਂਦੇ ਤੱਕ ਮੈਂ ਸਾਰੀ ਗੱਲ ਉਹਨਾਂ ਕੀਤੀ। ਕਲਪਨਾ ਹੀ ਹਾਂ। ਮੈਨੂੰ ਲੱਗਿਆ ਵੀ ਉਹ ਮਧਰੇ ਦੇ ਕੱਦ ਦਾ ਫੌਜੀ ਹੋਣਾ, ਲੰਮੇ ਜੇ ਕੱਦ ਦੀ ਜਨਾਨੀ ਹੋਣੀ ਘੁੰਡ ਵਾਲੀ ਹੈ ਨਾ। ਜੇ ਮੈਂ ਤੁਹਾਨੂੰ ਸੁਣਾਉਂਦੀ ਹੋ ਸਕਦਾ ਤੁਸੀਂ ਲੰਮੇ ਕੱਦ ਦਾ ਫੌਜੀ ਮੈਜਰ ਕਰਦੇ ਤੇ ਮਧਰੇ ਕੱਦ ਦੀ ਜਨਾਨੀ। ਇਹੀ ਆ ਬਸ ਖੂਬਸੂਰਤੀ ਨਹੀਂ। ਬਾਕੀ ਜਿਹੜੀਆਂ ਬਾਤਾਂ ਨੇ ਰਿਸ਼ਤੇ ਨੂੰ ਬਹੁਤ ਮਜ਼ਬੂਤ ਕਰਦੀਆਂ ਨੇ। ਮੈਨੂੰ ਇਹ ਚੀਜ਼ ਲੱਗਦੀ ਹੈ। ਇਹ ਸੋਡੇ ਰਿਸ਼ਤੇ ਨੂੰ ਇੱਕ ਤੁਹਾਨੂੰ ਸੁਣਨਾ ਆਉਂਦਾ। ਤੇ ਤੁਹਾਨੂੰ ਬੋਲਣਾ ਆਉਂਦਾ ਦੋ ਚੀਜ਼ਾਂ ਆਉਂਦੀਆਂ ਬਾਤ ਵੀ ਹਰ ਇੱਕ ਬੰਦੇ ਤੋਂ ਮੈਨੂੰ ਸੁਣਾਈ ਆ ਮੈਨੂੰ ਹੋ ਸਕਦਾ ਨਹੀਂ ਸੁਣਾਈ ਆ ਮਨਜੀਤ ਨੇ ਬਾਈ ਨੇ ਬਹੁਤ ਸੋਹਣੀ ਸੁਣਾਈ ਹੂੰ ਤਾਂ ਇਹ ਹੁੰਦਾ ਵੀ ਉਹ ਸੁਣਾਉਣ ਦਾ ਤੇ ਸੁਣਨ ਦਾ ਸੁਣਨ ਦਾ ਦਾਇਰਾ ਬਹੁਤ ਵੱਡਾ ਹਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਲੱਗਦਾ ਵੀ ਜਿਵੇਂ ਅ ਜਸਵੰਤ ਜਫਰ ਦੀ ਕਿਤਾਬ ਚੋਂ ਇਹ ਨਾਨਕਵੇਂ ਜਾਣੀਏ ਚ ਇੱਕ ਲੇਖ ਆ ਉਹਦੇ ਚ ਮਤਲਬ ਬਾਬਾ ਗੱਲ ਕਰਦਾ ਉਹ ਕਹਿੰਦਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੇ ਇੰਨੀ ਥਾਂ ਥਾਂ ਤੇ ਚਲੇ ਗਏ ਹੂੰ ਤਾਂ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਬਾਬੇ ਨੂੰ ਬਾਬੇ ਨੂੰ ਸੁਣਨਾ ਬਹੁਤ ਆਉਂਦਾ ਹੋਊ ਹੂੰ ਬਾਬੇ ਨੂੰ ਸੁਣਨਾ ਆਉਂਦਾ ਸੀ ਤਾਂ ਹੀ ਉਹ ਸਫ਼ਰ ਕਰ ਸਕੇ ਕੁਦੇ ਦੇਵਾਰੀ ਅੱਜਕੱਲ ਫਿਰਦੇ ਨੇ ਹੂੰ ਵੀ ਹੋਰ ਕੰਟਰੀ ਚ ਜਾਂਦੇ ਨੇ ਪਹਾੜਾਂ ਚ ਵੀ ਜਾਂਦੇ ਨੇ ਜਿੱਥੇ ਵੀ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਸੁਣਦੇ ਵੀ ਬਹੁਤ ਵਧੀਆ ਨੇ ਜੇ ਉਹਨਾਂ ਕੋਲ ਕੋਈ ਬੰਦਾ ਆਉਂਦਾ ਤਾਂ ਸੁਣਦੇ ਵੀ ਹੋਣੇ ਉਹਨਾਂ ਨੂੰ ਹੂੰ ਤੇ ਤਾਂ ਹੀ ਸਫ਼ਰ ਸੋਹਣਾ ਬਣਦਾ ਜ਼ਿੰਦਗੀ ਦਾ ਸਫ਼ਰ ਵੀ ਭੈਣੇ ਐਵੇਂ ਹੀ ਆਜ ਆਪਾਂ ਇੱਥੇ ਬੈਠੇ ਆ ਇਸ ਸਫ਼ਰ ਹੀ ਕਰ ਰਹੇ ਆ ਹੂੰ ਹਾਂ ਸਫ਼ਰ ਤਾਂ ਚੱਲਦਾ ਹੀ ਰਹਿੰਦਾ ਨਾ ਸਫ਼ਰ ਖਤਮ ਨਹੀਂ ਹੁੰਦਾ ਜੇ ਕੋਈ ਆਪਾਂ ਬੈਠੇ ਹਰਮਨ ਬਾਈ ਵਰਗੇ ਵੀਡੀਓ ਬਣਾ ਰਹੇ ਨੇ ਮਨਜੀਤ ਬਾਈ ਧੁੱਪ ਸੇਕ ਰਿਆ ਹਨ ਤਾਂ ਮੈਨੂੰ ਲੱਗਦਾ ਵੀ ਇਹ ਸਫ਼ਰ ਹੀ ਆ ਤੇ ਸਫ਼ਰ ਦਾ ਆਨੰਦ ਤਾਂ ਹਵੀ ਆ ਜੇ ਆਪਾਂ ਸੁਣਨਾ ਜਾਣਦੇ ਆ ਵੈਸੇ ਵੀ ਕਹਿੰਦੇ ਚੰਗਾ ਬੋਲਣ ਵਾਲੇ ਨਾਲੋਂ ਜ਼ਿਆਦਾ ਲਿਆਕਤ ਚੰਗਾ ਸੁਣਨ ਵਾਲੇ ਚ ਹੁੰਦੀ ਆ ਤਾਂ ਸੁਣਨਾ ਹੀ ਆ ਜੇ ਸਾਨੂੰ ਸੁਣਨਾ ਆਉਂਦਾ ਤਾਂ ਅਸੀਂ ਕਿਤੇ ਵੀ ਸਫ਼ਰ ਕਰ ਸਕਦੇ ਹਾਂ ਦੁਨੀਆ ਦੇ ਵਿੱਚ ਤੇ ਚੰਗੀ ਜ਼ਿੰਦਗੀ ਜੀ ਸਕਦੇ ਤੇ ਬਾਤਾਂ ਇਹਦਾ ਇੱਕ ਸੋਹਣੇ ਤੋਂ ਸੋਹਣਾ ਰੂਪ ਆ ਆਪਣੇ ਕੋਲੇ ਵੀ ਬਾਤਾਂ ਤੇ ਸਾਖੀਆਂ ਹੀ ਅੱਜ ਅੱਜ ਦੇ ਅੱਜ ਦਿਨ ਹੁਣ ਆਪਾਂ ਵੀਡੀਓ ਬਣਾਈਏ ਜਿਹੜੇ ਦਿਨ ਪਹਿਨੇ ਤੇ ਅੱਜ ਮਤਲਬ ਸਾਖੀਆਂ ਚੱਲਦੀਆਂ ਹੁਣ ਛੋਟੇ ਸਾਹਿਬ ਜਾਦੇ ਨਹੀਂ ਹਾਂ ਚਾਰ ਸਾਹਿਬ ਜਾਦੇ ਨਹੀਂ ਚਾਰਾਂ ਸਾਹਿਬ ਜਾਦੇ ਨਹੀਂ ਸਾਖੀਆਂ ਚੱਲਦੀਆਂ ਥਾਂ-ਥਾਂ ਤੇ ਸਾਡੇ ਬਜ਼ੁਰਗ ਸਾਨੂੰ ਇਹ ਘਰਾਂ ਚ ਬਹਿ ਕੇ ਸੁਣਾਉਂਦੇ ਸੀ ਸੁਣਾਉਂਦੇ ਸੀ ਹਨਾ ਤਾਂ ਬੱਚੇ ਰੋਣ ਵੀ ਰੋਣ ਲੱਗ ਜਾਂਦੇ ਨੇ ਦੁੱਖ ਆਉਂਦਾ ਹੈ ਨਾ ਵਿਰਾਗ ਆਉਂਦਾ ਹੈ ਤਾਂ ਉਹ ਸਾਖੀ ਦਾ ਹੀ ਰੂਪ ਆ ਭੈਣੇ ਹੁਣ ਇਸ ਨੂੰ ਫਿਲਮ ਬਣਾ ਕੇ ਪੇਸ਼ ਕਰਦਗੇ ਤਾਂ ਬਹੁਤ ਚੀਜ਼ਾਂ ਸੀਮਤ ਹੋ ਜਾਣੀ ਬਹੁਤ ਚੀਜ਼ਾਂ ਜੋ ਖਤਮ ਹੋ ਜਾਣਗੇ ਹਨ ਬਹੁਤ ਚੀਜ਼ਾਂ ਖਤਮ ਹੋ ਜਾਣੀਆਂ ਜਦੋਂ ਮਤਲਬ ਮੈਂ ਕਹਾਗਾ ਵੀ ਚਾਰ ਸਹਿਬਜ਼ਾਦੇ ਸੀ ਛੋਟੇ ਸਹਿਬਜ਼ਾਦਿਆਂ ਦੀ ਮੈਂ ਜਦੋਂ ਗੱਲ ਕਹੂੰਗਾ ਤਾਂ ਉਹ ਸਿਨੇਮਾ ਨੇ ਤੁਹਾਨੂੰ ਦਿਖਾ ਦੇਣਾ ਤਸਵੀਰ ਬਣਾ ਦੇਣੀ ਹੈ ਉਹਦੀ ਤਾਂ ਜਦੋਂ ਪਰ ਬੱਚਿਆਂ ਨੂੰ ਜਦੋਂ ਮੈਂ ਸਾਖੀ ਆਪਾਂ ਸਾਖੀ ਸੁਣਾਵਾਂਗੇ ਤਾਂ ਉਹਨਾਂ ਨੇ ਆਪਣਾ ਸਿਰਜਣਾ ਆਪਣਾ ਰੰਗ ਰੂਪ ਦੇਣਾ ਉਹਨਾਂ ਨੇ ਆਪਣਾ ਉਹਨਾਂ ਨੇ ਤਸਵੀਰ ਬਣਾਉਣੀ ਹੈ ਆਪਣੀ ਮਾਤਾ ਗੁਜਰੀ ਬਣਾਉਣੀ ਹੈ ਹਨਾ ਤਾਂ ਉਹ ਸੋਹਣੀ ਚੀਜ਼ ਬਣੂਗੀ ਤਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਆ ਦੀ ਤਸਵੀਰ ਬਣਾਉਨੇ ਆ ਤਾਂ ਬੰਦਾ ਬਹੁਤ ਜ਼ਿਆਦਾ ਨਜ਼ਦੀਕੀ ਨਾਲ ਜੁੜਦਾ ਹੂੰ ਉਹੀ ਚੀਜ਼ ਆ ਜਦੋਂ ਅਸੀਂ ਕਹਾਣੀ ਸੁਣਾਵਾਂਗੇ ਕਿ ਕੋਈ ਬਜ਼ੁਰਗ ਸੀਗਾ ਕੋਈ ਬੁੱਢਾ ਸੀ ਅਸੀਂ ਉਹਨੂੰ ਆਪਦੇ ਪਿੰਡ ਦੇ ਕਿੰਨੇ ਬਜ਼ੁਰਗਾਂ ਚੋਂ ਲੱਭ ਲਾਂਗੇ ਹੈਨਾ ਆਪਾਂ ਨੂੰ ਲੱਗੂਗਾ ਕਿ ਉਹਦੇ ਵਰਗਾ ਹੋਣਾ ਸ਼ਾਇਦ ਹੋ ਤੇ ਐਵੇਂ ਐਵੇਂ ਵੀ ਕੋਈ ਵੀ ਪਾਤਰ ਜਦੋਂ ਅਸੀਂ ਕਿਸੇ ਨੂੰ ਬੋਲ ਕੇ ਦੱਸਦੇ ਆ ਉਹ ਆਪਣੇ ਆਲੇ ਦੁਆਲੇ ਚੋਂ ਇੱਕ ਜੇ ਚੰਗੇ ਬੰਦੇ ਲਿਗਾ ਕੋਈ ਚੰਗਾ ਬੰਦਾ ਲੱਭ ਲੂ ਵੀ ਹੋ ਸਕਦਾ ਉਹ ਉਹਦੇ ਵਰਗਾ ਹੋਵੇ ਹੈਨਾ ਤੇ ਕਹਾਣੀ ਵੀ ਆਈਆਂ ਜਦੋਂ ਕਹਾਣੀ ਅਸੀਂ ਪੜ੍ਹਦੇ ਆ ਅਸੀਂ ਕਹਿੰਨੇ ਮੈਨੂੰ ਕਹਾਣੀ ਦੀ ਕਲਪਨਾ ਨਹੀਂ ਹੋਈ ਇਹਦਾ ਮਤਲਬ ਮੈਨੂੰ ਕਹਾਣੀ ਸੋਹਣੀ ਨਹੀਂ ਲੱਗੀ ਹੈਨਾ ਜਿਹਨੂੰ ਤੁਸੀਂ ਆਪਣੀ ਕਲਪਨਾ ਚ ਚਿੱਤਰ ਲੈਣੇ ਹੋ ਵੀ ਜੋ ਪਿੰਡ ਦੀ ਗੱਲ ਹੋ ਰਹੀ ਓ ਇਹੋ ਜਿਹਾ ਪਿੰਡ ਹੋਣਾ ਇਹੋ ਜਿਹਾ ਬੰਦਾ ਹੋਣਾ ਇਹੋ ਜਿਹੇ ਕੱਪੜੇ ਹੋਣਗੇ ਉਹ ਤੁਹਾਨੂੰ ਸੋਹਣੀ ਲੱਗਣ ਲੱ ਜਾਂਦੀ ਐ ਬਾਕੀ ਬਾਤਾਂ ਦੀ ਆਪਣੇ ਦੀ ਇਹ ਖਸੂਰਤੀ ਆ ਵੀ ਉਹ ਹਰ ਇੱਕ ਚੀਜ਼ ਜਾਣ ਪਾਉਂਦੀ ਆ ਜੇ ਉਹਦੇ ਦੇ ਵਿੱਚ ਦਰਖਤ ਆਉਂਦਾ ਪਿੱਪਲ ਦਾ ਤਾਂ ਉਹ ਚ ਉਹ ਜਾਣ ਪਾਊਗਾ ਦਰਖਤ ਚ ਜੇ ਉਹਦੇ ਚ ਕੱਚੂ ਆਉਂਦਾ ਕੱਚੂ ਬੋਲੂਗਾ ਚਿੜੀਆਂ ਆਉਂਦੀਆਂ ਚਿੜੀਆਂ ਤੁਹਾਡੇ ਨਾਲ ਗੱਲ ਕਰਨੀਆਂ ਹਨ ਹਾਂ ਹਨਾ ਤਾਂ ਸਾਰਾ ਮਤਲਬ ਕੁਦਰਤ ਦੇ ਬਹੁਤ ਨੇੜੇ-ਨੇੜੇ ਦਿਖਾਉਂਦੀ ਹੈ ਚੀਜ਼ ਕੁਦਰਤ ਦਾ ਕਈ ਬਾਤਾਂ 'ਚ ਕੁਦਰਤ ਦਾ ਕੁਦਰਤ ਦਾ ਉਹ ਮੁਕਾਬਲਾ ਵੀ ਹੁੰਦਾ ਹਨਾ ਪਰ ਜੱਤ ਹਮੇਸ਼ਾ ਸਹੀ ਦੀ ਹੁੰਦੀ ਹੈ ਹਾਂ ਇੱਕ ਚੀਜ਼ ਮੈਨੂੰ ਹੋਰ ਜ਼ਿਆਦਾ ਹੀ ਕਹਿੰਦੇ ਹੁੰਦੇ ਸੀ ਵੀ ਉੱਥੇ ਫਿਰ ਦਿਓ ਆ ਗਿਆ ਹਨਾ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਹੁੰਦਾ ਸੀ ਵੀ ਕੋਠੇ ਜਿੱਡੇ ਕੱਢਦਾ ਬੰਦਾ ਦਿਓ ਦਿਓ ਹੁਣ ਨਾ ਦੇਖੋ ਕਿਵੇਂ ਕਿੰਨਾ ਕਮਾਲ ਦਿਓ ਹਨਾ ਸਲੇਡੇ ਪਰੀਆਂ ਬਿਲਕੁਲ ਫਿਰ ਇੱਕ ਸੁਣਾਉਣ ਵਾਲੇ ਤੇ ਵੀ ਬੜਾ ਮਤਲਬ ਸੁਣਾਉਣ ਵਾਲੇ ਦਾ ਬੜਾ ਗਰਾਬ ਬੰਦਾ ਜਿਵੇਂ ਮੈਂ ਕਥਾ ਸਾਗਰ ਕਿਤਾਬ ਪੜ੍ਹਦਾ ਸੀ ਤਾਂ ਦੀ ਭੂਮਿਕਾ ਚ ਆਇਆ ਵੀ ਬੇਬੇ ਜਦੋਂ ਇੱਕ ਰਾਜੇ ਤੇ ਇੱਕ ਰਾਣੀ ਦੀ ਕਹਾਣੀ ਸੁਣਾਉਂਦੀ ਸੀ ਤਾਂ ਬੜੀ ਸੋਹਣੀ ਟੰਗ ਨਾਲ ਸੁਣਾਉਂਦੀ ਸੀ ਤੇ ਸਾਨੂੰ ਵੀ ਬੜਾ ਸੋਹਣਾ ਲੱਗਦਾ ਸੀ ਇਹ ਬੜਾ ਚੰਗਾ ਚੰਗਾ ਲੱਗਦਾ ਸੀ ਇੱਕ ਇੱਕ ਜਾਂ ਦੋ ਪਿਆਰ ਕਰਨ ਵਾਲਿਆਂ ਦੀਆਂ ਮਤਲਬ ਦੱਸਦੀ ਸੀ ਵੀ ਇੱਕ ਉਹ ਸੀ ਇੱਕ ਇੱਧਰ ਸੀ ਉਹ ਉਹਨੂੰ ਪਿਆਰ ਕਰਦਾ ਸੀ ਉਹਨੂੰ ਉਹਨੂੰ ਲੈਣ ਜਾਂਦਾ ਸੀ ਪਰ ਬੇਬੇ ਜਦੋਂ ਇੱਕ ਰਾਜਾ ਤੇ ਦੋ ਰਾਣੀਆਂ ਦੀ ਕਹਾਣੀ ਸੁਣਾਉਂਦੀ ਸੀ ਉਦੋਂ ਬੇਬੇ ਵੀ ਉਖੜੀ ਉਖੜੀ ਰਹਿੰਦੀ ਸੀ ਤੇ ਉਹ ਪਾਤਰ ਵੀ ਉਖੜੇ ਉਖੜੇ ਰਹਿੰਦੇ ਸੀ ਵੀ ਦੋ ਰਾਣੀਆਂ ਸੀ ਇੱਕ ਤਾਂ ਬਹੁਤ ਖੁਸ਼ ਰਹਿੰਦੀ ਸੀ ਇੱਕ ਬਚਾਰੀ ਬਹੁਤ ਦੁਖੀ ਰਹਿੰਦੀ ਸੀ ਹਾਂ ਤਾਂ ਬੇਬੇ ਵੀ ਉਵੇਂ ਹੀ ਮਾਹੌਲ ਸਿਰਜਦੀ ਸੀ ਹਨਾ ਬਿਲਕੁਲ ਤਾਂ ਇਹ ਬਾਤਾਂ ਦੀ ਇਹ ਹੈਗੀ ਹੈ ਖੂਬਸੂਰਤੀ ਦੂਜਾ ਇਹ ਬਾਤਾਂ ਦੀ ਭਾਵੇਂ ਐਵੇਂ ਨਹੀਂ ਆ ਵੀ ਮਨੋਚਰ ਪਰ ਮਨੋਨਜ ਦਾ ਸਾਧਨਾ ਤੇ ਇਹ ਮਤਲਬ ਇੱਕ ਇਹ ਭਾਸ਼ਾ ਸਿੱਖੀ ਜਾਂਦੀ ਹੈ ਇਹ ਨਾ ਇੱਕ ਵੀ ਜਿਹੜੀ ਮੈਂ ਸਕਿੱਲ ਵੀ ਕਿਹਾ ਇਹ ਇੱਕ ਤਰ੍ਹਾਂ ਦੀ ਇਹੋ ਜੀ ਸਕਿੱਲ ਵੀ ਤੁਹਾਨੂੰ ਦਿੰਦਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਵੀ ਕੰਮ ਕਰੋਗੇ ਜੋ ਵੀ ਹੂੰ ਹੂੰ ਭਾਵੇਂ ਤੁਸੀਂ ਮਤਲਬ ਕੈਮਰਾਮੈਨ ਹੀ ਹੋ ਭਾਵੇਂ ਤੁਸੀਂ ਮਤਲਬ ਮੇਰੇ ਵਾਂਗੂ ਕਿਤਾਬਾਂ ਵੇਚਦੇ ਹੋ ਹੈਨਾ ਤਾਂ ਤੁਹਾਨੂੰ ਕਹਾਣੀ ਬਣਾਉਣੀ ਆਉਗੀ ਹਾਂ ਜੇ ਮੈਂ ਕਿਤਾਬ ਵੇਚਣੀ ਹੈ ਤਾਂ ਮੈਂ ਕਹਾਣੀ ਮੈਂ ਜੇ ਵੱਧ ਲੋਕਾਂ ਨੂੰ ਹੁਣ ਸਾਡੇ ਚ ਮਤਲਬ ਕਿਤਾਬਾਂ ਵੇਚਣ ਵਾਲਿਆਂ 'ਚ ਅਕਸਰ ਇਹੀ ਮਤਲਬ ਕਿਹਾ ਜਾਂਦਾ ਹੈ ਬੇਗਮਪੁਰੀਆ ਭਾਜੀ ਹੈ ਜਿਹੜੇ ਉਹ ਜ਼ਿਆਦਾ ਕਿਤਾਬਾਂ ਵੇਚਦੇ ਨੇ ਉਹ ਮੈਥੋਂ ਵੱਡੇ ਵੀ ਨੇ ਉਹਨਾਂ ਦਾ ਤਜਰਬਾ ਵੀ ਬਹੁਤ ਨੇ ਮਤਲਬ ਤੇ ਜੇ ਇੱਕ ਚੀਜ਼ ਉਹਨਾਂ 'ਚ ਕੱਢੀ ਜਾਏ ਕਿ ਉਹਨਾਂ ਨੂੰ ਬਾਤ ਬਣਾਉਣੀ ਆਉਂਦੀ ਹੈ ਉਹਨਾਂ ਨੂੰ ਕਹਾਣੀ ਬਣਾਉਣੀ ਆਉਂਦੀ ਹੈ ਉਹਨਾਂ ਦੀ ਇਹ ਖੂਸੂਰਤੀ ਆ ਇੱਕ ਹੋਰ ਚੀਜ਼ ਮੈਨੂੰ ਲੱਗਦਾ ਹੁੰਦਾ ਨਾ ਜਿਵੇਂ ਹਰੇਕ ਕਿੱਤੇ ਦੀ ਇੱਕ ਵੱਖਰੀ ਭਾਸ਼ਾ ਮੰਨ ਲਓ ਜਿਹੜੇ ਲੋਕ ਜਿਵੇਂ ਤੁਸੀਂ ਕਿਹਾ ਜਿਹੜੇ ਕਿਤਾਬਾਂ ਦਾ ਕੰਮ ਕਰਦੇ ਐ ਇਹਨਾਂ ਦੀ ਇੱਕ ਵੱਖਰੀ ਬੋਲੀ ਹੋਣੀ ਹਾਂ ਜੇ ਕੋਈ ਡੰਗਰ ਪਸ਼ੂ ਵੇਚਦਾ ਉਹਦੀ ਇੱਕ ਵੱਖਰੀ ਬੋਲੀ ਹੁੰਦੀ ਹੈ ਨਾ ਡਰਾਈਵਰਾਂ ਦੀ ਬੋਲੀ ਬਿਲਕੁਲ ਹੀ ਵੱਖਰੀ ਹੁੰਦੀ ਆ ਜੇ ਮੈਨੂੰ ਲੱਗਦਾ ਵੀ ਸਾਹਿਤ ਆ ਨਾ ਜਿਹੜਾ ਤੁਹਾਨੂੰ ਇਹਨਾਂ ਸਾਰੇ ਲੋਕਾਂ ਦੇ ਰੂਬਰੂ ਕਰਾਉਂਦਾ ਬਿਲਕੁਲ ਸਾਹਿਤ ਜਿਸ ਸਾਹਿਤ ਸ਼ਾਬਦ ਨੂੰ ਵੀ ਆਪਾਂ ਬਨੇ ਵੱਖਰਾ ਕਰਦੇ ਆ ਤਾਂ ਉਹਦੇ ਚੋ ਇਹੀ ਹੁੰਦਾ ਸਾਰਿਆਂ ਦੇ ਹਿੱਤ ਦੀ ਗੱਲ ਹਾਂ ਸਾਰਿਆਂ ਦੀ ਹੀ ਗੱਲ ਇੱਕ ਦਿਨ ਮੈਂ ਗੱਲ ਤਾਂ ਬਹੁਤ ਹਾਸੇ ਵਾਲੀ ਹੈ ਇੱਕ ਦਿਨ ਮੈਂ ਬੱਸ ਸੱਚ ਬੈਠੀ ਮੇਰੇ ਪਿੱਛੇ ਇੱਕ ਮੁੰਡਾ ਬੈਠਾ ਮੈਂ ਕਰਿਆ ਕਿ ਵੀ ਉਹ ਗੱਲ ਸੁਣਾਈ ਮੈਂ ਕਿਹਾ ਵੀ ਉਹਨੇ ਮੁਹਾਲੀ ਤੋਂ ਪਟਿਆਲੇ ਤੱਕ ਆਉਂਦੇ ਹੋਏ ਦੋ ਬੱਕਰੀਆਂ ਵੇਚਦੀਆਂ ਉਹ ਬੱਕਰੀਆਂ ਦਾ ਕੰਮ ਕਰਦਾ ਸੀਗਾ ਤੇ ਜਿਹੜੀ ਉਹ ਬੱਕਰੀ ਦੀ ਇੰਟਰੋਡਕਟ ਹਾਂ ਦੇਰਿਆ ਸੀ ਨਾ ਫੋਨ ਤੇ ਮੁੰਡੇ ਨੂੰ ਮਤਲਬ ਮੈਂ ਉਹ ਸ਼ਬਦ ਹੀ ਨਹੀਂ ਸੀ ਕਦੇ ਸੁਣਿਆ ਨਾ ਤੇ ਇਥੋਂ ਲੱਗਿਆ ਮੈਨੂੰ ਵੀ ਤੁਹਾਨੂੰ ਅਲੱਗ-ਅਲੱਗ ਵੱਖਰੇ-ਵੱਖਰੇ ਕਿੱਤੇ ਦੇ ਲੋਕਾਂ ਨੂੰ ਮਿਲਣਾ ਵੀ ਕਿੰਨਾ ਜ਼ਰੂਰੀ ਆ ਹੁਣ ਬੱਕਰੀਆਂ ਦੀਆਂ ਕਿੰਨੀਆਂ ਕਿਸਮਾਂ ਆਉਣੀਆਂ ਨੇ ਕੀ-ਕੀ ਗੁਣਾਏ ਗੁਣ ਗਣਾਏ ਉਹਨੇ ਬਿਲਕੁਲ ਤੇ ਆਪਾਂ ਮੈਨੂੰ ਲੱਗਦਾ ਵੀ ਬੋਲੀ ਦੇ ਪੱਖੋਂ ਪਿੰਡੂ ਲੋਕ ਕਿਉਂ ਅਮੀਰ ਹੁੰਨੇ ਆ ਸਾਡਾ ਵਾ ਸਭ ਲੋਕਾਂ ਦਾ ਪੈਂਦਾ ਸਾਡਾ ਲੋਹਾਰ ਨਾਲ ਵੀ ਪਊਗਾ ਹਨਾ ਭਾਂਡੇ ਬਣਾਉਣ ਵਾਲਿਆਂ ਨਾਲ ਵੀ ਪਊ ਭਾਂਡੇ ਵੇਚਣ ਵਾਲਿਆਂ ਨਾਲ ਵੀ ਪਊ ਸਾਡੇ ਘਰਾਂ 'ਚ ਜਿਹੜੇ ਸਿਰੀਪਾਲੀ ਹੁੰਦੇ ਸੀ ਉਹਨਾਂ ਦੀ ਇੱਕ ਵੱਖਰੀ ਬੋਲੀ ਹੁੰਦੀ ਸੀ ਹੁਣ ਆਪਾਂ ਕਹਿੰਦੇ ਆ ਰੋਟੀ ਖਾ ਲਓ ਆਪਾਂ ਕਦੇ ਨਹੀਂ ਕਹਿੰਦੇ ਵੀ ਦੁਪਹਿਰਾ ਖਾ ਲਓ ਆਥਣ ਵੇਲਾ ਖਾ ਲਓ ਜਾਂ ਸਵੇਰ ਵੇਲਾ ਹਨਾ ਝੋਲਸੜਾ ਵੀ ਜਾਂਦਾ ਸ਼ਾਬਾ ਜਦੋਂ ਇਹ ਦੋ ਤਿੰਨ ਵਾਰੀ ਜਦੋਂ ਇੱਕ ਵਾਰੀ ਕਹਾਂ ਵੀ ਰੋਟੀ ਖਾ ਲਓ ਰੋਟੀ ਖਾ ਲਓ ਉਦੋਂ ਬਾਅਦ ਸ਼ਾਬ ਦੇ ਇੱਕ ਨਵਾਂ ਗੇ ਸਰ ਜਾ ਜਾਂਦਾ ਸਹੀ ਝੋਲ ਤੇ ਹੁਣ ਆਪਣੀ ਬੋਲੀ ਚ ਕਿਉਂ ਨਹੀਂ ਹੈਗੇ ਇੱਕ ਸਿੱਧਾ ਜਿਹਾ ਸ਼ਬਦ ਅਸੀਂ ਫੜ ਲਿਆ ਹਰ ਚੀਜ਼ ਲਈ ਵੀ ਰੋਟੀ ਖਾਲਾ ਬਸ ਅਸੀਂ ਨਹੀਂ ਕਹਿੰਦੇ ਅੱਗੇ ਸਾਡੀਆਂ ਮਾਵਾ ਆਵਾਜ਼ ਮਾਰਦੇ ਨੇ ਦੁਪਹਿਰਾ ਖਾਲਾ ਹਾਂ ਆਥਣ ਵੇਲੇ ਦੀ ਦੁਪਹਿਰ ਵਾਲੀ ਚਾਹ ਦਾ ਵੇਲਾ ਹੋ ਗਿਆ ਜਾਂ ਆਪਾਂ ਮਤਲਬ ਹਰ ਵੇਲੇ ਲਈ ਇੱਕ ਵੇਲਾ ਸੀਗਾ ਸਾਡੇ ਕੋਲੇ ਹੁਣ ਸਾਰਾ ਕੁਝ ਖਤਮ ਹੋ ਗਿਆ ਤੇ ਬਾਤਾਂ ਚ ਤਾਂ ਅਜੇ ਵੀ ਉਹ ਚੀਜ਼ਾਂ ਪਈਆਂ ਨੇ ਮੈਨੂੰ ਇੱਕ ਹੋਰ ਚੀਜ਼ ਦੱਸਦੀ ਹੁੰਦੀ ਹੈ ਵੀ ਜਦੋਂ ਸਾਡੀ ਦਾਦੀ ਨਾਨੀ ਸਾਨੂੰ ਬਾਤ ਸੁਣਾਉਂਦੀ ਹੁੰਦੀ ਸਾਡੇ ਚ ਧੀਰਜ ਬਹੁਤ ਹੁੰਦਾ ਸੀ ਅਸੀਂ ਉਡੀਕ ਕਰਦੇ ਹੁੰਦੇ ਸੀ ਇੱਕ ਬਾਤ ਨੂੰ ਹਫਤਾ ਹਫਤਾ ਮੁਕਣ ਦੀ ਵੀ ਫਿਰ ਨਵੀਂ ਬਾਤ ਸ਼ੁਰੂ ਹੋਊਗੀ ਨਾ ਚਲਦੀ ਸੀ ਭੈਣੇ ਪਹਿਲਾਂ ਬਾਤ ਚਲਦੀ ਸੀ ਹੁਣ ਅੱਧੇ ਘੰਟੇ ਦੀ ਇੰਟਰਵਿਊ ਦੇਖਣੀ ਵੀ ਔਖੇ ਹੋ ਜਾਂਦੀ ਏ ਵੀ ਕਦੋਂ ਖਤਮ ਹੋਊਗੀ ਖਤਮ ਹੋਵੇ ਬਿਲਕੁਲ ਸਵਾਦ ਦੀ ਗੱਲ ਕੀ ਆ ਅਸਲ 'ਚ ਜਿਹੜਾ ਰੀਲਾਂ ਵਾਲਾ ਉਹ ਆ ਨਾ ਭੈਣੇ ਇਹ ਨੂੰ ਮੈਨੂੰ ਨਹੀਂ ਪਤਾ ਵੀ ਇਹ ਬੀ ਠੀਕ ਆ ਜਾਂ ਗਲਤ ਆ ਕਿਵੇਂ ਕੁਛ ਆ ਪਰ ਆਪਣੇ ਹਾਲਾਤਾਂ ਦੇ ਅਨੁਸਾਰ ਦੇਖੀਏ ਤਾਂ ਰੀਲਾਂ ਵਾਲਾ ਤੁਹਾਡੇ ਜਿਹੜੇ ਮਨ ਨੂੰ ਝੋੜ ਦਿੰਦਾ ਇਹ ਝੋੜ ਦਿੰਦਾ ਮੈਂ ਆਪਦੇ ਤਜਰਬੇ ਤੋਂ ਦੱਸਦਾ ਹਾਂ ਸਾਨੂੰ ਝੋੜ ਕੇ ਰੱਖ ਦਿੰਦਾ ਇੱਕ ਟਾਈਮ ਤੁਹਾਨੂੰ ਜਾਨਵਰ ਦਿਖਾਈ ਦੇਣਗੇ ਇੱਕ ਟਾਈਮ ਬੰਦੇ ਆ ਜਾਂਦੇ ਨੇ ਫੇਰ ਉਹ ਐ ਨਹੀਂ ਪਤਾ ਉਧਰ ਜਾਨਵਰ ਵੱਢੀ ਜਾਂਦੇ ਹੁਣ ਇੱਧਰ ਬੰਦੇ ਮਠਾਈ ਖਾਈ ਜਾਂਦੇ ਹੁਣ ਮਤਲਬ ਹੋਰ ਚੀਜ਼ ਮਨ ਦਾ ਕਚੁੰਬਰ ਕੱਢ ਦਿੰਦੀ ਹੈ ਅਸਲ ਦੇ ਸਹੀ ਗੱਲ ਆ ਮੈਨੂੰ ਉਦਾਂ ਵੀ ਲੱਗਦਾ ਵੀ ਸਾਡੇ ਮਨਾਂ ਚ ਕਾਲ ਆਉਣ ਲੱਗ ਗਈ ਹੈ ਕਾਲ ਆਉਣ ਲੱਗ ਗਈ ਬਹੁਤ ਕਾਲ ਵੀ ਅਸੀਂ ਚੌਹਿਆ ਵਿਛੇਤੀ ਇੱਕ ਤੋਂ ਬਾਅਦ ਇੱਕ ਚੀਜ਼ ਮੈਂ ਅਸੀਂ ਗੱਲਾਂ ਕਰਦੇ ਸੀ ਹੁਣ ਜਦੋਂ ਤੁਸੀਂ ਅੰਦਰ ਬੈਠੇ ਸੀ ਮੈਂ ਕਿਹਾ ਵੀ ਫੋਨ ਨੇ ਸਾਨੂੰ ਇੰਨੀ ਕਾਲ ਦੇਤੀ ਵੀ ਕਈ ਵਾਰ ਸਾਡੀਆਂ ਮਾਵਾਂ ਸਾਨੂੰ ਆਵਾਜ਼ ਮਾਰਦੀਆਂ ਹੁੰਦੀਆਂ ਸੀ ਜੇ 5 ਮਿੰਟ ਨਹੀਂ ਸੀ ਬੋਲੀ ਤਾਂ ਦਵਾਰਾ ਠਰਮੇ ਨਾਲ ਆਵਾਜ਼ ਮਾਰਦੀਆਂ ਸੀ ਹਨਾ ਵੀ ਹੁਣ ਅਸੀਂ ਕਿਸੇ ਨੂੰ ਆਵਾਜ਼ ਮਾਰਦੇ ਆ ਬੰਦਾ ਇੱਕ ਮਿੰਟ ਨਹੀਂ ਬੋਲਦਾ ਅਸੀਂ ਕਾਲੇ ਪੈਣਾ ਵੀ ਤੈਨੂੰ ਮੇਰੀ ਗੱਲ ਨਹੀਂ ਸੁਣੀ ਉਹ ਕਾਲ ਇਸੇ ਚੀਜ਼ ਦੀ ਆ ਬ ਮੈਨੂੰ ਲੱਗਦਾ ਹੁੰਦਾ ਵੀ ਆਪਣੇ ਤੋਂ ਪਹਿਲਾਂ ਵਾਲਿਆਂ ਨੂੰ ਵੀ ਸ਼ਾਇਦ ਇਹੀ ਲੱਗਦਾ ਸੀ ਕਿਉਂਕਿ ਉਹਨਾਂ ਨਾਲ ਗੱਲ ਵੀ ਸਾਡਾ ਟਾਈਮ ਚੰਗਾ ਸੀ ਤੇ ਪਰ ਉਹ ਆਪਾਂ ਦੇਖਿਆ ਨਾ ਵੀ ਚੰਗਾ ਪਹਿਲਾਂ ਜਦੋਂ ਮੈਂ ਛੋਟਾ ਸੀ ਹੁਣ ਵੀ ਖੈਰ ਐਡਾ ਵੱਡਾ ਨਹੀਂ ਆ ਛੋਟਾ ਹੀ ਵੀ ਜਦ ਅਸੀਂ ਬਚਪਨ ਸੀ ਮੇਰਾ ਹਨਾ ਵੀ ਛੋਟ 6ਵੀਂ 7ਵੀਂ ਜਾਂ 8ਵੀਂ 9ਵੀਂ ਜਦੋਂ ਮਾੜੀ ਮੁੱਢੀ ਸਿਰਤ ਸੀਗੀ ਤਾਂ ਉਦੋਂ ਇਹ ਚੀਜ਼ ਸੀਗਾ ਵੀ ਕੁਝ ਨਹੀਂ ਕਰਦੇ ਸੀ ਚਲ ਗੁਰੂ ਘਰ ਜਾਇਏ ਹਨਾ ਠੜੀ ਤੇ ਜਾਇਆ ਵਾਂ ਮੈਂ ਹੈਨਾ ਤੇ ਬੱਸ ਅੱਡੇ ਜਾਇਆ ਵਾਂ ਹੈਨਾ ਸਵੇਿਆਂ ਚ ਜਾਇਆ ਹੀ ਤੇ ਉਹ ਖੇਤ ਜਾ ਕੇ ਆਉਣਾ ਇਹਨਾਂ ਦਿਨਾਂ ਚ ਮੂੜੀਆਂ ਤੇ ਸਗਮਲ ਬੀਜੇ ਹੁੰਦੇ ਉਹ ਖਾਇਏ ਸੰਤਰੇ ਬਹੁਤ ਹੁੰਦੇ ਉੱਥੇ ਸਾਡੇ ਕਿੰਨੂ ਉਹ ਬਾਗਾਂ ਚ ਜਾਇਆ ਹੀ ਹੈਨਾ ਚੋਰੀਆਂ ਤੋੜ ਲਿਆਈਏ ਮਟਰ ਬੀਜੇ ਹੁੰਦੇ ਸੀ ਭੈਣੇ ਉਹ ਤੋੜਨੇ ਹੈਨਾ ਤਾਂ ਉਹੀ ਮਤਲਬ ਪਹਿਲਾਂ ਕੀ ਹੁੰਦਾ ਸੀਗਾ ਕਿੱਥੇ ਗਿਆ ਸੀ ਵੇ ਉੱਥੇ ਗਿਆ ਸੀ ਉੱਥੇ ਕੀ ਲੈਣ ਗਿਆ ਸੀ ਉਹੀ ਗਿਆ ਸੀ ਮਤਲਬ ਉਹੀ ਜਾਣਾ ਹੁਣ ਉਹੀ ਜਾਣਾ ਕੁਛ ਨਹੀਂ ਰਿਹਾ ਹਾਂ ਨਾ ਜਾਵਾਂ ਹੀ ਨਹੀਂ ਉਹੀ ਜਾਣਾ ਵੀ ਉਹੀ ਜਾਇਆ ਅੱਛਾ ਠੀਕ ਹੈ ਗਾਂਲੇ ਵੀ ਬੰਦਾ ਬੀਬੀ ਜਾਂ ਕੁਛ ਵੀ ਹੁੰਦਾ ਵੀ ਠੀਕ ਹੈ ਚਲ ਜਾਇਆ ਹਨਾ ਵੀ ਉਹੀ ਜਾਣਾ ਪਰ ਹੁਣ ਤਾਂ ਉਹੀ ਜਾਣ ਦਾ ਮਤਲਬ ਹੀ ਨਹੀਂ ਰਿਹਾ ਸਹੀ ਗੱਲ ਹੈ ਹੁਣ ਨਾ ਤੁਸੀਂ ਕਦੇ ਜਿਹੜੇ 10ਵੀਂ ਪੜ੍ਹਦੇ ਨੇ ਜਾਂ 8ਵੀਂ 9ਵੀਂ ਪਲੱਸ 2 ਵਾਲੇ ਬੱਚੇ ਨੇ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖੋ ਉਹਨਾਂ ਨੇ ਵੀ ਕਿਵੇਂ ਹੈ ਫਿਰ ਪੜ੍ਹਾਈ ਵਧੀਆ ਹਾਂ ਮੈਂ ਤਾਂ ਆ ਬੰਨਾ ਹੂੰ ਚਲੋ ਜੀ ਗੱਲ ਕਰ ਮੈਂ ਤਾਂ ਬਾਹਰ ਜਾਣਾ ਸਹੀ ਬਹੁਤਿਆਂ ਦੇ ਆਨਸਰ ਤਾਂ ਇਹੀ ਹੁੰਦੇ ਵੀ ਮੈਂ ਬਾਹਰ ਜਾਣਾ ਦੂਜੇ ਮੈਂ ਆ ਚੀਜ਼ ਮੈਂ ਫੌਜ ਜਾਣਾ ਮੈਂ ਪੁਲਿਸ ਚ ਜਾਣਾ ਮੈਂ ਕਲਰਕ ਬੰਨਾ ਠੀਕ ਆ ਮੈਂ ਮਾਸਟਰ ਬੰਨਾ ਬਸ ਮਤਲਬ ਮੈਂ ਨਹੀਂ ਆ ਬੰਨਾ ਨਹੀਂ ਚਾਹੀਦਾ ਜਾਂ ਜਾਣਾ ਨਹੀਂ ਚਾਹੀਦਾ ਪਰ ਮਸਲਾ ਇਹ ਆ ਵੀ ਕਾਹਲ ਬਹੁਤ ਆਗੀ ਹੂੰ ਉਹ ਤੋਂ ਤੁਸੀਂ ਸੋਚ ਹੀ ਜਾਣਾ ਪਹਿਲਾਂ ਸਾਨੂੰ ਸਾਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਜਿਵੇਂ 10ਵੇਂ ਸਾਡੇ ਬੀਐਡ ਮੈਡਮ ਆਏ ਬੀਐਡ ਦੀ ਨਾਲ ਇੱਕ ਡਿਊਟੀ ਲਾ ਦਿੰਦੀਆਂ ਕੁੜੀਆਂ ਦੀ ਸਾਡੇ ਸਕੂਲ ਸਕੂਲ ਬੀਐਡ ਵਾਲਿਆਂ ਦਾ ਉਹ ਕੁੜੀਆਂ ਆਈਆਂ ਪੜ੍ਹਾਉਣ ਸਾਨੂੰ ਉਹਨਾਂ ਦੀ ਟ੍ਰੇਨਿੰਗ ਲੱਗਦੀ ਥੀ ਉਹ ਉਹਨਾਂ ਨੇ ਸਾਨੂੰ ਖੜੇ ਖੜਕਾ ਕੇ ਪੁੱਛਣਾ ਵੀ ਕੀ ਬਣੇਗਾ ਤੂੰ ਇੱਕ ਦੋ ਕੁੜੀਆਂ ਤਾਂ ਕਹਿ ਦਿੰਦੀਆਂ ਸੀ ਵੀ ਅਸੀਂ ਤਾਂ ਇਹ ਬਨਣਾ ਜਾਂ ਇਹ ਬਨਣਾ ਤੇ ਮੁੰਡੇ ਵੀ ਇੱਕ ਦੋ ਕਹਿਣ ਦਿੰਦੇ ਸੀ ਅਸੀਂ ਐਂਡ ਤੇ ਬੈਠਣ ਵਾਲੇ ਹੁੰਦੇ ਉਹ ਸਾਨੂੰ ਕਹਿੰਦੀ ਤੁਸੀਂ ਕੀ ਬਨਨਾ ਅਸੀਂ ਸੋਚਦੇ ਵੀ ਯਾਰ ਬਨਣਾ ਕੀ ਹੈ ਇਹ ਮਤਲਬ ਕੀ ਹੈ ਇਹ ਬਨਣਾ ਕੀ ਹੁੰਦਾ ਵੀ ਮਤਲਬ ਕੀ ਬਨਣਾ ਤਾਂ ਮੈਂ ਤਾਂ ਸੋਚਿਆ ਹੀ ਨਹੀਂ ਇਹ ਤਾਂ ਉਹ ਲਾਹਣ ਤਾਂ ਪਾਉਂਦੀਆਂ ਬੀਬੀਆਂ ਵੀ ਐ ਨਹੀਂ ਹੁੰਦਾ ਬੱਚੇ ਤੁਸੀਂ ਸੋਚੋ ਜੇ ਹੁਣ ਤੋਂ ਸੋਚਣ ਲੱਗੋਗੇ ਫੇਰ ਹੀ ਬਨਣ ਲੱਗੋਗੇ ਬਸ ਯਾਰ ਉਹਨਾਂ ਦਿਨਾਂ ਚਾਹੀਦੇ ਕਿ ਗ਼ਮੀਰ ਰਹਿੰਦੇ ਵੀ ਯਾਰ ਕੀ ਬਨਣਾ ਸੋਚੀ ਪਰ ਇਹ ਚੌੜ ਚੌੜ ਚ ਕਹਿੰਦੇ ਇੱਕ ਸਾਡੇ ਨੂੰ ਧੁੰਨਿਕ ਦਾ ਮੁੰਡਾ ਸੀ ਗਿੰਦੂ ਉਹ ਕਹਿੰਦਾ ਵੀ ਮੈਂ ਤਾਂ ਜੀ ਅੰਤਕਵਾਦੀ ਬਣਾਂਗਾ ਇਹ ਕਹਿੰਦਾ ਜੀ ਮੈਂ ਕਲਾਕਾਰ ਬਣੂੰਗਾ ਮਤਲਬ ਆਪ ਦੇ ਆਪ ਹੀ ਉਹਨਾਂ ਨੇ ਸਿਰਜਣੇ ਹੈ ਨਾ ਜਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗਦੀ ਆ ਪਰ ਉਦੋਂ ਮਤਲਬ ਜਿਹੜਾ ਇੱਕ ਇੱਕ ਪ੍ਰਕਾਰ ਦਾ ਨਾ ਡਰ ਦੀ ਪਹਿਲੀ ਚੁੰਝ ਵੱਜਣੀ ਆ ਹੂੰ ਹੂੰ ਡਰਦੀ ਸਾਨੂੰ ਇੱਕ ਠੋਲਾ ਵੱਜਾ ਡਰਦਾ ਵੀ ਯਾਰ ਹਾਂ ਯਾਰ ਆਪਾਂ ਜ਼ਿੰਦਗੀ 'ਚ ਕੁਝ ਪਾਉਣਾ ਵੀ ਆ ਇਹਦੇ ਬਸ ਮਸਲੇਵਾਰ ਤਾਂ ਸੋਚੇ ਹੀ ਨਹੀਂ ਚਲੋ ਉਦੋਂ ਸਮਾਂ ਹੀ ਇਦਾਂ ਸੀ ਜ਼ਿੰਦਗੀ ਇਦਾਂ ਸੀਗੀ ਵੀ ਉਦੋਂ 2-4 ਦਿਨ ਉਹ ਆਜ਼ਾਦ ਰਹਿੰਦੇ ਉਦੋਂ ਬਾਅਦ ਫੇਰ ਚਲੋ ਹ ਪਹਿਲਾਂ ਸਾਨੂੰ ਆਇਆ ਲੱਗਦਾ ਹੁੰਦਾ ਵੀ ਯਾਰ ਮਾਸਟਰ ਬਣੀਏ ਸਾਡੇ ਇੱਕ ਖੇਤੀਬਾੜੀ ਵਾਲੇ ਸਾਡੇ ਅਧਿਆਪਕ ਸੀਗੇ ਬਹੁਤ ਹੀ ਚੰਗੇ ਸੀ ਉਹ ਸਾਰਾ ਦਿਨ ਮਤਲਬ ਉਹਨਾਂ ਦਾ ਇੱਕ ਇੱਕ ਲੈਕਚਰ ਲੱਗਦਾ ਹੁੰਦਾ ਸੀਗਾ ਬਾਕੀ ਟਾਈਮ ਉਹ ਮੈਨੇਜਮੈਂਟ ਹੀ ਸੰਭਦੇ ਤੇ ਕੱਦ ਦੇ ਵੀ ਬੜੇ ਉੱਚੇ ਲੰਬੇ ਸੀ ਹਨ ਤੇ ਗਰਨੇਬ ਸਰ ਸੀ ਚਲੋ ਨਾਮ ਲੈ ਦਿੰਨੇ ਆ ਉਹ ਸਾਨੂੰ ਬੜੇ ਚੰਗੇ ਲੱਗੇ ਵੀ ਯਾਰ ਇੰਨਾ ਆਪਾਂ ਖੇਤੀਬਾੜੀ ਵਾਲੇ ਬਣਾਂਗੇ ਖੇਤੀਬਾੜੀ ਵਾਲੇ ਬਣਾਂਗੇ ਅਸੀਂ ਖੇਤੀਬਾੜੀ ਰੱਖੀ ਸਾਡੀ ਪ੍ਰਿੰਸੀਪਲ ਮਤਲਬ ਸਾਡੇ ਪ੍ਰਵਾਸ ਦੇ 1 2 ਮੈਂਬਰ ਨੂੰ ਸਾਦ ਕੇ ਵੀ ਆਖਿਆ ਵੀ ਇਹਨਾਂ ਨੂੰ ਨੰਦਗੜ੍ਹ ਸਕੂਲ ਆ ਬੜਾ ਪਹਿਣੇ ਵਧੀਆ ਸੋਹਣਾ ਸਕੂਲ ਸੀ ਹੁਣ ਵੀ ਆ ਹੋਊਗਾ ਤੇ ਉਹ ਸੱਦ ਕਹਿੰਦੇ ਉਹਨਾਂ ਨੂੰ ਕੰਪਿਊਟਰ ਰਖਾਓ ਖੇਤੀਬਾੜੀ ਗੱਲ ਤਾਂ ਸੜ ਲਈ ਨਹੀਂ ਐਸੇ ਕਦ ਤੱਕ ਰੱਖਣੀ ਖੇਤੀਬਾੜੀ ਅਸੀਂ 10 15 ਜਣੇ ਸੀ ਅਸੀਂ ਖੇਤੀਬਾੜੀ ਹੀ ਰੱਖੀ ਉਹ ਬਸ ਲੈਕਚਰ ਲਾਇਆ ਕਰਦੇ ਸੀ ਖੇਤੀਬਾੜੀ ਦੇ ਪਨੀਰ ਪਨੂਰ ਕਦੇ ਜਾਨਵਰਾਂ ਦੀਆਂ ਗੱਲਾਂ ਐਂ ਕਰਦੇ ਕਰਦੇ ਹੁੰਦੇ ਸੀ ਅਸੀਂ ਉਦੋਂ ਸੋਚਿਆ ਵੀ ਅਸੀਂ ਤਾਂ ਖੇਤੀਬਾੜੀ ਵਾਲਾ ਅਧਿਆਪਕ ਬਣਾਂਗੇ ਇਹ ਘੈਂਟ ਲਾਈਫ ਜ਼ਿੰਦਗੀ ਥੋੜਾ ਹੋਰ ਅੱਗੇ ਆਵੇ ਸਾਨੂੰ ਲੱਗਿਆ ਵੀ ਨਹੀਂ ਫਿਰ ਸੜ ਪੰਜਾਬੀ ਵਾਲਾ ਇੱਕ ਪੜਾਉਣ ਵਾਲਾ ਅਧਿਆਪਕ ਬੜਾ ਚੰਗਾ ਆਇਆ ਸਾਡਾ ਅਸੀਂ ਆਖਿਆ ਵੀ ਨਹੀਂ ਪੰਜਾਬੀ ਦੇ ਬਣਾਏ ਠੀਕ ਹੈਂਡਾ ਚੀਜ਼ ਵੀ ਯਾਰ ਨਜ਼ਾਰਾ ਇਹਦਾ ਕਿੰਨਾ ਕੁ ਦੱਸਦਾ ਆਪਾਂ ਨੂੰ ਕਿਤਾਬਾਂ ਬਾਰੇ ਦੱਸਦਾ ਬਾਈ ਵੀ ਉਹ ਜੀ ਤਾਂ ਜ਼ਿੰਦਗੀ ਬਹੁਤ ਵਧੀਆ ਉਹਨੇ ਕੈਂਪ ਗੁੰਪ ਵੀ ਲਵਾਏ ਬਾਈ ਨੇ ਬਹੁਤ ਚੰਗਾ ਕੰਮ ਕੀਤਾ ਹੁਣ ਇਹ ਸਾਜੇ ਵੀ ਆ ਹੀ ਬੰਨਾ ਬਸ ਉਹਦੂ ਬਾਅਦ ਅਸੀਂ ਇੱਕ ਮੈਟਰ ਮੈਜ ਯੂਨੀਵਰਸਿਟੀ ਕਾਲਜ ਗਿਆ ਜਦੋਂ ਕਾਲਜ ਆਇਆ ਤੇ ਉਦੋਂ ਵੀ ਉੱਥੇ ਪੰਜਾਬੀ ਵਾਲੇ ਅਧਿਆਪਕ ਮਿਲੇ ਸਾਨੂੰ ਵਧੀਆ ਹੁਣ ਵੀ ਮਿਲਦੇ ਨੇ ਉਹ ਤਾਂ ਉਹ ਕਹਿੰਦੇ ਵੀ ਉਹਨਾਂ ਤਾਂ ਜਦੋਂ ਅਸੀਂ ਦੇਖਿਆ ਲਾਈਫ ਸਟਾਈਲ ਵੀ ਹੋਰ ਆ ਤਾਂ ਉਦੋਂ ਵੀ ਨਜ਼ਾਰਾ ਹੈ ਨਾ ਆਪਾਂ ਤਾਂ ਪ੍ਰੋਫੈਸਰ ਬਣਾਂਗੇ ਫਿਰ ਪ੍ਰੋਫੈਸਰ ਬਣ ਯੂਨੀਵਰਸਿਟੀ ਆ ਗਏ ਯੂਨੀਵਰਸਿਟੀ ਆਇਆ ਜੋ ਪ੍ਰੋਫੈਸਰ ਦੇਖਿਆ ਵੀ ਯਾਰ ਪ੍ਰੋਫੈਸਰਾਂ ਦਾ 20000 21500 ਤਾਂ ਤਨਖਾਹ ਹਾਂ ਨਾ ਤੇ ਆ ਨੈਟ ਵੀ ਕਲੀਅਰ ਕਰਨਾ ਪੈਂਦਾ ਆ ਜੇਆਰ ਫਲਾਉਣੀ ਪੈਂਦੀ ਆ 5 ਸਾਲਾਂ ਦੀ ਪੀ ਐਚ ਡੀ ਕਰਨੀ ਪੈਂਦੀ 7 ਵੀ ਲੱਗ ਜਾਂਦੇ ਨੇ ਵੀ ਉਹ ਅੰਕੜੇ ਜੇ ਇਕੱਠੇ ਕਰਨੇ ਔਖਾ ਕੰਮ ਆ ਮੈਂ ਫਿਰ ਕਿਤਾਬਾਂ ਦੀ ਦੁਕਾਨ ਤੇ ਲੱਗਿਆ ਸੀ ਮੈਂ ਵੀ ਆਹ ਠੀਕ ਆ ਪੀਆ ਆਪਣਾ ਹੀ ਸੈਂਟਰ ਬਸ ਫਿਰ ਕੀ ਆ ਹੁਣ ਬਾਤਾਂ ਪਾਈਆਂ ਨੇ ਵਧੀਆ ਬਾਤਾਂ ਪਾਉਣੇ ਨਾ ਭਾਣੇ ਵਧੀਆ ਚ ਰੋਟੀ ਜਿਹਾ ਜਿਹਾ ਕਰ ਚੱਲੀ ਜਾਂਦਾ ਤਾਂ ਮੈਨੂੰ ਲੱਗਦਾ ਵੀ ਜਿਹੜੀ ਜਿੱਥੋਂ ਆਪਣੀ ਗੱਲ ਤੁਰੀ ਸੀ ਉਹ ਇਹੀ ਆ ਵੀ ਕਾਹਲ ਬਹੁਤ ਜਵਾਕਾਂ ਨੂੰ ਆਪਾਂ ਛੇਤੀ ਕਹਦੇ ਨੇ ਵੀ ਆਹ ਬਣਨਾ ਹੁਣ ਅਸੀਂ ਨਰਸਰੀ ਚ ਪੁੱਛਣ ਲੱਗ ਜਾਂ ਤਿੰਨ ਸਾਲ ਦੇ ਨੂੰ ਪੁੱਛਦੇ ਨੇ ਤੂੰ ਕੀ ਬਣੇਗਾ ਵੱਡਾ ਕੀ ਬਣੇਗਾ ਨਾ ਉਹਨੂੰ ਮੇਲਾ ਦੇਖਣ ਦਿਓ ਜਿਵੇਂ ਮੈਂ ਇੱਕ ਵਾਰੀ ਪਹਿਲਾਂ ਵੀ ਸ਼ਾਇਦ ਪਤਨੀ ਗੱਲ ਸੁਣਾਈ ਸੀ ਵੀ ਵੀ ਇੱਕ ਵਾਰ ਬਾਤ ਹੀ ਆ ਵੀ ਭਾਣੇ ਵੀ ਇੱਕ ਵਾਰੀ ਇੱਕ ਜਵਾਕ ਮੇਲੇ ਤੇ ਜਾਣਾ ਉਹ ਆਦੀ ਮਾਤਾ ਨੂੰ ਬੀਬੀ ਨੂੰ ਆਂਦਾ ਮੈਨੂੰ ਪੈਸੇ ਦੇ ਉਹ ਆਂਦੀ ਵੀ ਪੁੱਤ ਆ ਲੈ ਪੈਸੇ ਜਾ ਉਹਨੇ ਪੈਸੇ ਦੇਤੇ ਦੋ ਚਾਰ ਪੈਸੇ ਜਿਹੜੇ ਵੀ ਦਿੱਤੇ ਉਹ ਮੇਲੇ ਤੇ ਜਾਂਦਾ ਬਾਈ ਹਰਮਨ ਵਰਗਾ ਸੀ ਉਹ ਮੇਲੇ ਜਾਂਦਾ ਹਰਮਨ ਦੀ ਫੋਟੋ ਇੱਥੇ ਜ਼ਰੂਰ ਲਾ ਦਿਓ ਹਾਂ ਉਹ ਮੇਲੇ ਜਾਂਦਾ ਤਾਂ ਉਹ ਸ਼ੁਰੂਆਤ ਸੀ ਦੇਖਦਾ ਵੀ ਯਾਰ ਆ ਬੜੇ ਸੋਹਣੇ ਖੜਾਉਣੇ ਆ ਬਣਸਰੀਆਂ ਨੇ ਖੜਾਉਣੇ ਨੇ ਗੁੱਡੇ ਗੁੱਡੀਆਂ ਨੇ ਤੇ ਵੀ ਕਿਉਂ ਨਾ ਆਪਾਂ ਲੈ ਲਈਏ ਉਹਦੇ ਕੋਲ ਜਿਹੜੇ ਪੈਸੇ ਉਹ ਲੈ ਲੈਂਦਾ ਥੋੜੀ ਜੀ ਗਾਂ ਜਾਂਦਾ ਉਹ ਉਹੀ ਖੜਾਉਣੇ ਤੇ ਹੋਰ ਸੋਹਣੇ ਤੇ ਹੋਰ ਖਬਸੂਰਤ ਤੇ ਸਸਤੇ ਮਿਲਦੇ ਆ ਉਹਨਾਂ ਦਾ ਯਾਰ ਆਪਾਂ ਅੱਗੇ ਤਾਂ ਮਹਿੰਗੇ ਲੜੀ ਉਹ ਹੋ ਰਕੇ ਜਾਂਦਾ ਉਹੀ ਖੜਾਉਣੇ ਉਦੋਂ ਵੀ ਸੋਹਣੇ ਹੂੰ ਉਦੋਂ ਵੀ ਸਸਤੇ ਮਿਲਦੇ ਪਏ ਹੋਰ ਅੱਗੇ ਜਾਂਦਾ ਉਦੋਂ ਵੀ ਸਸਤੇ ਮਿਲਦੇ ਪਏ ਆ ਸੋਹਣੇ ਵੱਡੇ ਵੱੱਦ ਮਿਲਦੇ ਪਏ ਆ ਹੂੰ ਉਹ ਆਦਾ ਯਾਰ ਆ ਤਾਂ ਨਸਾਨ ਕਰਦਾ ਹੂੰ ਉਹ ਨਰਾਸ਼ ਹੋ ਕੇ ਵਿਚਾਰਾ ਘਰੇ ਆਉਂਦਾ ਮੇਲੇ ਤੋਂ ਮੇਲੇ ਆ ਘਰੇ ਆ ਗਿਆ ਦੀ ਬੀਬੀ ਨੂੰ ਦਾਦਾ ਜੀ ਬੀਬੀ ਆਹ ਗੱਲ ਹੋ ਗਈ ਵੀ ਮੈਂ ਤਾਂ ਮੇਰੇ ਨਾਲ ਤਾਂ ਆ ਗਈ ਉਹ ਫਿਰ ਕਹਿੰਦੀ ਵੀ ਪੁੱਤ ਪਹਿਲਾਂ ਮੇਲਾ ਦੇਖੀ ਤਾਂ ਹੁੰਦਾ ਹੂੰ ਫੇਰ ਚੀਜ਼ ਖਰੀਦੀਦੀ ਹਿੰਦੀ ਸਹੀ ਗੱਲ ਪਹਿਲਾਂ ਮੇਲਾ ਦੇਖੋ ਹੂੰ ਜ਼ਿੰਦਗੀ ਨੂੰ ਜਿਉਂਵੋ ਹਨਾ ਸਾਰੇ ਕਿਤੇ ਕਰ ਕਰਾ ਕੇ ਤੁਸੀਂ ਜੋ ਵੀ ਬਾਹਰ ਵੀ ਜਾਣਾ ਫੌਜੀ ਵੀ ਲੱਗਣਾ ਇਨਸਪੈਕਟਰ ਵੀ ਬਨਣਾ ਇੰਜੀਨੀਅਰ ਵੀ ਬਨਣਾ ਬਣ ਜਾਉਗੇ ਪਰ ਮੇਲਾ ਦੇਖਣ ਉਹ ਹਾਂ ਉਹ ਪਹਿਲਾਂ ਜ਼ਿੰਦਗੀ ਜਿਹੜੀ ਚੀਜ਼ ਜਦੋਂ ਐਂਡ ਤੇ ਮੈਨੂੰ ਲੱਗਦਾ ਹੁੰਦਾ ਵੀ ਮਹਿਸੂਸ ਕਰਦਾ ਮੈਂ ਇਹ ਚੀਜ਼ ਵੀ ਐਂਡ ਤੇ ਜੇ ਬਚ ਬਚਾ ਕੇ ਜਿਹੜੀ ਚੀਜ਼ ਬਚਦੀ ਆ ਨਾ ਉਹ ਇਹੀ ਬਚਦੀ ਆ ਵੀ ਤੁਸੀਂ ਜ਼ਿੰਦਗੀ ਜਿਉਂ ਹੀ ਕਿੰਨੀ ਕ ਹੂੰ ਜ਼ਿੰਦਗੀ ਨੂੰ ਮਾਨਣਾ ਕਿੰਨਾ ਕ ਜਦੋਂ ਤੁਸੀਂ ਮਤਲਬ ਮੈਂ ਇਹ ਨਹੀਂ ਆਂਦਾ ਵੀ ਤੁਸੀਂ ਬਣਨਾ ਸੋਚੋ ਨਾ ਸੋਚ ਲੋ ਪਰ ਉਹ ਡਰ ਹੋਣਾ ਉਸ ਚੀਜ਼ ਤੋਂ ਡਰ ਨਾ ਪੈਦਾ ਕਰੋ ਆਪਣੇ ਮਨ ਚ ਬਾਤਾਂ ਵੀ ਇਹੀ ਸੁਣਾਉਂਦੀਆਂ ਵੀ ਸਫਰ ਸੋਹਣਾ ਹੋਵੇ ਜ਼ਿੰਦਗੀ ਸੋਹਣੀ ਬਤੀਤ ਕਰੀਏ ਹੂੰ ਡਰ ਕੇ ਨਾ ਜਿਉਈਏ ਵੀ ਯਾਰ ਮੈਂ ਤਾਂ ਫੌਜੀ ਬਣਨਾ ਸੀ ਮੇਰੀ ਉਮਰ ਲੰਘੀ ਜਾਂਦੀ ਆ ਹੋ ਸਕਦਾ ਤੁਸੀਂ ਉਸ ਚੀਜ਼ ਬਣੀ ਨਾ ਹੋ ਮੋ ਸੀ ਲਈ ਮੈਂ ਬਣਾ ਹੀ ਨਹੀਂ ਸੀ ਪ੍ਰੋਫੈਸਰ ਲਈ ਹੂੰ ਮੈਂ ਕਿਤਾਬਾਂ ਵੇਚਣ ਵਾਲਾ ਹੀ ਬਣ ਲਈ ਬਣਿਆ ਸੀ ਮੈਂ ਬਣ ਗਿਆ ਹੁਣ ਤਾਂ 10ਵੀਂ ਚ ਪੜਦੇ ਨਿਆਣੇ ਨੂੰ ਬੋਝਾ ਵੀ ਮੈਂ ਆਹ ਕੁਛ ਬਣਨਾ ਵੱਡੇ ਹੋ ਕਿ ਬੋਝ ਬੜੀ ਖਤਰਨਾਕ ਚੀਜ਼ ਆ ਨਾ ਭਾਣੇ ਬੋਝ ਦੇ ਹੀ ਜਾਂਦੇ ਨੇ ਉਹਨਾਂ ਹੋਰ ਦਵਾਈ ਤੁਰ ਹੀ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਬੋਝ ਨਹੀਂ ਜਵਾਕਾਂ ਦੇ ਜਵਾਕਰ ਨੂੰ ਥੋੜਾ ਜਿਹਾ ਬਾਤਾਂ ਮੁੱਤਾਂ ਨਾਲ ਜੋੜੋ ਉਹਨਾਂ ਨੂੰ ਦੇਖਣ ਦਿਓ ਚਿੜੀਆਂ ਕਿਵੇਂ ਬੋਲਦੀਆਂ ਮਗਰਮੱਛ ਕਿਵੇਂ ਆਉਂਦਾ ਸਰਾਲ ਕਿਵੇਂ ਸਾਹ ਪਿੰਦੀ ਆ ਹਨਾ ਕਛੂ ਕਿਵੇਂ ਬੋਲਦੇ ਨੇ ਕਛੂ ਕਿਵੇਂ ਥੋੜਾ ਸਾਥ ਦਿੰਦੇ ਨੇ ਤਾਂ ਉਹਨਾਂ ਨੂੰ ਇਹ ਜ਼ਿੰਦਗੀ ਜਿਉਣ ਦਿਓ ਕਲਪਨਾ ਦੀ ਜ਼ਿੰਦਗੀ ਚੋਂ ਆਉਣ ਦਿਓ ਮੈਂ ਤਾਂ ਵਸਾ ਚੀਜ਼ ਸਿੱਖੀ ਪੂਰੇ ਐਪੀਸੋਡ ਚ ਵੀ ਉਹੀ ਵੀ ਕਿਤੇ ਜਾਣਾ ਚਾਹੀਦਾ ਹਾਂ ਉਹੀ ਵੀ ਜਾਣਾ ਚਾਹੀਦਾ ਮੈਨੂੰ ਨਰਤੇਜ ਭਾਰਤੀ ਦੀ ਇੱਕ ਕਪਤਾ ਨਾ ਉਹ ਆਂਦਾ ਵੀ ਉਹ ਕੋਈ ਕਪਤਾ ਮੇਰੇ ਜਾਜ ਆਈ ਜਾਂਦੀ ਆ ਵੀ ਉਹ ਕਹਿੰਦਾ ਵੀ ਤੂੰ ਆ ਜਾਣਾ ਸੀ ਉੱਥੇ ਹਾਂ ਆਪਦੀ ਮਤਲਬ ਮੈਸੇਜ ਨੂੰ ਕਹਿੰਦਾ ਵੀ ਤੂੰ ਉੱਥੇ ਅੱਜ ਉਹ ਪੁਲ ਤੇ ਆ ਜਾਣਾ ਸੀ ਇਦਾਂ ਦੀ ਕਪਤਾ ਉਹ ਆਂਦੀ ਮੇਰਾ ਉੱਥੇ ਕੋਈ ਕੰਮ ਹੀ ਨਹੀਂ ਸੀ ਮੈਂ ਕੀ ਲੈਣਾ ਆਉਣਾ ਸੀ ਉਹ ਕਹਿੰਦਾ ਉਹੀ ਆ ਜਾਣਾ ਉਹ ਗੱਲ ਖਤਮ ਕਰ ਦੋ ਮੇਰੇ ਚੇਤੇ ਸੀਗੀ ਗੱਲ ਵੀ ਉਹੀ ਜਾਣਾ ਖਤਮ ਹੋ ਗਿਆ ਆਪਣਾ ਹਾਂ ਹੁਣ ਆਪਾਂ ਜਦੋਂ ਮਨਜੀਤ ਬਾਈ ਮੇਰੇ ਕੋਲੇ ਆਉਂਦਾ ਤੋ ਐ ਥੋੜੀ ਵੀ ਵੀ ਉਹ ਮੇਰੇ ਕੋਲ ਕੋਈ ਕੰਮ ਹੀ ਆਉਂਦਾ ਕਿਤਾਬ ਲੈਣੀ ਆਉਂਦਾ ਉਹੀ ਆਉਂਦਾ ਉਹ ਗੱਲ ਬੱਕਰੀ ਆ ਕੇ ਫਰਮਾਇਸ਼ਾਂ ਵੱਜ ਜਾਂਦੀਆਂ ਚਾਹ ਬਣਾਓ ਯਾਰ ਮੈਂ ਇਹ ਨਹੀਂ ਚਾਹ ਪੀਣੀ ਹੈ ਨਾ ਹਾਂ ਤੇ ਪਿਆਰ ਮੁਹੱਬਤ ਉਹੀ ਚੀਜ਼ ਬਣਾਉਂਦੀ ਹੈ ਸੋਡੀ ਤਾਂ ਮੈਨੂੰ ਲੱਗਦਾ ਵੀ ਜੇ ਤੁਸੀਂ ਆਪਾਂ ਸਾਰੇ ਬਾਤਾਂ ਨਾਲ ਜੁੜਦੇ ਆਂ ਔਰ ਬਾਤਾਂ ਸੁਣਾਉਂਦੇ ਆਂ ਬੱਚਿਆਂ ਨੂੰ ਤਾਂ ਉਹ ਬਾਤਾਂ ਦੇ ਵਿੱਚੋਂ ਉਹ ਆਪਣੀ ਕਲਪਨਾ ਸਿਰਜਣਾ ਦੇ ਵਿੱਚੋਂ ਆਪਣਾ ਆਪ ਲੱਭਣਗੇ لازمی ਆ ਉਹ ਲੱਭਣਗੇ ਵੀ ਅਸੀਂ ਬਣੇ ਕਾ ਦੇ ਖਾਤਰ ਬਿਲਕੁਲ ਅਸੀਂ ਚਾਹਣੇ ਕੀ ਆ ਉਹ ਇੱਕ ਸਕਿੱਲ ਹੀ ਐ ਇੱਕ ਗੌਣੀ ਆ ਉਹਨਾਂ ਚ ਪੈਦਾ ਹੋਊਗਾ ਉਹ ਜੇ ਆਪਾਂ ਬਾਤਾਂ ਦੀ ਗੱਲ ਕਰਦੇ ਆਂ ਬੱਚਿਆਂ ਨੂੰ ਬਾਤਾਂ ਸੁਣਾਉਣੇ ਆ ਤਾਂ ਮੈਂ ਇਹ ਦਾਅਵੇ ਨਾਲ ਕਹਿਣਾ ਪੈਣਾ ਉਹ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਅਸੀਂ ਕੀ ਬਣਨਾ ਹੂੰ ਇਹ ਵੀ ਮੈਨੂੰ ਲੱਗਦਾ ਪੂਰੀ ਕਿਤਾਬ ਜਿੰਨੀਆਂ ਗੱਲਾਂ ਤਾਂ ਤੁਹਾਨੂੰ ਵੈਸੇ ਹੀ ਯਾਦ ਆਉਂਦੀਆਂ ਪਰ ਇਹ ਮੈਂ ਨਾ ਵਿੱਚ ਵਿੱਚੋਂ ਬਾਤਾਂ ਪੜੀਆਂ ਬਹੁਤ ਨੇ ਤੇ ਇਹ ਬਾਤਾਂ ਦਾ ਪਰਾਇਆ ਮਸਲਾ ਇਹ ਗੱਲ ਆ ਵੀ ਰਲਗੱਡ ਬਹੁਤ ਹੋ ਜਾਂਦੀ ਆ ਰਲਗੱਲ ਹੋ ਜਾਂਦੀ ਆ ਕਿਉਂਕਿ ਇਹ ਚ ਸਾਰੇ ਹੀ ਬੋਲਦੇ ਨੇ ਚੀਜ਼ਾਂ ਵੀ ਬੋਲਦੀਆਂ ਜਿਹੜੀਆਂ ਜੀ ਬਹੁਤਾ ਬੋਲਣੀ ਬੋਲਿਆ ਨਰਜੀਬ ਵੀ ਗੱਲਾਂ ਕਰਦੇ ਨੇ ਕਈ ਵਾਰ ਹਨਾ ਇਸ ਕਿਤਾਬ ਬਾਰੇ ਤਾਂ ਬਸ ਇਹੀ ਕਹਿ ਸਕਦੇ ਆ ਵੀ ਇਹਨੂੰ ਜੇ ਤੁਸੀਂ ਪੜੋਗੇ ਨਾ ਤੁਹਾਨੂੰ ਇੰਨੀਆਂ ਬਾਤਾਂ ਆਉਣ ਲੱਗ ਕੇ ਜਾਣਗੀਆਂ ਜੀ ਜੀ ਹਾਂਜੀ ਆਪਣੇ ਵਾਲੇ ਤਾਂ ਆਪਣੇ ਵਾਲਿਆਂ ਨੂੰ ਨਾ ਆਪਣੇ ਪੰਜਾਬੀਆਂ ਨੂੰ ਇੱਕ ਬਿਮਾਰੀ ਬਹੁਤ ਵੱਡੀ ਹੋਈ ਵੀ ਆ ਹੁਣ ਉਹ ਉਹਨਾਂ ਨੂੰ ਇਹ ਵਹਿਮ ਆ ਵੀ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਦੇ ਆ ਹਮ ਅਸੀਂ ਚਾਰ ਸਾਹਿਬਜ਼ਾਦਿਆਂ ਬਾਰੇ ਜਾਣਦੇ ਆ ਹਮ ਹਮ ਅਸੀਂ ਅਸੀਂ ਮਤਲਬ ਸਿੱਖ ਇਤਿਹਾਸ ਬਾਰੇ ਜਾਣਦੇ ਆ ਸਾਨੂੰ ਪਤਾ ਹੀ ਆ ਪਤਾ ਹੀ ਆ ਬਸ ਵੀ ਸਿੱਖ ਦਾ ਇਤਿਹਾਸ ਆ ਅਸੀਂ ਸਾਨੂੰ ਬਾਤਾਂ ਬਾਰੇ ਪਤਾ ਹੀ ਆ ਹਮ ਹੈਨਾ ਸਾਨੂੰ ਮਤਲਬ ਜਿਹੜਾ ਸਾਹਿਤ ਆ ਉਹਦੇ ਬਾਰੇ ਪਤਾ ਹੀ ਆ ਵੀ ਠੀਕ ਆ ਇਹਦਾ ਪਤਾ ਹੀ ਆ ਸੁਣਾਉਂਦਾ ਹੀ ਆ ਤਾਂ ਇਸੇ ਵਹਿਮ ਚ ਆਪਾਂ ਬਹੁਤ ਕੁਝ ਗਵਾ ਹੀ ਜਾਂਦੇ ਆ ਮਤਲਬ ਆਪਾਂ ਨੂੰ ਪਤਾ ਨਹੀਂ ਲੱਗਦਾ ਰਿਹਾ ਖਤਮ ਹੋ ਗਿਆ ਜਿਹੜੇ ਮੁੰਡੇ ਕੁੜੀਆਂ ਹੁਣ ਵਿਦੇਸ਼ ਗਏ ਆ ਤੇ ਉਹ ਉਹਨਾਂ ਨੇ ਆਪਦਾ ਉੱਥੇ ਪਰਿਵਾਰ ਸੈੱਟ ਕੀਤਾ ਮੈਂ ਇਥੋਂ ਬਹੁਤ ਸਾਰੇ ਮੁੰਡੇ ਇਹ ਕਹਿ ਕੇ ਮੰਗਾਉਂਦੇ ਕਹਿ ਕੇ ਗੱਲ ਕਰਦੇ ਵੀ ਸਾਨੂੰ ਬਾਤਾਂ ਨਹੀਂ ਇਕ ਤਾਂ ਬਚਾਈ ਦੀਆਂ ਮੈਂ ਇਹਨਾਂ ਪੁੱਛਦਾ ਵੀ ਐਵੇਂ ਕਿਉਂ ਕਹਿੰਦਾ ਯਾਰ ਇੱਥੇ ਸਕੂਲਾਂ ਚ ਦੱਸਦੀ ਇਹ ਵੀ ਬਾਤਾਂ ਹੀ ਬਹੁਤ ਬਸਮੁੰਦੇ ਆ ਮੈਂ ਵੀ ਉਹ ਕਿਉਂ ਕਹਿੰਦਾ ਵੀ ਜੇ ਮੈਂ ਇਹਨੂੰ ਪਿੰਡ ਦੀਆਂ ਗੱਲਾਂ ਸੁਣਾਤੀਆਂ ਸਾਰੀਆਂ ਵੀ ਆ ਸੀ ਆ ਸੀ ਕਹਿੰਦਾ ਸਵਾਲ ਹੀ ਵਾਲਾ ਕਰਦਾ ਇੱਥੋਂ ਦੇ ਕਹਿੰਦਾ ਸਵਾਲ ਹੀ ਵਾਲੇ ਕਰਦੇ ਕਹਿੰਦਾ ਕੋਈ ਬਾਤਾਂ ਨਹੀਂ ਦੇ ਕੋਈ ਵੱਡੀਆਂ ਸਾਰੀਆਂ ਦੇ ਦੇ ਕਹਿੰਦਾ ਪੈਕੇਜ ਦੇ ਪੈਕੇਜ ਮੰਗਵਾਉਂਦੇ ਨੇ ਉਹ ਵੀ ਯਾਰ ਬਾਤਾਂ ਨਹੀਂ ਦੇ ਦੇ ਮੈਂ ਤਾਂ ਬਾਤਾਂ ਸੁਣਾਉਣੀ ਹਨ ਹੂੰ ਹੂੰ ਕਿਉਂਕਿ ਲੋਟੇ ਨਹੀਂ ਆਉਂਦੇ ਉਹ ਸਵਾਲ ਬਹੁਤ ਕਰਦੇ ਨੇ ਉੱਥੋਂ ਦੇ ਹੂੰ ਬਾਤਾਂ ਦੀ ਇਹ ਵੀ ਖਸੂਰਤੀ ਹੈ ਵੀ ਸਵਾਲ ਦਿੰਦੀ ਹੈ ਤੁਹਾਨੂੰ ਤੁਹਾਨੂੰ ਸਵਾਲ ਕਰਨਾ ਆਉਂਦਾ ਭੈਣੇ ਵੀ ਫੇਰ ਕਿਉਂ ਹੋਇਆ ਸੀ ਅੱਛਾ ਐਂ ਵੀ ਹੋ ਜਾਂਦਾ ਐਂ ਕਿਉਂ ਹੋਇਆ ਉਹ ਕਿਉਂ ਹੋਇਆ ਉਹਨੂੰ ਮਾਰਿਆ ਕਿਉਂ ਉਹਨੂੰ ਉਹ ਜਿਉਂਦਾ ਕਿਵੇਂ ਹੋ ਗਿਆ ਹਨਾ ਸਵਾਲ ਵੀ ਆ ਤਾਂ ਤੁਸੀਂ ਇੱਕ ਤਰਕ ਤੇ ਵਿਸ਼ਵਾਸ ਦੋਨਾਂ ਦੇ ਵਿਚਕਾਰ ਲਾ ਇੱਕ ਰਾਹ ਲੱਭਦੇ ਹੋ ਤੁਸੀਂ ਹੂੰ ਕਿਉਂ ਆਪਣਾ ਮੈਨੂੰ ਲੱਗਦਾ ਹੁੰਦਾ ਵੀ ਜਿੰਦਗੀ ਕਿਤੇ ਨਾ ਕਿਤੇ ਡਾਵਾ ਡੋਲ ਉਹਦੋਂ ਵੀ ਹੋ ਜਾਂਦੀ ਜਦੋਂ ਜਿਆਦਾ ਵੱਧ ਵਿਸ਼ਵਾਸ ਚ ਜਿਉਂ ਜਾਂਦੇ ਆ ਜਾਂ ਵੱਧ ਤਰਕ ਚ ਜਿਉਂ ਜਾਂਦੇ ਆ ਹਨਾ ਤਾਂ ਉਹ ਅੰਦਰਲਾ ਇੱਕ ਮਨੋਖਾ ਜਿਹੜਾ ਖਤਮ ਕਰ ਲੈਂਦੇ ਆਪਾਂ ਤਰਕ ਤਾਂ ਜਮ ਇੱਕ ਨਿਚੋੜ ਦਿੰਦੀ ਆ ਜਦੋਂ ਤਰਕ ਨਾਲ ਚੱਲਦੇ ਹੋ ਆਪਣੇ ਖਾਸ ਪੰਜਾਬ ਵਾਲੇ ਖੇਤਰ ਚ ਤਾਂ ਉਹ ਤਰਕ ਤੁਹਾਨੂੰ ਅੰਦਰੋਂ ਨਾ ਇੱਕ ਬੱਕਰੀ ਤਰ੍ਹਾਂ ਦਾ ਇਨਸਾਨ ਆਪਣੇ ਖਤਮ ਜੇ ਕਰ ਦਿੰਦਾ ਉਹ ਮੈਂ ਮਹਿਸੂਸ ਕੀਤੀ ਹੈ ਇਹ ਗੱਲ ਪਰ ਜਦੋਂ ਤੁਸੀਂ ਵਿਸ਼ਵਾਸ ਤੇ ਤਰਕ ਦੇ ਵਿਚਾਲੜਾ ਇੱਕ ਰਾਹ ਸਿਰਜਨ ਸਿਰਜ ਕਰਦੇ ਹੋ ਤਾਂ ਜ਼ਿੰਦਗੀ ਹੋਰ ਵੀ ਸੋਹਣੀ ਲੱਗਦੀ ਮੈਨੂੰ ਲੱਗਦੀ ਹੈ ਜਿਵੇਂ ਆਪਾਂ ਹੁਣ ਆਪਾਂ ਨੂੰ ਜੇ ਛੋਟਿਆਂ ਨੂੰ ਤਾਂ ਕਹਿੰਦੇ ਨੇ ਚਿੜੀ ਬੋਲੀ ਆਪਾਂ ਕਹਿੰਦੇ ਚਿੜੀ ਕਿਵੇਂ ਬੋਲ ਸਕਦੀ ਆ ਹਨਾ ਫਿਰ ਉਹ ਉਦਾਹਰਣ ਦਿੰਦੇ ਹੁੰਦੇ ਸੀ ਵੀ ਇੱਕ ਵੇਲਾ ਹੁੰਦਾ ਸੀ ਚਿੜੀਆਂ ਪੰਛੀ ਸਭ ਬੋਲਦੇ ਸੀਗੇ ਮਤਲਬ ਹਨਾ ਆ ਅਸੀਂ ਗੱਲ ਕਰਦੇ ਆ ਪਾਣੇ ਵੀ ਪਹਿਲਾਂ ਵੀ ਦੇਖੋ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹਨਾ ਉਹ ਚਿੜੀ ਗਈ ਪਿੱਪਲ ਕੋਲ ਪਿੱਪਲ ਦਾਣਾ ਦੇਵੇ ਨਾ ਹਨਾ ਉਹ ਸਾਰੀ ਐਵੇਂ ਚੱਲਦੀ ਆ ਉਹ ਮਤਲਬ ਉਹ ਗੱਲ ਕਰ ਰਹੇ ਨੇ ਚਿੜੀ ਪਿੱਪਲ ਕੋਲ ਜਾਂਦੀ ਆ ਕਾਂ ਨਾਲ ਵੀ ਗੱਲ ਕਰਦੀ ਆ ਰਸੇ ਕੋਲ ਵੀ ਜਾਂਦੀ ਆ ਅੱਗ ਕੋਲ ਵੀ ਜਾਂਦੀ ਆ ਹਨਾ ਤਾਂ ਉਹ ਬੋਲਦੇ ਪਏ ਆ ਸਾਰੇ ਜੀਵ ਜੰਤੂ ਪਰ ਇੱਕ ਇੱਕ ਚੀਜ਼ੋਂ ਚ ਇੱਕ ਹੋਰ ਬਰੀਕੀ ਨਿਕਲਦੀ ਉਹ ਇਹ ਹੈ ਕਿ ਉਹ ਤੁਹਾਨੂੰ ਕੁਦਰਤ ਨਾਲ ਬਹੁਤ ਜੋੜਦੀ ਹੈ ਇਹ ਚੀਜ਼ ਕੁਦਰਤ ਨਾਲ ਜੋੜਦੀ ਆ ਹੁਣ ਕਿਤੇ ਨਾ ਕਿਤੇ ਜਿਹੜੀ ਖਤਰਨਾਕ ਚੀਜ਼ ਮੈਨੂੰ ਲੱਗਦੀ ਹੁੰਦੀ ਆ ਇਹ ਆ ਕਿ ਜਦੋਂ ਆਪਣੇ ਕਿਸਾਨਾਂ ਨੂੰ ਇਹ ਚੀਜ਼ ਪਤਾ ਲੱਗ ਗਈ ਵੀ ਪੈਸਾ ਹੀ ਅਹਿਮ ਚੀਜ਼ ਆ ਹੂੰ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਪੈਸੇ ਨਾਲ ਸਭ ਕੁਝ ਵੇਚਿਆ ਜਾ ਸਕਦਾ ਕਿਤੇ ਨਾ ਕਿਤੇ ਮੈਂ ਸਾਰੇ ਕਿਸਾਨਾਂ ਨੂੰ ਨਹੀਂ ਕਹਿ ਰਿਹਾ ਕਿਤੇ ਨਾ ਕਿਤੇ ਇਹ ਵੀ ਆ ਭੈਣੇ ਵੀ ਉਹਨਾਂ ਨੂੰ ਅੱਗ ਲਾਉਣ ਤੋਂ ਕੋਈ ਡਰ ਨਹੀਂ ਰਿਹਾ ਹਣਾ ਤਰਕ ਆ ਗਈ ਭੈਣੇ ਤਰਕ ਆ ਗਈ ਵਿਸ਼ਵਾਸ ਉੱਡ ਗਿਆ ਵੀ ਰੱਬ ਨਾਲ ਦੀ ਕੋਈ ਚੀਜ਼ ਆ ਪਹਿਲਾਂ ਰੱਬ ਦਾ ਡਰ ਸੀ ਖਵਾਜੇ ਦਾ ਡਰ ਸੀ ਹੈਨਾ ਜੀਵ ਜੰਤੂਆਂ ਦਾ ਡਰ ਸੀਗਾ ਹੈਨਾ ਵੀ ਯਾਰ ਜੀਵ ਹੱਤਿਆ ਵੀ ਪਾਪ ਆ ਹੈਨਾ ਪਹਿਲਾਂ ਇਹ ਡਰ ਸੀ ਕੰਨਾਂ ਚ ਪੈਂਦਾ ਸੀ ਪਾਵਨ ਗੁਰੂ ਪਾਣੀ ਪਿਤਾ ਹੈਨਾ ਤਾਂ ਉਹਨਾਂ ਚਕਰ ਜ਼ਿੰਦਗੀ ਸੋਹਣੀ ਸੀ ਉਹ ਡਰ ਇੱਕ ਸੋਹਣੀ ਚੀਜ਼ ਸਿਰਜ ਰਿਹਾ ਹੁਣ ਜਦੋਂ ਇਹ ਪਤਾ ਹੀ ਲੱਗ ਗਿਆ ਵੀ ਨਹੀਂ 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 ਮੁਨਾਫਾ ਐ ਮੇਨਾ ਮੁਨਾਫਾ ਹੀ ਚਾਹੀਦਾ ਪਾਣੂੰ ਅਲੇਵਰ ਨਹੀਂ ਆਪਾਂ ਖਰਚ ਕਰਨੀ ਇੱਕ ਅੱਗ ਲਾ ਦੋ ਸੀਖ ਲਾ ਦੋ ਖਤਮ ਕਰ ਚੋਨੇ ਦੀ ਪ੍ਰਾੜੀ ਖਤਮ ਆ ਉਹਦੇ ਬਾਅਦ ਗੱਲ ਕਰ ਪਾਣੀ ਲੱਗ ਗਿਆ ਨਾ ਦੋ ਮੋਟਰਾਂ ਆ ਗਈਆਂ ਦੋ ਕਿੱਲੇ ਦੋ ਮੋਟਰਾਂ ਆਪਾਂ ਨੂੰ ਕੀ ਡਰ ਪਾਣੀ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਹੈ ਹਣਾ ਪੰਜਾਬ ਚ ਕਿੱਥੇ ਪਾਣੀ ਖਤਮ ਹੁੰਦਾ ਬਸ ਇਹੀ ਚੀਜ਼ ਤਰਕ ਹਮ ਇੱਕ ਚੀਜ਼ ਇੱਕ ਹੋਰ ਇੱਕ ਜਿਹੜੀ ਖੰਗੋਲੀ ਤਰਕ ਆ ਉਹ ਵੀ ਬਹੁਤ ਖਤਰਨਾਕ ਹਨ ਉਹਨਾਂ ਨੂੰ ਪ੍ਰੋਪਰ ਤਰਕ ਚ ਨੇ ਦੋ ਬੰਦਾ ਨਹੀਂ ਵੀ ਜਾਂਦਾ ਤਾਂ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਵੀ ਤਰਕ ਤੁਹਾਨੂੰ ਕੁਦਰਤ ਨਾਲੋਂ ਦੂਰ ਕਰਦੀ ਹੈ ਆਪਾਂ ਇਹ ਕਹਿ ਰਹੇ ਨੇ ਵੀ ਤਰਕ ਦੂਰ ਨਹੀਂ ਕਰਦੀ ਤਰਕ ਤੁਹਾਨੂੰ ਸਮਝਣ ਦਾ ਹਾਂ ਤੁਹਾਨੂੰ ਸਮਝਣ ਦਾ ਇੱਕ ਤਰੀਕਾ ਵੀ ਉਹ ਚੀਜ਼ ਨੂੰ ਸਮਝਣਾ ਦਿੰਦੀ ਹੈ ਹੁਣ ਮੈਂ ਇਹ ਨਹੀਂ ਕਹਿ ਰਿਹਾ ਵੀ ਜਿਹੜਾ ਬੰਦੇ ਤਰਕ ਕਰਦੇ ਨੇ ਉਹੀ ਅੱਗਾ ਲਾਉਂਦੇ ਨੇ ਇਹ ਆਪਾਂ ਨਹੀਂ ਕਹਿ ਰਹੇ ਪਰ ਖਤਮ ਕਰਦੀ ਹੈ ਵਿਸ਼ਵਾਸ ਵੀ ਜ਼ਰੂਰੀ ਹੈ ਤਰਕ ਵੀ ਜ਼ਰੂਰੀ ਹੈ ਵਿਚਾਰਲਾ ਰਾਹ ਵੀ ਜ਼ਰੂਰੀ ਹੈ ਜਦੋਂ ਆਪਾਂ ਇਹ ਚੀਜ਼ਾਂ ਕਹਿ ਦਿੰਨੇ ਨੇ ਵੀ ਇਦਾਂ ਤਾਂ ਹੋ ਹੀ ਨਹੀਂ ਸਕਦਾ ਵੀ ਐ ਥੋੜਾ ਨਾ ਹੋ ਸਕਦਾ ਵੀ ਪੰਜੇ ਨਾਲ ਬਾਬੇ ਨੇ ਪੱਥਰ ਰੋਕਦਾ ਹੈ ਨਾ ਹੋ ਨਹੀਂ ਸਕਦਾ ਇਦਾਂ ਤਰਕ ਚ ਲੈ ਜਾਵਾਂਗੇ ਤਾਂ ਉਹ ਇਹਦੇ ਚ ਨਾ ਤਾਂ ਕਿਸੇ ਦਾ ਕਿਸੇ ਕੋਈ ਨੁਕਸਾਨ ਨਹੀਂ ਆਪ ਆਪ ਦਾ ਨੁਕਸਾਨ ਕਰ ਰਹੇ ਆ ਉਹਦੇ ਵਿੱਚ ਆਪ ਆਪ ਦੇ ਜਿਹੜੇ ਮਨ ਦੇ ਵਿੱਚ ਵਿਸ਼ਵਾਸ ਬਣੇ ਨੇ ਵਿਸ਼ਵਾਸ ਨਾਲ ਵਿਸ਼ਵਾਸ ਹੀ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਭਣੇ ਹਾਂ ਨਾ ਮੈਨੂੰ ਵਿਸ਼ਵਾਸ ਆ ਵੀ ਅੱਜ ਆ ਧਰਤੀ ਨਹੀਂ ਤਸਦੀ ਤਾਂ ਆਪਾਂ ਬੈਠੇ ਆ ਜੇ ਮੈਂ ਇਹੀ ਕਰੀਆ ਯਾਰ ਤਸ ਨਾ ਜਾਵੇ ਹੈਣਾ ਤਾਂ ਥੱਸ ਸਕਦੀ ਏ ਧਰਤੀ ਪਾਣੀ ਥੱਲੋਂ ਖਤਮ ਹੋਈ ਜਾਂਦਾ ਧਰਤੀ ਧੱਸ ਰਹੀ ਆ ਇਹ ਤਾਂ ਇਹ ਰਾਹ ਹੋ ਜੂ ਤਾਂ ਜ਼ਿੰਦਗੀ ਬਹੁਤ ਖਤਰਨਾਕ ਹੋ ਜੂ ਡਰਜੇ ਚ ਜਿਓਗੇ ਤੁਸੀਂ ਹੈਣਾ ਤਾਂ ਵਿਸ਼ਵਾਸ ਵੀ ਚਾਹੀਦਾ ਤੁਹਾਨੂੰ ਵਿਸ਼ਵਾਸ ਹੀ ਆਪਣੀਆਂ ਬਾਤਾਂ ਚ ਨੇ ਭੈਣੇ ਬਿਲਕੁਲ ਕਥਾ ਚੱਲਦੀ ਆ ਸਾਰੇ ਜੀਵ ਜੰਤੂ ਬੋਲਦੇ ਨੇ ਨਹੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੁਸੀਂ ਹਮੇਸ਼ਾ ਜਰਾ ਤਾਂ ਬਹੁਤ ਹੀ ਕਮਾਲ ਚੀਹਾਂ ਇਹ ਕਿਤਾਬ ਤੁਸੀਂ ਜ਼ਰੂਰ ਪੜਿਓ ਪੰਜਾਬ ਦੀਆਂ ਲੋਕ ਕਹਾਣੀਆਂ ਪੰਜਾਬ ਦੀਆਂ ਬਾਤਾਂ ਜਿੱਥੇ ਵੀ ਤੁਹਾਨੂੰ ਮਿਲਦੀਆਂ ਉਹ ਪੜਨੀਆਂ ਹੀ ਚਾਹੀਦੀਆਂ ਪੰਜਾਬ ਦੀਆਂ ਬਾਤਾਂ ਯਾਦ ਕਰੋ ਕਿਸੇ ਬਜ਼ੁਰਗ ਨੇ ਤੁਹਾਨੂੰ ਸੁਨਾਈਆਂ ਹੋਣੀਆਂ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਉਹ ਯਾਦ ਕਰੋ ਬਜ਼ੁਰਗਾਂ ਨਾਲ ਗੱਲਾਂ ਕਰੋ ਬਹੁਤਿਆਂ ਬਜ਼ੁਰਗਾਂ ਕੋਲੇ ਹਜੇ ਵੀ ਖਜ਼ਾਨਾ ਪਿਆ ਹੈ ਬਾਤਾਂ ਵਾਲਾ ਜੇ ਉਹਨਾਂ ਦੇ ਆਪਾਂ ਜੇ ਜੇ ਮਤਲਬ ਕਿਸੇ ਚੀਜ਼ ਨੂੰ ਛੇੜਾਂਗੇ ਨਾ ਮਨ ਦੇ ਵਿੱਚ ਜਿਵੇਂ ਕੋਈ ਆਪਣੀ ਚੀਜ਼ ਵਰਤਨ ਵਾਲੀ ਆ ਭੈਣੇ ਉਹ ਪਈਆ ਤੁਹਾਨੂੰ ਜੰਗਾਲ ਲੱਗ ਹੀ ਜਾਣੀ ਆ ਮਨ ਦੇ ਵਿੱਚ ਜੇ ਕਿਸੇ ਬਜ਼ੁਰਗਾਂ ਕੋਲੇ ਬਾਤਾਂ ਪਈਆਂ ਤਾਂ ਉਹ ਜੇ ਸੁਣਾਗੇ ਨਾ ਤੋ ਹੌਲੀ 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 ਕੁਝ ਵਿੱਚ 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 ਖਤਮ ਹੋ ਗਈ। ਬਹੁਤ ਸਾਰੀ ਵਾ ਫਿਰ ਇੱਕ ਐਂ ਚੀਜ਼ ਰਹੇ ਜੋ ਇੱਕ ਸੀ ਰਾਜਾ ਇੱਕ ਸੀ ਰਾਣੀ। ਹਮਮ ਦੋਨੋਂ ਮਰ ਕੇ ਖਤਮ ਕੰਡ। ਬਿਲਕੁਲ। ਤਾਂ ਇੰਨੀ ਚੀਜ਼ ਰਹਿ ਜੂਗੀ। ਉਹ ਵਿਚਲਾ ਖਤਮ ਹੋ ਜੂਗਾ ਵੀ ਹੁਣ ਇਹ ਕੱਪੜੇ ਪਾਏ ਸੀ, ਬਲਦਾ ਇਦਾਂ ਦੇ ਸੀ। ਮਤਲਬ ਜਿਹੜੇ ਖਾਨ ਬਾਤ ਲੰਬੀ ਤੁਰਦੀ ਆ। ਹਮਮ ਤਾਂ ਬਾਤ ਜ਼ਰੂਰੀ ਆ। ਬਾਤ ਸਾਨੂੰ ਬਾਤਾਂ ਪਾਉਣੀਆਂ। ਬਾਤਾਂ ਦੀ ਇੱਕ ਗੱਲ ਹੁਣ ਮੈਂ ਨਾਲ ਇੱਕ ਹੋਰ ਕਹਿਣਾ ਪੈਣਾ ਬਾਤ ਕੱਲੀ ਇਹ ਵੀ ਨਹੀਂ ਵੀ ਰਾਤ ਵੇਲੇ ਚੱਲਦੀਆਂ। ਅਸੀਂ ਮੈਂ ਬਥੇਰੀਆਂ ਬਾਤਾਂ ਜਦੋਂ ਨਰਮੇਚ ਅਸੀਂ ਕੱਖ ਮਾਰਦੇ ਸੀਗੇ ਮੇਰੇ ਬਾਈ ਹੋਰੀ ਜੋ ਵੱਡੇ ਉਮਰ ਦੇ ਸੀਗੇ ਬਾਈ ਨੰਦੇ ਹੋਰੀ ਤੇ ਉਹ ਸੁਣਾਉਂਦੇ ਹੁੰਦੇ ਸੀ ਉਹਨਾਂ ਚ ਇੱਕ ਬੰਦਾ ਸੀ ਉਹਨੂੰ ਕਹਿੰਦੇ ਯਾਰ ਸੁਣਾ ਮੈਨੂੰ ਤਮੰਤ ਕਰਕੇ ਵੀ ਸੁਣਾ ਦੇ ਕੋਈ ਗੱਲ ਉਹ ਕਹੇ ਬਜ਼ੁਰਗ ਦੀ ਜਾਂ ਕਹਾਣੀ ਬਾਤ ਸੁਣਾਉਂਦਾ ਹਨ ਤਾਂ ਬਾਤ ਇੱਕ ਚੀਜ਼ ਹੁਣ ਹੋਰ ਆ ਲੋਰੀਆਂ ਚ ਵੀ ਪਹਿਨੇ ਬਾਤ ਸੀ ਪਹਿਲਾਂ ਜਿਹੜੀ ਲੋਰੀਆਂ ਹਨ ਮੈਂ ਕਈ ਵਾਰੀ ਹੁਣ ਤਾਂ ਨਹੀਂ ਕਦੇ ਸੁਣੀ ਕੇ ਤੇ ਬੀਬੀ ਦੇ ਮੂੰਹ ਪਰ ਪਹਿਲਾਂ ਮੈਂ ਜੇ ਪਿੰਡ ਚ ਸੁਣਦਾ ਬੜੀ ਆਪਣੇ ਆਪ ਹੀ ਘੜਦੀ ਲੋਰੀ ਤੇਰਾ ਮਾਮਾ ਆਊਗਾ ਤੇਰੇ ਲਈ ਕੁਸ਼ਲੇ ਆਊਗਾ ਹਨਾ ਉਹ ਬਣਾਈ ਜਾਂਦੀ ਆ ਨਾ ਨਾਲੇ ਉਹ ਆਪਣਿਆਂ ਨੂੰ ਚੇਤੇ ਕਰੀ ਜਾਂਦੀ ਆ ਬੀਬੀ ਹੂੰ ਉਹ ਵੀ ਬਾਤ ਹੀ ਆ ਆਪਣੇ ਬਿਲਕੁਲ ਹਨਾ ਲੋਰੀਆਂ ਚ ਵੀ ਬਾਤਾਂ ਨੇ ਆਪਣੇ ਹੂੰ ਕੰਮਾਂ ਚ ਵੀ ਬਾਤਾਂ ਨੇ ਸਾਰੇ ਕਿਤੇ ਬਾਤਾਂ ਹੀ ਨੇ ਜੇ ਕੰਮਾਂ ਚ ਬਾਤਾਂ ਇੱਕ ਵਾਰੀ ਇੱਕ ਬਾਤ ਆ ਉਹ ਵੀ ਬੜੀ ਮਸ਼ਹੂਰ ਆ ਸੁਣਾਦਾ ਮੈਂ ਹੂੰ ਉਹ ਆ ਆਪਣੇ ਹੋਣ ਵਾਲਾ ਤੇ ਛੇਦੀ ਛੇਦੀ ਸੁਣਾ ਦੋ ਹੁਣ ਉਹ ਬਾਤ ਆ ਕਿ ਵੀ ਔਰਤ ਦੇ ਚਲਿੱਤਰ ਇੱਕ ਵਾਰੀ ਇੱਕ ਜਮੀ ਜੱਟ ਬੰਦਾ ਤੇ ਉਹ ਕਹਿੰਦਾ ਵੀ ਕਿਸਾਨ ਤੇ ਉਹ ਆਦੀ ਘਰ ਵਾਲੀ ਸਾਉ ਆ ਬੀਬੀ ਦੇ ਉਹ ਬੰਦੇ ਖੰਡਾ ਚ ਬੈਠਾ ਜ ਮਨਜੀਤ ਬਾਈ ਵਰਗਿਆਂ ਚ ਤੋ ਮਨਜੀਤ ਹਰਕੇ ਕਹਿੰਦੇ ਵੀ ਯਾਰ ਜਿਹੜੀ ਔਰਤ ਹੁੰਦੀ ਹੈ ਨਾ ਇਹ ਚਲਿੱਤਰ ਬਹੁਤ ਨੇ ਉਹ ਆਦਮੀ ਨਹੀਂ ਨਹੀਂ ਗਲਤ ਗੱਲ ਨਹੀਂ ਉਹ ਆਦਮੀ ਨਹੀਂ ਗਲਤ ਗੱਲ ਹੈ ਕਹਿੰਦਾ ਵੀ ਮੇਰੀ ਬੀਬੀ ਇਦਾਂ ਦੀ ਨਹੀਂ ਹੈ ਯਾਰ ਵੀ ਜਿਹੜੀ ਮੇਰੀ ਘਰ ਵਾਲੀ ਆ ਬਹੁਤ ਐਵੇਂ ਸਾਰੀਆਂ ਐਵੇਂ ਦੀਆਂ ਨਹੀਂ ਹੁੰਦੀਆਂ ਚਲੋ ਉਹ ਗੱਲ ਕਰਨ ਵਾਲਿਆਂ ਨੂੰ ਕਹਾ ਨਹੀਂ 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 ਉਹ ਆਂਦਾ ਯਾਰ ਇਹ ਕਿਵੇਂ ਹੋ ਸਕਦਾ ਉਹਦੀ ਬੀਬੀ ਘਰ ਵਾਲੀ ਕੋਲੇ ਗਿਆ ਉਹ ਆਂਦਾ ਵੀ ਤੂੰ ਕੋਈ ਚਲੁੱਤਰ ਚਲੁੱਤਰ ਕਰਦੀ ਨਹੀਂ ਕਹਿੰਦਾ ਇਹ ਕੀ ਚੱਕਰਾ ਕਹਿੰਦਾ ਤਾਂ ਮੈਂ ਬਾਤ ਵਿੱਚ ਭੁੱਲਣਾ ਜਾਵਾਂ ਤਾਂ ਉਹ ਕਹਿੰਦੇ ਵੀ ਨਹੀਂ ਐਦਾਂ ਦੀ ਕੁਝ ਕਹਿੰਦੇ ਨਹੀਂ ਕਰਕੇ ਦਿਖਾ ਕਹਿੰਦੇ ਵੀ ਨਹੀਂ ਤੂੰ ਔਖਾ ਹੋਏਂਗਾ ਬਾਅਦ ਨਹੀਂ ਨਹੀਂ ਕਹਿੰਦਾ ਕਰਕੇ ਦਿਖਾ ਉਹਦਾ ਠੀਕ ਆ ਉਹ ਸਵੇਰੇ ਉੱਡਦੀ ਆ ਸਵੇਰੇ ਉੱਠਣਸਾਰ ਇੱਕ ਮੱਛੀ ਫੜਦੀ ਆ ਮੱਛੀ ਚੱਕਦੀ ਆ ਤੇ ਉਹਦੇ ਚ ਦੱਬੇ ਆਉਂਦੀ ਆ ਹੂੰ ਬਾਹਣ ਚ ਜਿੱਥੇ ਉਹਨੇ ਹਾਲ ਬੋਣਾ ਹੁੰਦਾ ਸਵੇਰੇ ਉਹ ਜਾਂਦਾ ਆ ਉਹਦੇ ਹਾਲ ਲੈ ਕੇ ਤੇ ਸਵੇਰੇ ਬੋਣ ਲੱਗ ਜਾਂਦਾ ਜਦੋਂ ਹਾਲ ਮਤਲਬ ਬਲਦਾਂ ਨਾਲ ਬੋਂਦਾ ਤੇ ਉੱਥੋਂ ਮੱਛੀ ਨਿਕਲਿਆਉਂਦੀ ਉਹ ਮੱਛੀ ਜਦੋਂ ਉਸ ਦੁਪਹਿਰ ਨੂੰ ਪੱਤਾ ਲੈ ਕੇ ਜਾਂਦੀ ਆ ਤੇ ਉਹ ਆਂਦਾ ਵੀ ਹਾਲ ਐ ਵੀ ਜੇ ਮੱਛੀ ਨਿਕਲੀ ਤੇ ਤਾਜੀ ਆ ਤਾਂ ਤੂੰ ਅੱਜ ਰਨਕੇ ਬਣਾਤੇ ਆਪਾਂ ਮਤਲਬ ਸ਼ਾਮ ਨੂੰ ਆਪਾਂ ਆਉਂਗਾ ਤੇ ਪਖਾਵਾਂ ਉਹ ਆਂਦਾ ਠੀਕ ਆਉਂਦੀ ਤੇ ਚਲੋ ਜੀ ਸ਼ਾਮ ਹੁੰਦੀ ਆ ਜਾਂਦਾ ਤੇ ਉਹ ਮੱਛੀ ਰਨਕੇ ਰੱਖ ਲੈਂਦੀ ਹੈ ਮੱਛੀ ਰਨਕੇ ਜਦੋਂ ਰੱਖ ਲੈਂਦੀ ਆ ਤੇ ਜ਼ਿੰਮੀਦਾਰ ਜਾਂਦਾ ਘਰੇ ਤੇ ਉਹ ਕਹਿੰਦਾ ਵੀ ਲਿਆ ਮੱਛੀ ਫੜਾਈਏ ਨਾਨੂ ਕਿ ਜਦ ਮੱਛੀ ਖਾਣ ਲੱਗਦਾ ਤੇ ਉਹਾਂ ਦੇ ਕਿਹੜੀ ਮੱਛੀ ਹੂੰ ਕਹਿੰਦਾ ਵੀ ਮੈਂ ਤਾਂ ਦੁਪਹਿਰੇ ਫੜਾਈਏ ਕਹਿੰਦੀ ਕਿਹੜੀ ਮੱਛੀ ਫੜਾਈਏ ਤੂੰ ਐ ਮਰੀ ਨੇ ਕਹਿੰਦਾ ਮੱਛੀ ਮੱਛੀ ਕੋਈ ਨਹੀਂ ਫੜਾਈ ਰੋਟੀ ਬਣੀ ਪਈ ਐ ਖਾ ਲਾ ਉਹ ਕਹਿੰਦਾ ਵੀ ਕਿੱਥੇ ਸ਼ਾਬਾ ਦੇਂਦਾ ਜਾ ਕੇ ਸ਼ਾਬੇ ਚ ਦੇ ਦਾ ਸ਼ਾਬੇ ਚ ਰੋਟੀਆਂ ਲਾਈਆਂ ਪਈਆਂ ਉਹ ਮੱਛੀ ਪਰ ਨਾ ਰੱਖ ਦਿੰਦੀ ਥੋੜੇ ਲੁਕੋਗੀ ਉਹ ਆਦਾ ਨਹੀਂ ਉਹ ਆਦੀ ਵੀ ਮੈਨੂੰ ਤੂੰ ਬੇਕੂਫਣਾ ਬਣਾ ਵੀ ਐਵੇਂ ਨਹੀਂ ਹੁੰਦਾ ਵੀ ਤੂੰ ਰੋਟੀ ਬਣੀ ਪਈ ਐ ਖਾ ਉਹ ਆਦਾ ਨਹੀਂ ਮੈਂ ਤਾਂ ਮੱਛੀ ਦਿੱਤੀ ਐ ਮੱਛੀ ਬਣਾ ਉਹ ਆਦੀ ਨਹੀਂ ਉਹ ਜਦੋਂ ਨਹੀਂ ਨਹੀਂ ਆਏ ਹੁੰਦੀ ਇਹ ਤਾਂ ਕੁੱਟਣ ਲੱਗ ਜਾਂਦਾ ਘਰ ਵਾਲੀ ਨੂੰ ਕੁੱਟਣ ਲੱਗ ਜਾਂਦਾ ਘਰ ਵਾਲੀ ਨੂੰ ਆਂਡ ਗਵਾਂਡ ਇਕੱਠਾ ਹੋ ਜਾਂਦਾ ਆਂਡ ਵਾਂਡ ਇਕੱਠਾ ਹੋ ਜਾਂਦਾ ਤੇ ਉਹ ਆਂਦਾ ਵੀ ਗਾਂਡ ਗਵਾਂਢੀ ਕਹਿੰਦਾ ਵੀ ਕੀ ਗੱਲ ਹੋ ਗਈ ਕਹਿੰਦਾ ਮੈਂ ਇਹਨੂੰ ਮੱਛੀ ਦਿੱਤੀ ਜ ਤੇ ਇਹਨੇ ਇਹਨੇ ਪਤਾ ਨਹੀਂ ਆਦੇ ਆ ਕੀ ਨੂੰ ਖਵਾਤੀ ਮੈਨੂੰ ਪਤਾ ਨਹੀਂ ਹੁਣ ਹੂੰ ਤੇ ਉਹ ਆਦੇ ਵੀ ਨਹੀਂ ਉਹ ਆਦੇ ਇਹਨੂੰ ਆਏ ਪੁੱਛੇ ਮੱਛੀ ਕਿੱਥੋਂ ਲਿਆ ਸੀ ਕਹਿੰਦਾ ਮੱਛੀ ਮੈਂ ਹਾਲ ਬਾਉਂਦਾ ਜ ਉਹਦੇ ਤੋਂ ਨਿਕਲੀ ਗਾਂਢੀ ਕਮਾਣੇ ਵੀ ਤੂੰ ਬੇਵਕੂਫਾ ਵੀ ਤੂੰ ਧਰਤੀ ਚੋਂ ਕਿਵੇਂ ਮੱਛੀਆਂ ਨਿਕਲਣਗੀਆਂ ਹੂੰ ਉਹ ਫਸ ਜਾਂਦਾ ਵੀ ਯਾਰ ਹਾਂ ਇਹ ਤਾਂ ਮੈਂ ਪੁੱਛਿਆਣੀ ਨਹੀਂ ਵੀ ਗੱਲ ਇਹ ਤਾਂ ਉਲਟੋ ਕੀ ਗੱਲ ਆਪਣੇ ਉਹਦੀ ਘਰ ਵਾਲੀਆਂ ਦੀ ਵੀ ਦੇਖੋ ਜੀ ਇਹ ਪਾਗਲ ਹੋ ਗਿਆ ਹੂੰ ਹੁਣ ਇਹ ਕਹਿੰਦਾ ਵੀ ਬਾਹਣ ਚੋਂ ਕਹਿੰਦਾ ਮੱਛੀਆਂ ਨਿਕਲਦੀਆਂ ਹੁਣ ਮੈਂ ਕਿਵੇਂ ਮੰਨ ਲਾਂ ਵੀ ਮੈਂ ਤਾਂ ਰੋਟੀ ਲਈ ਖਾਂਦਾ ਨਹੀਂ ਕਹਿੰਦਾ ਟੰਡਿਆਂ ਜੱਟ ਕਸੂਤਾ ਫਾਜ ਜਾਂਦਾ ਸਾਰੇ ਲੋਕ ਉਹਨੂੰ ਲਾਹਣਤਾ ਪਾਉਂਦੇ ਆ ਚਲੋ ਜੀ ਲਾਹਣ ਤਲੂਣਤਾ ਪਾ ਕੇ ਚਲੇ ਜਾਂਦੇ ਆ ਤੇ ਫਿਰ ਉਹ ਕਹਿੰਦਾ ਵੀ ਇਹ ਕਿਵੇਂ ਹੋਇਆ ਕਹਿੰਦਾ ਮੈਂ ਤੈਨੂੰ ਫੜਾਈਆਂ ਮੱਛੀ ਉਹ ਕਹਿੰਦੀ ਤੂੰ ਤਾਂ ਫੜਾਈ ਸੀ ਮੱਛੀ ਮੈਂ ਬਣਾ ਵੀ ਲਈ ਪਰ ਤੂੰ ਜਿਹੜੀ ਚਲਿੱਤਰ ਵਾਲੀ ਗੱਲ ਆਖੀ ਨਾ ਤੇ ਮੈਂ ਉਹ ਉਹ ਦਿਖਾਇਆ ਚਾਨਣਾ ਥੋੜਾ ਇਹ ਸੀ ਭਾਈ ਬਾਤ ਤੇ ਹੋਰ ਵੈਗੀ ਰਾਤ ਹੈ ਹੁਣ ਉਦੋਂ ਉਦੋਂ ਪੈਗੀ ਰਾਤ ਤੇ ਬਾਾਕੀ ਨਾ ਲੋਕ ਬਾਤਾਂ ਦੇ ਵਿੱਚ ਉਹ ਦੇਖਿਆ ਭਾਣਾ ਵੀ ਮੈਂ ਵੀ ਜਿਹੜੀਆਂ ਬੀਬੀਆਂ ਨੂੰ ਲੈ ਕੇ ਨਾ ਥੋੜਾ ਜਿਹਾ ਹੁੰਦਾ ਜੇ ਫੈਮਿਨਿਸਟ ਜੋ ਦ੍ਰਿਸ਼ਟੀ ਦੇਖਦੇ ਤਾਂ ਥੋੜੀ ਗੜਬੜਾ ਆ ਜਾਂਦੀ ਆ ਪਰ ਇਦਾਂ ਤਾਂ ਨਹੀਂ ਆ ਉਹ ਚੀਜ਼ ਨੂੰ ਸਮਝਣ ਦੀ ਆ ਆਪਣੀ ਆਪ ਉਹ ਹੀ ਆ ਬਈ ਸਾਇਤ ਨੂੰ ਛੱਡ ਦਿਓ ਆਪਣੇ ਰੂਪ ਚ ਉਹਨੇ ਆਪ ਦੇਖੋ ਖੁੱਲਾ ਵਿਚ ਰਹਿਣ ਹਾਂ ਉਹ ਬੱਚੇ ਨੇ ਬੰਦੇ ਨੇ ਜਾਂ ਜਿਹਨੂੰ ਵੀ ਸੁਣਾਉਣੇ ਉਹਨੇ ਆਪ ਕੱਢਣਾ ਵਿੱਚ ਕੱਢਣਾ ਕੀ ਆ ਬਿਲਕੁਲ ਤੇ ਬਹੁਤ ਸੋਹਣੀਆਂ ਗੱਲਾਂ ਨੇ ਵੀਰੇ ਸ਼ੁਕਰੀਆ ਨਾਲ ਹਮੇਸ਼ਾ ਮਤਲਬ ਇਹ ਹੁੰਦਾ ਸੁਣੀ ਜਾਓ ਪਰ ਅਜੇ ਮੈਂ ਤੇ ਇੱਕ ਕਿਤਾਬ ਹੀ ਸੀ ਮੈਂ ਤੁਹਾਨੂੰ ਦੇਤੀ ਸੀ ਤੇ ਉਸ ਤੋਂ ਬਾਅਦ ਮੇਰਾ 2 ਦਿਨ ਹੋ ਗਿਆ ਮੇਰਾ ਟਾਈਮ ਵੀ ਨਹੀਂ ਲੱਗਿਆ ਨਹੀਂ ਵਿੱਚੋਂ ਨਾ ਹੋਰ ਕਹਾਣੀਆਂ ਪੜ ਕੇ ਬਿਲਕੁਲ ਅਗਲੀ ਵਾਰੀ ਕਰ ਲਾਂਗੇ ਆਪਾਂ ਇੱਕ ਹੋਰ ਪ੍ਰੋਗਰਾਮ ਕਰ ਲਾਂਗੇ ਇਹਦੇ ਤੇ ਇਹ ਦਰਸ਼ਕ ਦੱਸਣਗੇ ਵੀ ਜੇ ਦਰਸ਼ਕਾਂ ਨੇ ਕਿਹਾ ਹਾਂ ਵੀ ਇੱਕ ਪ੍ਰੋਗਰਾਮ ਹੋਰ ਕਰੋ ਆਪਾਂ ਹੋਰ ਕਰਾਂਗੇ ਬੇ ਜ਼ਰੂਰ ਕਰਾਂਗੇ ਕਮੈਂਟਾਂ 'ਚ ਜਰੂਰ ਦੱਸਿਓ ਭਾਈ ਵੀ ਅੱਜ ਹੋਰ ਕਰੀਏ ਹੋਰ ਕਹਾਣੀਆਂ ਸੁਣਾਈਏ ਕਿ ਨਾਲ ਸੁਣਾਈਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕਾਂ ਨਾਲ